ਕੋਈ ਰਸਨਾ ਵਾਂਝੀ ਨਾ ਰਹੇ, ਪਿਆਰ ਸਹਿਤ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਗੁਰੂ ਘਰ ਦੇ ਕੀਰਤਨੀਆਂ ਦੇ ਪਾਸੋਂ ਕੀਰਤਨ ਸਰਵਣ ਕੀਤਾ, ਉਸ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਦੀ ਰਚਨਾ ਆਪ ਜੀ ਨੇ ਸਰਵਣ ਕੀਤੀ ਹੈ। ਉਸ ਰਚਨਾ ਦਾ ਇੱਕ ਬੜਾ ਅਹਿਮ ਪੱਖ ਹੈ ਕਿ ਦੁਨੀਆ ਦੇ ਕਿਸੇ ਵੀ ਰਹਿਬਰ ਨੂੰ ਕਦੀ ਸਾਰੇ ਧਰਮਾਂ ਨੇ ਆਪਣੇ ਰਹਿਬਰ ਦੇ ਰੂਪ 'ਚ ਸਵੀਕਾਰ ਨਹੀਂ ਕੀਤਾ। ਇੱਕ ਗੁਰੂ ਨਾਨਕ ਦੇਵ ਮਹਾਰਾਜ ਐਸੇ ਰਹਿਬਰ ਨੇ ਜਿਨ੍ਹਾਂ ਦੇ ਬਾਰੇ ਉਸ ਵੇਲੇ ਸੰਸਾਰ ਦੇ ਦੋ ਪ੍ਰਚਲਿਤ ਧਰਮ ਇਹ ਗੱਲ ਕਹਿ ਰਹੇ ਨੇ, ਜਾਹਰ ਪੀਰ ਜਗਤ ਗੁਰ ਬਾਬਾ, ਗੰਗ ਬਨਾਰਸ ਹਿੰਦੂਆਂ, ਮੁਸਲਮਾਨਾਂ ਮੱਕਾ ਕਾਬਾ। ਦੋਹੇ ਧਰਮ ਤਸਲੀਮ ਕਰ ਰਹੇ ਨੇ, ਪਰ ਇਸ ਦਾ ਇੱਕ ਰੂਪ ਅਸੀਂ ਹੋਰ ਵੇਖਣਾ, ਸੁਲਤਾਨਪੁਰ ਲੋਧੀ ਦੀ ਘਟਨਾ। ਸੁਲਤਾਨਪੁਰ ਨਗਰ ਬਹੁਤ ਪੁਰਾਣਾ ਹੈ। ਕਿਸੇ ਸਮੇਂ ਇੱਥੇ ਬੋਧੀ ਹੋਇਆ ਕਰਦੇ ਸੀ। ਜਿਸ ਵੇਲੇ ਹਿੰਦੁਸਤਾਨ ਦੇ ਵਿੱਚ ਮਹਿਮੂਦ ਗਜ਼ਨਵੀ ਆਇਆ, ਉਸ ਤੋਂ ਬਾਅਦ ਦੇ ਹਮਲਿਆਂ ਦੇ ਵਿੱਚ ਕਾਬਲ ਦੇ ਇਲਾਕੇ ਦੇ ਵਿੱਚੋਂ ਸੁਲਤਾਨ ਖਾਨ ਨਾਂ ਦੇ ਇੱਕ ਪਠਾਨ ਆਏ, ਜਿਨ੍ਹਾਂ ਨੇ ਉਸ ਬਰਬਾਦ ਹੋ ਚੁੱਕੇ ਬੋਧੀ ਨਗਰ ਦੀ ਮੁੜ ਤਾਮੀਰ ਕੀਤੀ ਔਰ ਇਸ ਦਾ ਨਾਮ ਰੱਖਿਆ ਸੁਲਤਾਨਪੁਰ ਆਪਣੇ ਨਾਮ ਦੇ ਉੱਪਰ। ਸੁਲਤਾਨਪੁਰ ਉਹਨਾਂ ਸਮਿਆਂ ਦੇ ਵਿੱਚ ਏਸ਼ੀਆ ਦਾ ਇਸਲਾਮ ਦਾ ਸਭ ਤੋਂ ਵੱਡਾ ਵਿੱਦਿਅਕ ਕੇਂਦਰ ਸੀ। ਕਿਤੇ ਤੁਹਾਨੂੰ ਫਾਰਸੀ ਦੀਆਂ ਦੋ ਕਿਤਾਬਾਂ ਮੁਆਸਰੇ ਆਲਮਗੀਰੀ ਔਰ ਅਹਿਕਾਮੇ ਆਲਮਗੀਰੀ, ਇਹਨਾਂ ਨੂੰ ਪੜ੍ਹਨ ਦਾ ਮੌਕਾ ਮਿਲੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਅੱਜ ਜਦੋਂ ਪੰਜਾਬ ਦੇ ਵਿਦਿਆਰਥੀ ਉੱਚ ਵਿੱਦਿਆ ਵਾਸਤੇ ਬਾਹਰ ਜਾਂਦੇ ਨੇ, ਅਤੇ ਜੇਕਰ ਤੁਸੀਂ ਉਸ ਸਦੀ ਦੇ ਵਿੱਚ ਵੇਖੋ ਜਾਂ ਉਸ ਟਾਈਮ ਦੇ ਵਿੱਚ ਵੇਖੋ ਤਾਂ ਸੁਲਤਾਨਪੁਰ ਲੋਧੀ ਵਿੱਦਿਆ ਦਾ ਕਿੰਨਾ ਵੱਡਾ ਕੇਂਦਰ ਹੋਵੇਗਾ ਕਿ ਜਹਾਂਗੀਰ ਵੀ ਸੁਲਤਾਨਪੁਰ ਲੋਧੀ ਤੋਂ ਪੜ੍ਹ ਕੇ ਗਿਆ ਹੈ, ਦਾਰਾ ਵੀ ਸੁਲਤਾਨਪੁਰ ਲੋਧੀ ਪੜ੍ਹਿਆ ਹੈ, ਮੁਰਾਦ ਵੀ ਸੁਲਤਾਨਪੁਰ ਲੋਧੀ ਪੜ੍ਹਿਆ ਹੈ ਔਰ ਔਰੰਗਜ਼ੇਬ ਵੀ ਲਗਾਤਾਰ 7 ਸਾਲ ਸੁਲਤਾਨਪੁਰ ਲੋਧੀ ਪੜ੍ਹਿਆ। ਸੁਲਤਾਨਪੁਰ ਲੋਧੀ ਜੇਕਰ ਉਸ ਵੇਲੇ ਵਿੱਦਿਆ ਦਾ ਇੰਨਾ ਵੱਡਾ ਕੇਂਦਰ ਹੈ ਤਾਂ ਗੁਰੂ ਨਾਨਕ ਸਾਹਿਬ ਨੇ ਉੱਥੋਂ ਦੇ ਲੋਕਾਂ ਨੂੰ, ਹੁਣ ਇੱਕ ਗੱਲ ਦਾ ਤਾਂ ਖਿਆਲ ਕਰਿਓ ਕਿ ਜੇ ਇੱਕ ਸਕੂਲ ਆਫ ਥਾਟ ਉਸ ਵੇਲੇ ਏਸ਼ੀਆ ਦਾ ਸਭ ਤੋਂ ਵੱਡਾ ਵਿੱਦਿਆ ਦਾ ਕੇਂਦਰ ਹੈ, ਤਾਂ ਕੁਦਰਤਨ ਉੱਥੇ ਜਿਹੜੇ ਰਹਿਣ ਵਾਲੇ ਲੋਕ ਜਾਂ ਜਿਹੜੇ ਮਦਰੱਸਿਆਂ ਦੇ ਉਸਤਾਦ ਹੋਣਗੇ ਬਹੁਤ ਪੜ੍ਹੇ ਲਿਖੇ ਹੋਣਗੇ। ਅਤੇ ਗੁਰੂ ਨਾਨਕ ਸਾਹਿਬ ਦਾ ਆਤਮਿਕ ਬਲ, ਆਤਮਿਕ ਉਸ ਅਤੇ ਰੂਹਾਨੀ ਪ੍ਰਕਾਸ਼ ਕੈਸਾ ਸੀ ਕਿ ਉਹ ਵੀ ਗੁਰੂ ਸਾਹਿਬ ਤੋਂ ਪ੍ਰਭਾਵਿਤ ਹੋ ਗਏ। ਉਹ ਕੋਈ ਆਮ ਲੋਕ ਨਹੀਂ ਸਨ, ਉਹ ਇਹਨਾਂ ਮਦਰੱਸਿਆਂ ਦੇ ਬਹੁਤ ਪੜ੍ਹੇ ਲਿਖੇ ਉਸਤਾਦ ਸਨ ਜਿਹੜੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਗਏ। ਅਤੇ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਲੋਧੀ ਜਿਹੜੀ ਪਹਿਲੀ ਆਵਾਜ਼ ਦਿੱਤੀ ਹੈ ਉਹ ਸੀ ਨਾ ਹਮ ਹਿੰਦੂ ਨਾ। ਹੁਣ ਤੁਸੀਂ ਇਹਨਾਂ ਦੋ ਗੱਲਾਂ ਨੂੰ ਵੇਖੋ। ਭਾਈ ਸਾਹਿਬ ਭਾਈ ਗੁਰਦਾਸ ਕਹਿ ਰਹੇ ਨੇ ਕਿ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਉਹਨਾਂ ਨੂੰ ਰਹਿਬਰ ਤਸਲੀਮ ਕਰ ਰਹੇ ਨੇ, ਪਰ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਮੈਂ ਮੁਸਲਮਾਨ ਵੀ ਨਹੀਂ ਔਰ ਮੈਂ ਹਿੰਦੂ ਵੀ ਨਹੀਂ। ਇਹ ਗੱਲ ਵੱਖਰੀ ਹੈ ਕਿ ਤੁਸੀਂ ਕੱਲ੍ਹ ਪਰਸੋਂ ਤੋਂ ਅਖਬਾਰਾਂ ਦੇ ਵਿੱਚ ਪੜ੍ਹ ਰਹੇ ਹੋ ਕਿ ਸ਼ੰਕਰਾਚਾਰੀਆ ਕਹਿ ਰਿਹਾ ਹੈ ਕਿ ਸੰਵਿਧਾਨ ਦੀ ਧਾਰਾ 25B ਦੇ ਅਧੀਨ ਜਿਹੜੇ ਬਾਕੀ ਇੱਥੋਂ ਦੇ ਧਰਮ ਨੇ ਉਹਨਾਂ ਨੂੰ ਵੀ ਹਿੰਦੂ ਧਰਮ ਦਾ ਇੱਕ ਹਿੱਸਾ ਐਲਾਨ ਦਿੱਤਾ ਜਾਵੇ। ਪਰ ਅਫਸੋਸ ਇਸ ਗੱਲ ਦਾ ਹੈ ਕਿ ਜਿਸ ਕੌਮ ਦੇ ਰਹਿਬਰ ਨੇ ਰੂਹਾਨੀ ਇਲਹਾਮ ਤੋਂ ਬਾਅਦ ਪਹਿਲਾ ਨਾਅਰਾ ਹੀ ਇਹ ਦਿੱਤਾ ਹੋਵੇ ਨਾ ਹਮ ਹਿੰਦੂ ਨਾ ਮੁਸਲਮਾਨ, ਉਸ ਕੌਮ ਦੀ ਰਾਜਨੀਤਿਕ ਜਿਹੜੀ ਸਥਾਪਿਤ ਧਿਰ ਹੈ ਉਹਦੇ ਵੱਲੋਂ ਕੋਈ ਆਵਾਜ਼ ਹੀ ਨਹੀਂ ਉੱਠ ਰਹੀ ਕਿ ਇਹ ਠੀਕ ਹੈ, ਅਸੀਂ ਕਿਸੇ ਧਰਮ ਦੇ ਵਿਰੋਧੀ ਨਹੀਂ। ਗੁਰੂ ਨਾਨਕ ਸਾਹਿਬ ਦਾ ਤਾਂ ਸੰਦੇਸ਼ ਹੀ ਬੜਾ ਪਿਆਰਾ ਹੈ ਕਿ ਜੇ ਤੂੰ ਮੁਸਲਮਾਨ ਹੈ ਤਾਂ ਸੱਚਾ ਮੁਸਲਮਾਨ ਬਣ, ਜੇ ਤੂੰ ਹਿੰਦੂ ਹੈ
ਅਤੇ ਆਪਣੇ ਧਰਮ ਦੇ ਵਿੱਚ ਚੰਗੇ ਅਕੀਦੇ ਵਾਲਾ ਹਿੰਦੂ ਬਣ, ਪਰ ਅਸੀਂ ਤਾਂ ਦੋਹਾਂ ਤੋਂ ਹੀ ਨਿਆਰੇ ਹਾਂ। ਅਤੇ ਗੁਰੂ ਨਾਨਕ ਸਾਹਿਬ ਦੀ ਇਸ ਵਿਚਾਰਧਾਰਾ ਦੀ ਸ਼ਿਕਾਇਤ ਵੀ ਦੌਲਤ ਖਾਂ ਲੋਧੀ ਦੇ ਦਰਬਾਰ ਦੇ ਵਿੱਚ ਹੋਈ। ਦੌਲਤ ਖਾਂ ਲੋਧੀ ਦੇ ਦਰਬਾਰ ਦੇ ਵਿੱਚ ਸ਼ਿਕਾਇਤ ਲੈ ਕੇ ਜਾਣ ਵਾਲਾ ਵੀ ਇੱਕ ਮੁਸਲਮਾਨ ਹੈ ਔਰ ਇੱਕ ਹਿੰਦੂ ਹੈ, ਇਸ ਗੱਲ ਦਾ ਖਿਆਲ ਕਰਿਓ। ਅਤੇ ਦੌਲਤ ਖਾਂ ਲੋਧੀ ਜਿਹੜਾ, ਇਹ ਉਸ ਵੇਲੇ ਪੰਜਾਬ ਦਾ ਕਹਿ ਸਕਦੇ ਹੋ ਕਿ ਅਣਵੰਡੇ ਪੰਜਾਬ ਦਾ ਗਵਰਨਰ ਹੈ, ਔਰ ਰਾਜਸੀ ਤੌਰ 'ਤੇ ਉੱਪਰ ਇਸ ਦਾ ਇੰਨਾ ਜ਼ਿਆਦਾ ਪ੍ਰਭਾਵ ਸੀ ਕਿ ਜਿਸ ਵੇਲੇ ਬਹਿਲੋਲ ਲੋਧੀ, ਬਹਿਲੋਲ ਲੋਧੀ ਤੋਂ ਬਾਅਦ ਸਿਕੰਦਰ ਲੋਧੀ ਅਤੇ ਇਬਰਾਹੀਮ ਲੋਧੀ, ਜਦੋਂ ਇਹਨਾਂ ਦੀ ਇਸ ਦੇ ਨਾਲ ਵਿਚਾਰਧਾਰਕ ਸਾਂਝ ਨਾ ਬਣੀ ਅਤੇ ਹਿੰਦੁਸਤਾਨ ਦੇ ਉੱਪਰ ਬਾਬਰ ਨੂੰ ਹਮਲਾ ਕਰਨ ਦਾ ਸੱਦਾ ਦੇਣ ਵਾਲਾ ਵੀ ਦੌਲਤ ਖਾਂ ਲੋਧੀ ਸੀ। ਅਤੇ ਦੌਲਤ ਖਾਂ ਲੋਧੀ ਜਿਹੜਾ, ਉਹ ਰਾਏ ਭੋਏ ਦਾ ਜਵਾਈ ਸੀ, ਜਿਸ ਨਗਰ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਜਿੱਥੇ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਨੇ। ਇਹਨਾਂ ਦਾ ਆਪਸ ਦੇ ਵਿੱਚ ਇਹ ਰਿਸ਼ਤਾ ਸੀ। ਗੁਰੂ ਨਾਨਕ ਸਾਹਿਬ ਦੀ ਸ਼ਿਕਾਇਤ ਹੋਈ ਹੈ ਕਿ ਜੈ ਰਾਮ ਦੇ ਸਾਲੇ ਨੇ ਇੱਕ ਵੱਖਰੀ ਸਦਾ ਦੇ ਦਿੱਤੀ ਹੈ ਕਿ ਨਾ ਮੈਂ ਹਿੰਦੂ ਹਾਂ ਨਾ ਮੈਂ ਮੁਸਲਮਾਨ ਹਾਂ। ਗੁਰੂ ਸਾਹਿਬ ਨੂੰ ਤਲਬ ਕੀਤਾ ਗਿਆ ਦੌਲਤ ਖਾਂ ਦੀ ਕਚਹਿਰੀ ਦੇ ਵਿੱਚ, ਉਸ ਦੇ ਦਰਬਾਰ ਦੇ ਵਿੱਚ। ਜਦੋਂ ਗੁਰੂ ਨਾਨਕ ਸਾਹਿਬ ਗਏ ਨੇ ਤਾਂ ਸ਼ਾਹੀ ਕਾਜ਼ੀ ਨੇ ਗੁਰੂ ਨਾਨਕ ਸਾਹਿਬ ਨੂੰ ਇੱਕ ਗੱਲ ਕਹੀ ਹੈ ਕਿ ਇਸ ਕਚਹਿਰੀ ਦਾ, ਇਸ ਦਰਬਾਰ ਦਾ ਇੱਕ ਅਸੂਲ ਹੈ ਕਿ ਜਦੋਂ ਰਾਜਾ ਤਲਬ ਕਰਦਾ ਹੈ ਅਤੇ ਰਾਜੇ ਦੇ ਸਾਹਮਣੇ ਪੇਸ਼ ਹੋਇਆ ਜਾਂਦਾ ਹੈ ਨਾ, ਅਤੇ ਝੁੱਕ ਕੇ ਸੱਤ ਸਲਾਮਾਂ ਕੀਤੀਆਂ ਜਾਂਦੀਆਂ ਨੇ। ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਜਦੋਂ ਇਸਲਾਮੀ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਜਾਇਆ ਜਾਂਦਾ ਹੈ ਅਤੇ ਉਸਨੂੰ ਫਰਸ਼ੀ ਸਲਾਮ ਕਿਹਾ ਜਾਂਦਾ, ਝੁੱਕ ਕੇ ਸੱਤ ਵਾਰੀ ਸਲਾਮ ਕਰਨੀ। ਅਤੇ ਗੁਰੂ ਨਾਨਕ ਸਾਹਿਬ ਨੂੰ ਸ਼ਾਹੀ ਕਾਜ਼ੀ ਕਹਿੰਦਾ ਹੈ ਕਿ ਇਸ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਝੁੱਕ ਕੇ ਸੱਤ ਸਲਾਮਾਂ ਕਰਨੀਆਂ ਪੈਣਗੀਆਂ। ਹੁਣ ਇਸ ਗੱਲ ਨੂੰ ਬੜਾ ਸੂਖਮਤਾ ਦੇ ਨਾਲ ਸੋਚਣ ਦੀ ਲੋੜ ਹੈ ਕਿ ਗੁਰੂ ਸਾਹਿਬ ਦੀ ਇਲਾਹੀ ਸਦਾ ਹੈ ਕਿ ਨਾ ਅਸੀਂ ਹਿੰਦੂ ਹਾਂ ਨਾ ਅਸੀਂ ਮੁਸਲਮਾਨ ਹਾਂ, ਅਤੇ ਸ਼ਿਕਾਇਤ ਕਰਨ ਵਾਲਾ ਵੀ ਹਿੰਦੂ ਹੈ ਅਤੇ ਮੁਸਲਮਾਨ ਹੈ। ਅਤੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਜਾ ਰਿਹਾ ਹੈ ਕਿ ਇਸਲਾਮੀ ਅਕੀਦੇ ਦੇ ਮੁਤਾਬਕ ਸੱਤ ਸਲਾਮਾਂ ਕਰੋ, ਅਤੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਜਵਾਬ ਦਿੱਤਾ ਬੜਾ ਪਿਆਰਾ ਹੈ। ਗੁਰੂ ਸਾਹਿਬ ਦਾ ਜਵਾਬ ਪਤਾ ਕੀ ਹੈ? ਸੱਚੇ ਸਾਹਿਬ ਕੋ ਸਲਾਮ ਕੀਆ ਹੈ, ਅਬ ਕਿਸੀ ਔਰ ਕੋ ਸਲਾਮ ਨਹੀਂ ਕਰਦੇ। ਜਿਸ ਦੇ ਅੱਗੇ ਮੈਂ ਸਿਰ ਝੁਕਾਉਣਾ ਸੀ ਨਾ, ਉਹ ਮੈਂ ਸਿਰ ਝੁਕਾ ਚੁੱਕਾ ਹੈ, ਹੁਣ ਮੈਂ ਕਿਸੇ ਹੋਰ ਦੇ ਅੱਗੇ ਸਿਰ ਨਹੀਂ ਝੁਕਾ ਸਕਦਾ। ਸੱਚੇ ਸਾਹਿਬ ਕੋ ਸਲਾਮ ਕੀਆ ਹੈ, ਅਬ ਕਿਸੀ ਔਰ ਕੋ ਸਲਾਮ ਨਹੀਂ ਕਰਦੇ। ਇਹ ਜਨਮ ਸਾਖੀ ਦੇ ਸ਼ਬਦ ਨੇ। ਹੁਣ ਇਹਨਾਂ ਨੂੰ ਦੋ ਚੀਜ਼ਾਂ ਨੂੰ ਆਪਣੀ ਮਾਨਸਿਕਤਾ ਦੇ ਵਿੱਚ ਲੈ ਕੇ ਆਓ। ਦੌਲਤ ਖਾਂ ਲੋਧੀ ਦਾ ਲੱਗਾ ਹੋਇਆ ਦਰਬਾਰ, ਸ਼ਿਕਾਇਤਕਰਤਾ ਦੋ ਧਰਮਾਂ ਦੇ ਲੋਕ, ਅਤੇ ਵਿੱਚ ਗੁਰੂ ਨਾਨਕ ਸਾਹਿਬ ਦੀ ਵੱਖਰੀ ਆਵਾਜ਼, ਵੱਖਰੀ ਸਦਾ ਕਿ ਅਸੀਂ ਇੱਕ ਅਕਾਲ ਪੁਰਖ ਨੂੰ ਸਿਜਦਾ ਕਰ ਚੁੱਕੇ ਹਾਂ, ਹੁਣ ਕਿਸੇ ਮਨੁੱਖ ਦੇ ਅੱਗੇ ਇਹ ਸਿਰ ਨਹੀਂ ਝੁਕਾਇਆ ਜਾ ਸਕਦਾ। ਇਹ ਵੀ ਇੱਕ ਕਚਹਿਰੀ ਹੈ। ਇੱਥੇ ਵੀ ਦੋ ਵਿਚਾਰਧਾਰਾਵਾਂ ਗੁਰੂ ਨਾਨਕ ਸਾਹਿਬ ਦੀ, ਇੱਕ ਅਕਾਲ ਦੀ ਵਿਚਾਰਧਾਰਾ ਦੀਆਂ ਵਿਰੋਧੀ ਨੇ। ਅਤੇ ਹੁਣ ਜੇ ਤੁਸੀਂ ਇਤਿਹਾਸ ਦੇ ਵਿੱਚ ਇਸ ਦਾ ਦੂਸਰਾ ਰੂਪ ਵੇਖਣਾ ਅਤੇ ਆਪਣੀ ਮਾਨਸਿਕਤਾ ਨੂੰ ਉਸ ਜਗ੍ਹਾ 'ਤੇ ਲੈ ਕੇ ਆਓ ਜਿੱਥੇ ਮਾਤਾ ਗੁਜਰ ਕੌਰ ਦੀ ਗੋਦ ਦੇ ਵਿੱਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਨੇ ਸ਼ਹਾਦਤ ਦਾ ਫਤਵਾ ਜਾਰੀ ਹੋ ਚੁੱਕਾ ਹੈ। ਅਤੇ ਪਤਾ ਹੈ ਕਿ ਅੱਜ ਜਦੋਂ ਇਹਨਾਂ ਨੇ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਜਾਣਾ ਹੈ, ਸ਼ਹਾਦਤ ਦਾ ਐਲਾਨ ਹੋ ਜਾਵੇਗਾ। ਅਤੇ ਮਾਤਾ ਜੀ ਨੇ ਸ਼ਬਦ ਕੀ ਕਹੇ ਨੇ ਜੋ ਸਾਡੇ ਪ੍ਰਾਤਨ ਸਰੋਤਾਂ ਦੇ ਵਿੱਚ ਆਉਂਦੇ ਨੇ? ਧਰਮ ਨਹਿ ਤਜੇ ਹੈ, ਕਬੀ ਤੁਰਕ ਨਹਿ ਬਨੇ ਹੈ, ਆਪਣੇ ਸੀਸ ਪੇਟ ਕੀਏ ਹੈ ਜੈਸੇ ਵੱਡਿਓ ਨੇ ਦੀਏ ਹੈ। ਕਿ ਤੁਸੀਂ ਜਦੋਂ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਜਾਣਾ ਹੈ ਅਤੇ ਆਪਣੇ ਵਡੇਰਿਆਂ ਦੀ ਪਰੰਪਰਾ ਨੂੰ ਨਿਭਾਉਣਾ ਹੈ, ਅਤੇ ਵਡੇਰਿਆਂ ਦੀ ਪਰੰਪਰਾ ਦੀ ਆਰੰਭਤਾ ਕੀਤੀ ਸੀ ਗੁਰੂ ਨਾਨਕ ਸਾਹਿਬ ਨੇ, ਅਤੇ ਜਦੋਂ ਸਾਹਿਬਜ਼ਾਦੇ ਗਏ ਨੇ ਵਜ਼ੀਰ ਖਾਨ ਨੂੰ ਸਲਾਮ ਉਹਨਾਂ ਨੇ ਵੀ ਨਹੀਂ ਕੀਤਾ। ਅਤੇ ਉੱਥੇ ਵੀ ਦੋ ਵਿਚਾਰਧਾਰਾਵਾਂ ਨੇ, ਇੱਕ ਵਜ਼ੀਰ ਖਾਨ, ਇੱਕ ਸੁੱਚਾ ਆਨੰਦ, ਜਿਹੜੀਆਂ ਗੁਰੂ ਸਾਹਿਬ ਦੇ ਸਮੇਂ ਸੀ। ਉੱਥੇ ਵੀ ਉਹੀ ਦੋ ਵਿਚਾਰਧਾਰਾ ਜਿਹੜੀਆਂ ਨੇ
ਉਹ ਸਿੱਖੀ ਦੇ ਖਿਲਾਫ ਨੇ। ਅਤੇ ਵਜ਼ੀਰ ਖਾਨ ਸਾਹਿਬਜ਼ਾਦਿਆਂ ਨੂੰ ਇੱਕ ਗੱਲ ਕਹਿੰਦਾ, ਕਹਿੰਦਾ ਹੈ ਕਿ ਤੁਸੀਂ ਸਾਡੇ ਜਿਹੜੇ ਸ਼ਾਹ ਨੇ ਵਜ਼ੀਰ ਖਾਨ, ਮੇਰੀ ਇੰਨੀ ਜ਼ਿਆਦਾ ਚੱਲਦੀ ਹੈ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ, ਜੇਕਰ ਤੁਸੀਂ ਸਲਾਮ ਕਰ ਦਵੋ ਤੁਹਾਡੀ ਜਾਨ ਵੀ ਬਖਸ਼ੀ ਜਾ ਸਕਦੀ ਹੈ, ਅਨੰਦਪੁਰ ਸਾਹਿਬ ਵੀ ਵਾਪਸ ਦਿੱਤਾ ਜਾ ਸਕਦਾ ਹੈ, ਤੁਹਾਨੂੰ ਸਰਕਾਰੀ ਅਹਿਲਕਾਰੀਆਂ ਅਤੇ ਅਹੁਦੇ ਵੀ ਦਿੱਤੇ ਜਾ ਸਕਦੇ ਨੇ। ਇਹੀ ਗੱਲ ਸੁੱਚਾ ਨੰਦ ਨੇ ਕਹੀ ਹੈ ਕਿ ਜਾਨ ਤਾਂ ਨਹੀਂ, ਤੁਮ ਸ਼ਾਹ ਕੇ ਮੁਕਾਮ ਕੋ ਵੋ ਜੰਨਤ ਬਣਾ ਕੇ ਰੱਖ ਦੇਗਾ ਤੁਹਾਰੇ ਸਥਾਨ ਕੋ। ਇਹ ਗੱਲ ਸੁੱਚਾ ਨੰਦ ਕਹਿ ਰਿਹਾ ਹੈ ਕਿ ਵਜ਼ੀਰ ਖਾਨ ਨੂੰ ਤੁਸੀਂ ਸਲਾਮ ਕਰ ਲਵੋ, ਉਹ ਤੁਹਾਡੀ ਜਗ੍ਹਾ ਨੂੰ ਜੰਨਤ ਬਣਾ ਕੇ ਰੱਖ ਦੇਵੇਗਾ। ਅਤੇ ਸਾਹਿਬਜ਼ਾਦਿਆਂ ਦਾ ਜਿਹੜਾ ਜਵਾਬ ਹੈ ਉਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ 'ਚੋਂ ਆ ਰਿਹਾ। ਬਿਲਕੁਲ ਜਿਹੜੇ ਸ਼ਬਦ ਗੁਰੂ ਨਾਨਕ ਸਾਹਿਬ ਨੇ ਵਰਤੇ ਨੇ, ਤੁਸੀਂ ਕਿਤੇ ਮਹਿਮਾ ਪ੍ਰਕਾਸ਼ ਨੂੰ ਪੜ੍ਹ ਕੇ ਵੇਖਿਓ, ਉਹੀ ਸ਼ਬਦ ਸਾਹਿਬਜ਼ਾਦਿਆਂ ਨੇ ਵਜ਼ੀਰ ਖਾਨ ਦੀ ਕਚਹਿਰੀ 'ਚ ਵਰਤੇ ਨੇ, ਸੱਚੇ ਸਾਹਿਬ ਕੋ ਸਲਾਮ ਕੀਆ ਹੈ ਅਬ ਕਿਸੀ ਔਰ ਕੋ ਨਹੀਂ ਕਰਤੇ। ਜਨਮ ਸਾਖੀ ਦੇ ਵਿੱਚ ਵੀ ਇਹੀ ਸ਼ਬਦ ਗੁਰੂ ਨਾਨਕ ਸਾਹਿਬ ਦੇ ਨੇ ਅਤੇ ਮਹਿਮਾ ਪ੍ਰਕਾਸ਼ ਦੇ ਵਿੱਚ ਇਹੀ ਸ਼ਬਦ ਛੋਟੇ ਸਾਹਿਬਜ਼ਾਦਿਆਂ ਦੇ ਨੇ ਕਿ ਸੱਚੇ ਸਾਹਿਬ ਕੋ ਸਲਾਮ ਕੀਆ ਹੈ ਅਬ ਕਿਸੀ ਔਰ ਕੋ ਸਲਾਮ ਨਹੀਂ ਕਰਤੇ। ਸੁੱਚਾਨੰਦ ਬੋਲਿਆ, ਕਹਿੰਦਾ ਕਿ ਤੁਸੀਂ ਜੇਕਰ ਇਸਲਾਮ ਨੂੰ ਤਸਲੀਮ ਨਹੀਂ ਕਰਨਾ ਤਾਂ ਸਿੱਖੀ ਨੂੰ ਛੱਡ ਕੇ ਹਿੰਦੂ ਧਰਮ ਦੇ ਵਿੱਚ ਆ ਜਾਓ। ਸਾਡਾ ਫੌਜਦਾਰ ਵਜ਼ੀਰ ਖਾਨ ਤਾਂ ਇੰਨਾ ਚੰਗਾ ਹੈ ਕਿ ਮੈਂ ਵੀ ਤਾਂ ਹਿੰਦੂ ਹੋ ਕੇ ਇਸ ਦੇ ਰਾਜ ਦੇ ਵਿੱਚ ਅਹਿਲਕਾਰੀ ਕਰ ਰਿਹਾ ਹਾਂ, ਤੁਸੀਂ ਵੀ ਆਪਣੇ ਈਮਾਨ ਨੂੰ ਬਚਾ ਸਕਦੇ ਹੋ, ਜਾਨ ਵੀ ਬਚਾ ਸਕਦੇ ਹੋ, ਸਿੱਖ ਧਰਮ ਨੂੰ ਛੱਡ ਕੇ ਇਸ ਧਰਮ ਦੇ ਦਾਇਰੇ ਦੇ ਵਿੱਚ ਆ ਜਾਓ। ਅਤੇ ਜਿਹੜਾ ਔਰੰਗਜ਼ੇਬ ਹੈ ਨਾ, ਉਸ ਨੂੰ ਕਹਿ ਕੇ ਤੁਹਾਡੇ ਸਾਰੇ ਗੁਨਾਹ ਜਿਹੜੇ ਨੇ ਉਹ ਮਾਫ਼ ਕਰਵਾ ਦਿੱਤੇ ਜਾਣਗੇ। ਅਤੇ ਸਾਹਿਬਜ਼ਾਦਿਆਂ ਦਾ ਜਵਾਬ, ਕਹਿੰਦੇ ਪੜ੍ਹਤੇ ਕੁਰਾਨ ਪਿਤਾ ਕੋ ਜੋ ਕਰਤਾ ਕੈਦ ਹੋ, ਖਲਕ ਕੋ ਉਸੇ ਨੇਕੀ ਕੀ ਭਲਾ ਕਿਆ ਉਮੈਦ ਹੋ। ਕਿਹੜੇ ਔਰੰਗਜ਼ੇਬ ਦੀ ਗੱਲ ਕਰਦੇ ਹੋ ਤੁਸੀਂ? ਸਾਡੇ ਸਾਹਮਣੇ ਕਿਸ ਔਰੰਗਜ਼ੇਬ ਦੀ ਗੱਲ ਕਰਦੇ ਹੋ ਜਿਹੜਾ ਆਪਣੇ ਪੁੱਤਰਾਂ ਦਾ ਨਾਂ ਬਣਿਆ, ਜਿਹੜਾ ਆਪਣੀ ਬੇਟੀ ਦਾ ਨਾਂ ਬਣਿਆ, ਜਿਹੜਾ ਆਪਣੇ ਭਰਾਵਾਂ ਦਾ ਨਾਂ ਬਣਿਆ, ਜਿਹੜਾ ਆਪਣੇ ਪਿਤਾ ਦਾ ਨਾਂ ਬਣਿਆ, ਜਿਹੜਾ ਕਿਸੇ ਦਾ ਵੀ ਨਾਂ ਬਣਿਆ, ਖਲਕ ਨੂੰ ਉਸ ਤੋਂ ਨੇਕੀ ਦੀ ਕੀ ਉਮੀਦ ਹੋ ਸਕਦੀ ਹੈ? ਸੁੱਚਾਨੰਦ ਫਿਰ ਬੋਲਿਆ, ਕਹਿੰਦਾ ਸਿਜਦਾ ਤਾਂ ਕਰ ਲਵੋ, ਨਹੀਂ ਸਿਜਦਾ ਕਰੋਗੇ ਤਾਂ ਸਾਡੇ ਇਸ ਵਜ਼ੀਰ ਦੇ ਕੋਲ ਅਤੇ ਸਾਡੇ ਬਾਦਸ਼ਾਹ ਦੇ ਕੋਲ ਰਾਜਸੀ ਤਾਕਤ ਵੀ ਹੈ। ਹੁਣ ਇਹ ਦੋ ਵਿਚਾਰਧਾਰਾਵਾਂ ਨੇ ਅਤੇ ਇਹਨਾਂ ਵਿਚਾਰਧਾਰਾਵਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਕਿਵੇਂ ਪੈਦਾ ਹੁੰਦੀ ਹੈ? ਹਕੀਮ ਮਿਰਜ਼ਾ ਅਲਾਯਾਰ ਖਾਂ ਜੋਗੀ ਕਹਿੰਦੇ ਨੇ ਕਿ ਸਾਹਿਬਜ਼ਾਦਿਆਂ ਨੇ ਪਹਿਲਾ ਹੱਥ ਆਪਣਾ ਵਜ਼ੀਰ ਖਾਨ ਵੱਲ ਕੀਤਾ। ਕਹਿੰਦੇ ਫੌਜ਼ੋਂ ਪੇ ਨਾਜ਼ ਤੁਮਕੋ, ਤੈਨੂੰ ਆਪਣੀ ਫੌਜੀ ਤਾਕਤ ਦੇ ਉੱਪਰ ਮਾਣ ਹੋਵੇਗਾ। ਦੂਜੇ ਪਾਸੇ ਸੁੱਚਾਨੰਦ ਸੀ, ਕਹਿੰਦੇ ਤੁਮੇ ਦੇਵੀ ਪੇ ਮਾਨ ਹੈ, ਫੌਜੋਂ ਪੇ ਨਾਜ਼ ਤੁਮਕੋ, ਤੁਮੇ ਦੇਵੀ ਪੇ ਮਾਨ ਹੈ, ਪਰ ਆਸ਼ਿਕ ਹੈ ਹਮ ਖੁਦਾ ਕੇ ਹਥੇਲੀ ਪੇ ਜਾਨ ਹੈ। ਸਾਡੀ ਤਾਂ ਖੇਡ ਹੀ ਵੱਖਰੀ ਹੈ। ਹੁਣ ਇਹ ਜਿਹੜੀ ਗੱਲ ਹੈ, ਆਸ਼ਿਕ ਹੈ ਹਮ ਖੁਦਾ ਕੇ ਹਥੇਲੀ ਪੇ ਜਾਨ ਹੈ, ਇਹ ਉਹੀ ਵਿਚਾਰਧਾਰਾ ਹੈ ਜਿਹੜੀ ਗੁਰੂ ਨਾਨਕ ਸਾਹਿਬ ਨੇ ਦ੍ਰਿੜ ਕਰਾ ਦਿੱਤੀ ਕਿ ਜੋ ਤੋ ਪ੍ਰੇਮ ਸਿਰ ਧਰ ਤਲੀ ਗਲੀ ਮੇਰੀ ਆਓ। ਹੁਣ ਕਚਹਿਰੀ ਦੇ ਵਿੱਚ ਫੌਜਦਾਰ ਹੀ ਬਦਲਿਆ, ਵਿਚਾਰਧਾਰਾਵਾਂ ਤਾਂ ਉਹੀ ਨੇ ਨਾ। ਇੱਥੇ ਵੀ ਸਿੱਖ ਇੱਕ ਵੱਖਰੀ ਕੌਮੀਅਤ ਦੀ ਸਦਾ ਗੂੰਜ ਰਹੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਦੇ ਸਮੇਂ ਦੌਲਤ ਖਾਂ ਲੋਧੀ ਦੀ ਕਚਹਿਰੀ ਦੇ ਵਿੱਚ ਗੂੰਜੀ ਸੀ। ਪਰ ਕਿਉਂ ਗੂੰਜੀ? ਕਿਉਂਕਿ ਗੁਰੂ ਸਾਹਿਬ ਦੇ ਫਰਜ਼ੰਦਾਂ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅਪਣਾਇਆ। ਔਰ ਗੁਰੂ ਨਾਨਕ ਸਾਹਿਬ ਨੂੰ ਹੁਣ ਕਿਹਾ ਗਿਆ ਕਿ ਜੇਕਰ ਤੁਸੀਂ ਸਾਡੇ ਅਕੀਦੇ ਦੇ ਅਧੀਨ ਨਹੀਂ ਆਉਣਾ ਚਾਹੁੰਦੇ ਤਾਂ ਫਿਰ ਤੁਸੀਂ ਸਾਡੇ ਨਾਲ ਸਾਡੇ ਧਾਰਮਿਕ ਅਸਥਾਨ ਮਸਜਿਦ ਦੇ ਵਿੱਚ ਜਾ ਕੇ ਨਮਾਜ਼ ਪੜ੍ਹੋ। ਗੁਰੂ ਸਾਹਿਬ ਨੇ ਇਨਕਾਰ ਨਹੀਂ ਕੀਤਾ। ਗੁਰੂ ਸਾਹਿਬ ਚਲੇ ਗਏ, ਉਹਨਾਂ ਨੇ ਸ਼ੁੱਕਰਵਾਰ ਦੇ ਦਿਨ ਜ਼ੁੰਮੇ ਦੀ ਨਮਾਜ਼ ਪੜ੍ਹੀ ਅਤੇ ਗੁਰੂ ਸਾਹਿਬ ਖੜ੍ਹੇ ਨੇ, ਉਹ ਸਜਦੇ ਕਰ ਰਹੇ ਨੇ, ਗੁਰੂ ਸਾਹਿਬ ਮੁਸਕਰਾ ਰਹੇ ਨੇ ਅਤੇ ਸ਼ਾਹੀ ਕਾਜ਼ੀ ਕੋਲ ਰਿਹਾ ਨਾ ਗਿਆ। ਨਮਾਜ਼ ਦੀ ਜਦੋਂ ਰਸਮ ਸਮਾਪਤ ਹੋਈ ਤਾਂ ਦੌਲਤ ਖਾਨ ਨੂੰ ਕਹਿੰਦਾ ਨਮਾਜ਼ ਕਜ਼ਾ ਹੋ ਗਈ ਹੈ। ਨਮਾਜ਼ ਅੱਜ ਦੀ ਤਾਂ ਗੁਰੂ ਨਾਨਕ ਸਾਹਿਬ ਨੇ ਭੰਗ ਕਰਕੇ ਰੱਖ ਦਿੱਤੀ ਹੈ। ਅਸੀਂ ਸਿਜਦੇ ਵਿੱਚ ਖੁਦਾ ਦੀ ਇਬਾਦਤ ਕਰ ਰਹੇ ਸੀ ਅਤੇ ਇਹ ਮੁਸਕਰਾ ਰਹੇ ਸੀ, ਇਹਨਾਂ ਸਾਡੇ ਨਾਲ ਸਿਜਦਾ ਹੀ ਨਹੀਂ ਕੀਤਾ,
ਤੇ ਗੁਰੂ ਸਾਹਿਬ ਨੇ ਕਿਹਾ ਕਿ ਸਿਜਦਾ ਸਰੀਰ ਕਰਕੇ ਕਰ ਰਹੇ ਸੀ, ਮਨ ਕਰਕੇ ਨਹੀਂ। ਕਾਜੀ ਸਾਹਿਬ, ਤੁਸੀਂ ਨਮਾਜ਼ ਦੇ ਵਿੱਚ ਝੁੱਕ ਤਾਂ ਰਹੇ ਸੀ ਪਰ ਤੁਹਾਡਾ ਧਿਆਨ ਤਾਂ ਘਰ ਦੇ ਵਿੱਚ ਸੀ। ਅਤੇ ਦੌਲਤ ਖਾਂ ਨੇ ਪੁੱਛਿਆ, ਕਹਿੰਦਾ ਠੀਕ ਹੈ ਜੇ ਕਾਜੀ ਸਾਹਿਬ ਦੀ ਨਮਾਜ਼ ਪ੍ਰਵਾਨ ਨਹੀਂ ਹੋਈ ਤਾਂ ਮੇਰੀ ਨਮਾਜ਼ ਤਾਂ ਪ੍ਰਵਾਨ ਹੋਈ ਹੋਵੇਗੀ। ਅਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਕਿ ਦੌਲਤ ਖਾਂ ਲੋਧੀ, ਤੇਰਾ ਮਨ ਵੀ ਨਮਾਜ਼ ਦੇ ਵਿੱਚ ਨਹੀਂ ਸੀ, ਤੇਰਾ ਮਨ ਤਾਂ ਕਾਬਲ ਦੇ ਵਿੱਚ ਘੋੜਿਆਂ ਦੀ ਖਰੀਦਦਾਰੀ ਕਰ ਰਿਹਾ ਸੀ। ਇਹੀ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ ਹੈ ਕਿ ਕੇਵਲ ਤਨ ਕਰਕੇ ਝੁਕਣ ਦੇ ਨਾਲ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਗੁਰੂ ਦੇ ਅੱਗੇ ਮੱਥਾ ਟੇਕ ਲਿਆ। ਤੁਧ ਨੂੰ ਨਿਮਣ ਮੰਨਣ ਤੇਰਾ ਨਾਉਂ, ਗੁਰੂ ਦੇ ਅੱਗੇ ਆਪਣੇ ਸਿਰ ਨੂੰ ਝੁਕਾਉਣਾ ਹੈ, ਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨਣਾ। ਇਹ ਕੇਵਲ ਸਰੀਰ ਦੀ ਕਿਰਿਆ ਨਹੀਂ ਹੈ, ਇਹ ਮਨ ਦੀ ਕਿਰਿਆ। ਆਪਣੇ ਮਨ ਨੂੰ ਆਪਣੇ ਇਸ਼ਟ ਦੇ ਅੱਗੇ ਝੁਕਾਉਣਾ ਪੈਂਦਾ ਹੈ, ਸਮਰਪਿਤ ਕਰਨਾ ਪੈਂਦਾ ਹੈ। ਇਹ ਕੇਵਲ ਤਨ ਦੀ ਕਿਰਿਆ ਨਹੀਂ ਹੈ। ਅਤੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਜਿਹੜਾ ਉਸ ਵੇਲੇ ਇਸਲਾਮ ਦਾ ਸਭ ਤੋਂ ਵੱਡਾ ਵਿੱਦਿਅਕ ਕੇਂਦਰ ਹੈ, ਉਹ ਕਿੰਨਾ ਪ੍ਰਭਾਵਿਤ ਹੋਇਆ ਹੋਵੇਗਾ। ਮੈਂ ਔਰੰਗਜ਼ੇਬ ਦੇ ਦਰਬਾਰ ਦੀ ਇੱਕ ਮਿਸਾਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ, ਜਿਹੜੀ ਅਹਿਕਾਮੇ ਆਲਮਗੀਰੀ ਦੇ ਵਿੱਚ ਹੈ। ਅਹਿਕਾਮੇ ਆਲਮਗੀਰੀ ਦਾ ਅੰਗਰੇਜ਼ੀ ਅਨੁਵਾਦ ਵੀ ਅਵੇਲੇਬਲ ਹੈ, ਜਾਦੂਨਾਥ ਸਰਕਾਰ ਨੇ ਕੀਤਾ ਹੈ। ਉਹਦੇ ਵਿੱਚ ਇਸ ਘਟਨਾ ਦਾ ਹੂ ਬਹੂ ਜ਼ਿਕਰ ਹੈ। ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਇੱਕ ਵਿਅਕਤੀ ਆਇਆ ਅਤੇ ਔਰੰਗਜ਼ੇਬ ਨੂੰ ਕਹਿੰਦਾ ਕਿ ਮੈਂ ਤੇਰਾ ਮੁਰੀਦ ਬਣਨਾ ਚਾਹੁੰਦਾ। ਹੁਣ ਕੋਈ ਰਾਜੇ ਨੂੰ ਆ ਕੇ ਕਹੇ ਕਿ ਮੈਂ ਤੇਰਾ ਮੁਰੀਦ ਬਣਨਾ ਚਾਹੁੰਦਾ, ਸੁਭਾਵਕ ਹੈ ਕਿ ਮੈਂ ਤੇਰੇ ਤੋਂ ਬਾਅਦ ਤੇਰੀ ਦੌਲਤ ਦਾ ਵਾਰਸ ਬਣਨਾ ਚਾਹੁੰਦਾ। ਰਾਜਾ ਕੋਈ ਫਕੀਰ ਤਾਂ ਹੈ ਨਹੀਂ, ਉਹਦੇ ਕੋਲ ਕੋਈ ਧਾਰਮਿਕ ਗਿਆਨ ਤਾਂ ਲੈਣਾ ਨਹੀਂ, ਇਹਦਾ ਮਤਲਬ ਕਿ ਮੈਂ ਤੇਰੀ ਇਸ ਰਾਜ ਗੱਦੀ ਦਾ ਵਾਰਸ ਬਣਨਾ ਚਾਹੁੰਦਾ। ਅਤੇ ਔਰੰਗਜ਼ੇਬ ਮੁਸਕਰਾ ਪਿਆ ਅਤੇ ਉਸਨੇ ਇੱਕ ਸ਼ਬਦ ਕਿਹਾ। ਉਹ ਸ਼ਬਦ ਪਤਾ ਕੀ ਸੀ ਔਰੰਗਜ਼ੇਬ ਨੇ ਆਪਣੇ ਦਰਬਾਰ ਦੇ ਵਿੱਚ ਕੀ ਕਿਹਾ? ਔਰੰਗਜ਼ੇਬ ਨੇ ਕਿਹਾ, ਕੁੱਲ੍ਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ। ਅਤੇ ਜਿਹੜਾ ਸ਼ਾਹੀ ਕਾਜੀ ਸੀ ਨਾ ਵਹਾਬੂਦੀਨ, ਤਰਬਕ ਗਿਆ, ਕਹਿੰਦਾ ਬਾਦਸ਼ਾਹ ਸਲਾਮਤ ਆਹ ਕੀ ਕੀਤਾ ਜੇ ਕਾਫਰ ਦੀ ਕਲਾਮ ਪੜ੍ਹ ਦਿੱਤੀ ਹੈ? ਇਸ 'ਤੇ ਸਾਡੀ ਉਦਾਹਰਣੀ ਨਹੀਂ, ਇਹ ਤਾਂ ਗੁਰੂ ਨਾਨਕ ਦੀ ਬਾਣੀ ਹੈ, ਇਹ 'ਤੇ ਕਾਫਰ ਦੀ ਬਾਣੀ ਹੈ, ਤੁਸੀਂ ਦਰਬਾਰ ਦੇ ਵਿੱਚ ਪੜ੍ਹ ਦਿੱਤੀ ਹੈ। ਅਤੇ ਔਰੰਗਜ਼ੇਬ ਨੇ ਜਵਾਬ ਪਤਾ ਕੀ ਦਿੱਤਾ ਸੀ? ਕਹਿੰਦਾ ਮੈਨੂੰ ਨਹੀਂ ਪਤਾ ਹੈ ਕਿਸ ਦੀ ਕਲਾਮ ਹੈ, ਪਰ ਜਦੋਂ ਮੈਂ ਸੁਲਤਾਨਪੁਰ ਪੜ੍ਹਿਆ ਕਰਦਾ ਸੀ ਨਾ ਤਾਂ ਸਾਡੇ ਮਦਰੱਸਿਆਂ ਦੇ ਉਸਤਾਦ ਇਸ ਦੀ ਉਦਾਹਰਣ ਦਿਆ ਕਰਦੇ ਸੀ। ਇਹ ਹੂ ਬਹੂ ਤੁਹਾਨੂੰ ਅਹਿਕਾਮੇ ਆਲਮਗੀਰੀ 'ਚ ਮਿਲ ਜਾਵੇਗਾ। ਇਸ ਦਾ ਮਤਲਬ ਕਿ ਇਸਲਾਮ ਦਾ ਸਕੂਲ ਆਫ ਥਾਟ ਜਿਹੜਾ, ਜਿਹੜੇ ਉਹਨਾਂ ਦੇ ਵਿੱਦਿਅਕ ਅਦਾਰੇ ਜਾਂ ਮਦਰੱਸੇ ਨੇ, ਉਹਨਾਂ ਦੇ ਉਸਤਾਦ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਕਿੰਨੇ ਜ਼ਿਆਦਾ ਪ੍ਰਭਾਵਿਤ ਹੋ ਚੁੱਕੇ ਸੀ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਔਰੰਗਜ਼ੇਬ ਤੱਕ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੀਆਂ ਉਦਾਹਰਨਾਂ ਦੇ ਕੇ ਸਮਝਾਉਂਦੇ ਨੇ ਆਪਣੇ ਤਾਲੀਬਾਨ ਨੂੰ, ਆਪਣੇ ਵਿਦਿਆਰਥੀਆਂ ਨੂੰ, ਆਪਣੇ ਸਟੂਡੈਂਟਸ ਨੂੰ। ਪਰ ਅੱਜ ਸਾਡੇ ਵਿੱਚੋਂ ਇਹ ਗੱਲਾਂ ਕਿੱਥੇ ਚੱਲੀਆਂ ਗਈਆਂ? ਜਿਸ ਕਚਹਿਰੀ ਦੇ ਵਿੱਚ ਗੁਰੂ ਸਾਹਿਬ ਨੂੰ ਤਲਬ ਕੀਤਾ ਗਿਆ ਕਿ ਗੁਰੂ ਦੀ ਵਿਚਾਰਧਾਰਾ ਸਾਡੀ ਵਿਚਾਰਧਾਰਾ ਦੇ ਅਨੁਕੂਲ ਨਹੀਂ ਹੈ, ਉਹ ਲੋਕ ਤਾਂ ਗੁਰੂ ਸਾਹਿਬ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਏ, ਅਸੀਂ ਕਿਉਂ ਨਹੀਂ? ਉਹਦਾ ਇੱਕ ਕਾਰਨ ਹੈ ਮੇਰੇ ਖਿਆਲ ਦੇ ਨਾਲ। ਜਿਹੜੇ ਲੋਕਾਂ ਨੇ ਰਾਹ ਵਿਖਾਉਣਾ ਸੀ ਨਾ, ਉਹ ਰਸਤੇ ਦੇ ਵਿੱਚ ਠੱਗਣ ਦਾ ਸਬੱਬ ਬਣਦੇ ਜਾ ਰਹੇ ਨੇ। ਇਸਲਾਮ ਦੇ ਵਿੱਚ ਇੱਕ ਛੋਟੀ ਜਿਹੀ ਕਥਾ ਬੜੀ ਪਿਆਰੀ ਹੈ। ਕਹਿੰਦੇ ਕਿ ਇਸਲਾਮ ਦਾ ਕੋਈ ਮੁਕੱਦਸ ਅਸਥਾਨ, ਕੋਈ ਪਵਿੱਤਰ ਅਸਥਾਨ ਸੀ ਰੇਗਿਸਤਾਨ ਦੇ ਵਿੱਚ। ਰੜੇ ਲੋਕ ਉੱਥੇ ਜ਼ਿਆਰਤ ਕਰਨ ਦੇ ਵਾਸਤੇ ਜਾਂਦੇ ਸੀ, ਬਹੁਤ ਲੋਕ ਜਾਂਦੇ ਸੀ, ਅਤੇ ਰਸਤੇ ਦੇ ਵਿੱਚ ਠੱਗ ਉਹਨਾਂ ਨੂੰ ਲੁੱਟ ਲਿਆ ਕਰਦੇ ਸੀ। ਅਤੇ ਇੱਕ ਦਿਨ ਕੁਛ ਦਾਨਿਸ਼ਮੰਦ ਲੋਕਾਂ ਨੇ ਸੋਚਿਆ ਕਿ ਲੋਕਾਂ ਨੂੰ ਠੱਗੀ ਤੋਂ ਬਚਾਉਣ ਦੇ ਵਾਸਤੇ ਅਸੀਂ ਰਸਤੇ ਦੇ ਵਿੱਚ ਕੁਝ ਸੇਵਾਦਾਰ ਖੜ੍ਹੇ ਕਰੀਏ ਜਿਹੜੇ ਖਾਸ ਲਿਬਾਸ ਦੇ ਵਿੱਚ ਹੋਣ ਅਤੇ ਲੋਕਾਂ ਨੂੰ ਰਸਤਾ ਦੱਸਣ ਕਿ ਇਸ ਰਸਤੇ ਜਾਣਾ ਹੈ, ਤੁਸੀਂ ਦੂਜੇ ਰਸਤੇ ਜਾਓਗੇ ਤਾਂ ਲੁੱਟੇ ਜਾਓਗੇ। ਜਦੋਂ ਠੱਗਾਂ ਨੂੰ ਇਸ ਗੱਲ ਦਾ ਪਤਾ ਲੱਗਾ ਨਾ ਕਿ ਰਾਹ ਦੱਸਣ ਵਾਲੇ ਇੱਕ ਖਾਸ ਲਿਬਾਸ ਦੇ ਵਿੱਚ ਖੜ੍ਹੇ ਨੇ, ਅਤੇ 2-4 ਦਿਨਾਂ ਬਾਅਦ ਠੱਗ ਵੀ ਉਸੇ ਲਿਬਾਸ ਦੇ ਵਿੱਚ ਖੜ੍ਹੇ ਹੋ ਗਏ। ਜਿਨ੍ਹਾਂ ਦਾ ਕੰਮ ਰਾਹ ਦੱਸਣਾ ਸੀ ਉਸ ਲਿਬਾਸ ਦੇ ਵਿੱਚ ਠੱਗ ਖੜ੍ਹਾ ਹੈ। ਅੱਜ ਸਾਡੇ ਹਾਲਾਤ ਇੱਥੇ ਨੇ। ਇਸੇ ਕਰਕੇ ਇਸਲਾਮ ਨੇ ਇੱਕ ਸ਼ੇਰ ਕਿਹਾ ਸੀ, ਖਿਜ਼ਰ ਹੁੰਦਾ ਹੈ ਰਾਹ ਦੱਸਣ ਵਾਲਾ, ਅਤੇ ਰਾਹਜ਼ਨ ਹੁੰਦਾ ਹੈ ਰਸਤੇ 'ਚ ਲੁੱਟਣ ਵਾਲਾ। ਅਤੇ ਇੱਕ ਕਵੀ ਨੇ ਇਸ ਸਾਰੀ ਘਟਨਾ ਨੂੰ ਇੱਕ ਸ਼ੇਰ ਦੇ ਵਿੱਚ ਬੰਦ ਕਰ ਦਿੱਤਾ ਸੀ, ਲਿਬਾਸੇ ਖਿਜ਼ਰ ਮੇਂ ਜਹਾਂ ਰਾਹਜ਼ਨ ਵੀ ਘੁੰਮਤੇ ਹੈ, ਜ਼ਮਾਨੇ ਮੇਂ ਜੀਨਾ ਹੈ ਤੋ ਪਹਿਚਾਨ ਪੈਦਾ ਕਰ।
ਤੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਦੀ ਵਿਚਾਰਧਾਰਾ 'ਚੋਂ ਸਾਨੂੰ ਪਛਾਣ ਹੀ ਦਿੱਤੀ ਹੈ ਕਿ ਪਛਾਣ ਪੈਦਾ ਕਰੋ ਕਿ ਅਸੀਂ ਸ਼ਬਦ ਦੀ ਵਿਚਾਰਧਾਰਾ ਦੇ ਨਾਲ ਜੁੜਨਾ ਹੈ ਜਾਂ ਉਹਨਾਂ ਲੋਕਾਂ ਦੇ ਨਾਲ ਜੁੜਨਾ ਹੈ ਜਿਹੜੇ ਸ਼ਬਦ ਦਾ ਆਸਰਾ ਲੈ ਕੇ ਸਾਨੂੰ ਆਪਣੇ ਨਾਲ ਜੋੜ ਰਹੇ ਨੇ। ਅਤੇ ਅੱਜ ਇਹੀ ਕੁਝ ਹੋ ਰਿਹਾ। ਅੱਜ ਮੈਂ ਬੜੇ ਡੇਰੇਦਾਰਾਂ ਦਾ ਪਤਾ, ਤੁਹਾਨੂੰ ਵੀ ਪਤਾ ਹੋਵੇਗਾ, ਨਹੀਂ ਜੀ ਫਲਾਣੇ ਡੇਰੇ ਦੇ ਵਿੱਚ ਤਾਂ ਗੁਰੂ ਸਾਹਿਬ ਦੀ ਬਾਣੀ ਹੀ ਪੜ੍ਹੀ ਜਾਂਦੀ ਹੈ। ਪੜ੍ਹੀ ਜਾਂਦੀ ਹੈ ਪਰ ਜੋੜਿਆ ਗੁਰੂ ਸਾਹਿਬ ਦੇ ਨਾਲ ਨਹੀਂ ਜਾਂਦਾ, ਜੋੜਿਆ ਆਪਣੇ ਨਾਲ ਜਾਂਦਾ, ਸ਼ਬਦ ਦੇ ਨਾਲ ਨਹੀਂ ਜੋੜਿਆ ਜਾਂਦਾ। ਉਹਦਾ ਕਾਰਨ ਕੀ ਹੈ? ਕਿਤੇ ਨਾ ਕਿਤੇ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਬੜੀ ਪਿਆਰੀ ਉਦਾਹਰਣ ਦਿੱਤੀ ਹੈ। ਉਸ ਉਦਾਹਰਣ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕਿ ਪੁਰਾਣੇ ਸਮਿਆਂ ਦੇ ਵਿੱਚ ਜਾਨਵਰਾਂ ਦਾ ਔਰ ਮਨੁੱਖਾਂ ਦਾ ਇਲਾਜ ਵੈਦ ਕਰਿਆ ਕਰਦੇ ਸੀ। ਅੱਜ ਵੀ ਹਿਊਮਨ ਮੈਡੀਸਨ ਅਤੇ ਜਿਹੜੀ ਵੈਟਨਰੀ ਮੈਡੀਸਨ ਆ, ਇਹਦੇ ਰਸਾਇਣਿਕ ਜਿਹੜੇ ਫਾਰਮੂਲੇ ਨੇ ਤਕਰੀਬਨ ਇੱਕੋ ਹੀ ਹੁੰਦੇ ਨੇ, ਮਿਕਦਾਰ ਦਾ ਫਰਕ ਹੁੰਦਾ, ਡੋਜ਼ ਵੱਧ ਘੱਟ ਹੁੰਦੀ ਹੈ। ਅਤੇ ਜਦੋਂ ਅਸੀਂ ਮੈਡੀਸਨ ਨੂੰ ਪੜ੍ਹਦੇ ਹਾਂ, ਸਾਨੂੰ ਕਿਸੇ ਵੀ ਬਿਮਾਰੀ ਦੀ ਸ਼ਨਾਖਤ ਦੇ ਵਾਸਤੇ ਦੋ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਨੇ, ਸਾਇੰਸ ਐਂਡ ਸਿਮਟਮਸ, ਚਿੰਨ੍ਹ ਅਤੇ ਲੱਛਣ। ਇਹ ਗੱਲ ਵੱਖਰੀ ਹੈ ਕਿ ਹੁਣ ਡਾਕਟਰੀ ਪੇਸ਼ਾ ਵੀ ਸੇਵਾ ਦਾ ਪੇਸ਼ਾ ਨਹੀਂ ਰਹਿ ਗਿਆ, ਮੇਰਾ ਵੀ ਇਹ ਪੇਸ਼ਾ ਹੈ, ਇਹ ਲੁੱਟਣ ਦਾ ਪੇਸ਼ਾ ਬਣ ਗਿਆ। ਮਰੀਜ਼ ਬਾਅਦ ਦੇ ਵਿੱਚ ਆਉਂਦਾ, ਅਸੀਂ ਟੈਸਟਾਂ ਦੀ ਲਿਸਟ ਪਹਿਲਾਂ ਹੀ ਫੜਾ ਦਿੰਦੇ ਹਾਂ ਕਿਉਂਕਿ ਪਤਾ ਹੈ ਕਿ ਹਰ ਟੈਸਟ 'ਚੋਂ ਕਮਿਸ਼ਨ ਆ ਰਿਹਾ। ਔਰ ਇਹ ਕੁਛ ਹੋ ਰਿਹਾ, ਇਹ ਗੁਰੂ ਸਾਹਿਬ ਦੀ ਵਿਚਾਰਧਾਰਾ ਨਹੀਂ ਸੀ ਜਿਸ ਵਿਚਾਰਧਾਰਾ ਦੇ ਉੱਪਰ ਅਸੀਂ ਚੱਲੇ। ਖੈਰ, ਵੈਦ ਬੜਾ ਸਿਆਣਾ ਸੀ, ਆਪਣੇ ਵੈਦਖਾਨੇ 'ਤੇ ਬੈਠਾ ਅਤੇ ਇੱਕ ਕਿਸਾਨ ਊਠਣੀ ਨੂੰ, ਮਾਦਾ ਊਠ ਲੈ ਕੇ ਆਇਆ ਅਤੇ ਆ ਕੇ ਵੈਦ ਨੂੰ ਪਤਾ ਕੀ ਕਹਿੰਦਾ? ਕਹਿੰਦਾ ਕਿ ਵੈਦ ਜੀ, ਮੇਰੀ ਊਠਣੀ ਨੂੰ ਪਤਾ ਨਹੀਂ ਕੀ ਹੋ ਗਿਆ, 2-3 ਦਿਨ ਹੋਏ ਨੇ, ਨਾ ਇਹ ਚਾਰਾ ਖਾਂਦੀ ਹੈ, ਨਾ ਇਹ ਪਾਣੀ ਪੀਂਦੀ ਹੈ, ਇਹਦੇ ਗਲ 'ਚੋਂ ਘਰੜ ਘਰੜ ਦੀ ਆਵਾਜ਼ ਆਉਂਦੀ ਹੈ। ਵੈਦ ਉੱਠਿਆ, ਉਸਨੇ ਊਠ ਦੀ ਗਰਦਨ ਦੇ ਉੱਪਰ ਹੱਥ ਫੇਰਿਆ। ਮਾਦਾ ਊਠ ਦੀ ਗਰਦਨ ਦੇ ਉੱਪਰ ਹੱਥ ਫੇਰਨ ਤੋਂ ਬਾਅਦ ਉਸਨੂੰ ਉਹਦੇ ਗਲੇ ਦੇ ਵਿੱਚ ਕੁਝ ਮਹਿਸੂਸ ਹੋਇਆ ਅਤੇ ਉਸਨੇ ਕਿਸਾਨ ਨੂੰ ਇੱਕ ਸਵਾਲ ਕੀਤਾ, ਕਹਿੰਦਾ ਕਿੰਨੇ ਕੁ ਦਿਨ ਹੋਏ ਨੇ ਇਸ ਬਿਮਾਰੀ ਨੂੰ? ਕਹਿੰਦਾ 2 ਦਿਨ ਹੋਏ ਨੇ। ਕਹਿੰਦਾ ਕਿ ਤੂੰ ਇਸਨੂੰ ਖਾਣ ਵਾਸਤੇ ਕੀ ਦਿੱਤਾ ਸੀ? ਕਹਿੰਦਾ ਮੈਂ ਤਾਂ ਜਿਹੜਾ ਚਾਰਾ ਇਸਨੂੰ ਰੋਜ਼ ਦਿੰਦਾ ਉਹ ਹੀ ਦਿੱਤਾ ਸੀ, ਪਰ 2-3 ਦਿਨ ਪਹਿਲਾਂ ਦੀ ਗੱਲ ਹੈ ਕਿ ਇਸਦਾ ਰਾਤ ਨੂੰ ਰੱਸਾ ਟੁੱਟ ਗਿਆ ਅਤੇ ਰੱਸਾ ਟੁੱਟਣ ਤੋਂ ਬਾਅਦ ਇਹ ਗੁਆਂਢੀ ਕਿਸਾਨ ਦੇ ਖੇਤਾਂ 'ਚ ਚਲੀ ਗਈ ਅਤੇ ਉੱਥੋਂ ਕੁਛ ਖਾ ਕੇ ਆਈ ਹੈ, ਜਿਸ ਤੋਂ ਬਾਅਦ ਇਸਦੇ ਇਹ ਹਾਲਤ ਹੋ ਗਏ ਨੇ। ਅਤੇ ਉਸ ਵੈਦ ਨੇ ਅਗਲਾ ਸਵਾਲ ਕੀਤਾ ਕਿ ਜਿਸ ਖੇਤ ਦੇ ਵਿੱਚ ਗਈ ਉੱਥੇ ਫਸਲ ਕਿਹੜੀ ਸੀ? ਉਸਨੇ ਕਿਹਾ ਕਿ ਖਰਬੂਜਿਆਂ ਦਾ ਖੇਤ ਸੀ। ਵੈਦ ਬੜਾ ਸਿਆਣਾ ਸੀ, ਉਸਨੇ ਸਮਝ ਲਿਆ ਕਿ ਕੋਈ ਛੋਟਾ ਜਿਹਾ ਖਰਬੂਜਾ ਗਲ ਦੇ ਵਿੱਚ ਫਸ ਗਿਆ। ਉਸਨੇ ਉਸੇ ਵੇਲੇ ਆਪਣੇ ਸਹਾਇਕ ਨੂੰ ਕਿਹਾ ਕਿ ਇੱਕ ਸਿੱਲ ਲੈ ਕੇ ਆਓ, ਇੱਕ ਵੱਟਾ ਲੈ ਕੇ ਆਓ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਕਹਿੰਦੇ ਵੈਦ ਚੰਗੇਰੀ ਊਠਣੀ, ਵੈਦ ਨੇ ਉਸ ਊਠਣੀ ਨੂੰ ਲਟਾਇਆ ਅਤੇ ਉਹਦੀ ਗਰਦਨ ਦੇ ਥੱਲੇ ਇੱਕ ਸਿੱਲ ਰੱਖੀ, ਲੈ ਸਿੱਲ ਵੱਟਾ ਕੱਚਰ ਪੰਨਾ, ਅਤੇ ਉੱਪਰੋਂ ਹੌਲੀ ਜਿਹੀ ਵੱਟਾ ਮਾਰ ਕੇ ਨਾ ਉਹ ਜਿਹੜਾ ਖਰਬੂਜਾ ਸੀ ਉਸਦੇ ਉੱਪਰ ਸੱਟ ਮਾਰੀ ਅਤੇ ਉਹ ਟੁੱਟ ਗਿਆ। ਹੁਣ ਸਰਜਰੀ ਤਾਂ ਉਹਨਾਂ ਸਮਿਆਂ 'ਚ ਹੁੰਦੀ ਨਹੀਂ ਸੀ, ਉਹ ਖਰਬੂਜਾ ਟੁੱਟ ਗਿਆ, ਟੁੱਟਣ ਦੇ ਨਾਲ ਟੁਕੜੇ ਹੋਏ ਅੰਦਰ ਲੰਘ ਗਿਆ, ਊਠਣੀ ਬਿਲਕੁਲ ਠੀਕ ਠਾਕ ਹੋ ਗਈ, ਉਹਦੇ ਗਲੇ 'ਚੋਂ ਆਵਾਜ਼ ਆਉਣੀ ਠੀਕ ਹੋ ਗਈ, ਉਸਨੇ ਪਾਣੀ ਪੀਤਾ, ਉਸਨੇ ਚਾਰਾ ਖਾਧਾ। ਅਤੇ ਜਿਹੜਾ ਸਿੱਖਣ ਵਾਲਾ ਕੰਪਾਊਡਰ ਸੀ ਨਾ, ਉਸਨੇ ਸੋਚਿਆ ਇਲਾਜ ਕਰਨਾ ਤਾਂ ਹੈ ਹੀ ਬੜਾ ਸੌਖਾ, ਜਿਹੜਾ ਰੋਟੀ ਨਹੀਂ ਖਾਂਦਾ, ਜਿਹੜਾ ਪਾਣੀ ਨਹੀਂ ਪੀਂਦਾ, ਜਿਹਦੇ ਗਲੇ 'ਚੋਂ ਆਵਾਜ਼ ਆਉਂਦੀ ਹੈ, ਇੱਕ ਪੱਥਰ ਥੱਲੇ ਰੱਖੀਦਾ, ਇੱਕ ਕੁੱਤੋਂ ਮਾਰੀਦਾ, ਮਰੀਜ਼ ਠੀਕ ਹੋ ਜਾਂਦਾ। ਅਤੇ ਇਹੀ ਤਾਂ ਸਭ ਤੋਂ ਵੱਡੀ ਬਿਮਾਰੀ ਹੈ ਕਿ ਜਾਂ ਬੰਦਾ ਪਾਣੀ ਨਾ ਪੀਵੇ, ਜਾਂ ਰੋਟੀ ਨਾ ਖਾਵੇ, ਅਤੇ ਜਾਂ ਸਹਿ ਲੈਣ 'ਚ ਤਕਲੀਫ ਹੋਵੇ। ਇਹੀ ਤਾਂ 3 ਬਿਮਾਰੀਆਂ ਨੇ ਜਿਸ ਕਰਕੇ ਜਾਨ ਜਾਂਦੀ ਹੈ। ਉਸਨੇ ਜਾ ਕੇ ਆਪਣੀ ਵੱਖਰੀ ਦੁਕਾਨ ਖੋਲ੍ਹ ਲਈ। 2-3 ਦਿਨਾਂ ਬਾਅਦ ਇੱਕ ਬੱਚਾ ਭੱਜਾ ਭੱਜਾ ਆਇਆ, ਵੈਦ ਜੀ ਮੇਰੀ ਦਾਦੀ ਨੂੰ ਪਤਾ ਨਹੀਂ ਕੀ ਗੱਲ ਹੈ, 2-3 ਦਿਨ ਹੋ ਗਏ ਨਾ ਰੋਟੀ ਖਾਂਦੀ ਹੈ, ਨਾ ਪਾਣੀ ਪੀਂਦੀ ਹੈ, ਗਲ 'ਚੋਂ ਘਰੜ ਘਰੜ ਦੀ ਆਵਾਜ਼ ਆਉਂਦੀ ਹੈ। ਕਹਿੰਦਾ ਪੁੱਤ ਗੱਲ ਹੀ ਕੋਈ ਨਹੀਂ, ਅਸੀਂ ਤਾਂ ਸਪੈਸ਼ਲਿਸਟ ਹੀ ਇਸ ਚੀਜ਼ ਦੇ ਹਾਂ। ਘਰ ਗਿਆ, ਮਾਤਾ ਮੰਜੇ 'ਤੇ ਪਈ ਸੀ, ਮੰਜੇ ਤੋਂ ਥੱਲੇ ਲਿਆਈ, ਕਹਿੰਦਾ 2 ਪੱਥਰ ਲੈ ਕੇ ਆਓ, ਇੱਕ ਗਲ ਦੇ ਥੱਲੇ ਰੱਖਿਆ, ਇੱਕ ਕੁੱਤੋਂ ਮਾਰਿਆ, ਉਹਨੂੰ ਕੈਂਸਰ ਦਾ ਟਿਊਮਰ ਸੀ। ਅਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ, ਸੇਵਕ ਸਿੱਖੀ ਵੈਦਗੀ ਮਾਰੀ ਬੁੱਢੀ ਰੋਮਣ ਰੰਨਾ, ਅਤੇ ਮਾਤਾ ਦਾ ਕੀਰਤਨ ਸੋਲਾ ਪੜ੍ਹ ਦਿੱਤਾ। ਗੱਲ ਕੀ ਸੀ ਕਿ ਨੀਮ ਹਕੀਮ,
ਦਰਅਸਲ ਜਿੰਨਾ ਚਿਰ ਤੱਕ ਧਰਮ ਦੀ ਵਿਚਾਰਧਾਰਾ ਨੀਮ ਹਕੀਮ ਲੋਕਾਂ ਦੇ ਕੋਲ ਹੈ, ਉਹਨਾਂ ਚਿਰ ਤੱਕ ਅਸੀਂ ਸ਼ਬਦ ਦੇ ਨਾਲ ਨਹੀਂ ਜੁੜ ਸਕਾਂਗੇ। ਧਰਮ ਦੀ ਵਿਚਾਰਧਾਰਾ ਨੂੰ ਪ੍ਰਵਾਹਿਤ ਕਰਨ ਵਾਸਤੇ ਜ਼ਰੂਰੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਢੰਗ ਵਰਤਿਆ ਉਸ ਢੰਗ ਨੂੰ ਵਰਤਿਆ ਜਾਵੇ। ਔਰ ਇਹ ਜਿਹੜਾ ਢੰਗ ਹੈ ਇਹਦੀ ਜਿਹੜੀ ਹੈ ਸੋਲ ਪਰਸੈਪਸ਼ਨ ਦੀ ਵੀ ਲੋੜ ਹੈ। ਇਹ ਗੱਲ ਠੀਕ ਹੈ ਕਿ ਅਕੈਡਮਿਕ ਲੈਵਲ ਦੇ ਉੱਪਰ ਸਾਨੂੰ ਸਭ ਕੁਝ ਪੜ੍ਹਨਾ ਚਾਹੀਦਾ, ਪਰ ਸਭ ਕੁਝ ਪੜ੍ਹਨ ਤੋਂ ਬਾਅਦ ਜੇਕਰ ਅਸੀਂ ਇੱਕ ਅਕਾਲ ਪੁਰਖ ਦੇ ਤੱਤ ਨੂੰ ਨਹੀਂ ਸਮਝਦੇ ਤਾਂ ਫਿਰ ਪੜ੍ਹਾਈ ਦਾ ਵੀ ਕੋਈ ਫਾਇਦਾ ਨਹੀਂ। ਕਿਉਂਕਿ ਸਭ ਤੋਂ ਵੱਧ ਸਮਾਜ ਦੇ ਵਾਸਤੇ ਖਤਰਨਾਕ ਉਹ ਤੱਤ ਹੈ ਜਿਹੜਾ ਪੜ੍ਹਿਆ ਲਿਖਿਆ ਹੋ ਕੇ ਵਹਿਮਾਂ ਭਰਮਾਂ ਦਾ ਸ਼ਿੰਗਾਰ ਬਣ ਜਾਂਦਾ ਹੈ। ਜਦੋਂ ਡਾਕਟਰ ਦੇ ਹੱਥ ਦੇ ਵਿੱਚ ਨਗਾਂ ਵਾਲੀਆਂ ਮੁੰਦਰੀਆਂ ਪਈਆਂ ਹੋਣ ਤਾਂ ਮਰੀਜ਼ ਕਿਉਂ ਨਹੀਂ ਪਾਉਣਗੇ? ਜਦੋਂ ਵਕੀਲ ਦੇ ਗੱਲ ਦੇ ਵਿੱਚ ਤਵੀਜ਼ ਪਿਆ ਹੋਵੇ ਤਾਂ ਉਹਦੇ ਕੋਲ ਆਉਣ ਵਾਲੇ ਲੋਕ ਕਿਉਂ ਨਹੀਂ ਆਉਣਗੇ? ਜਦੋਂ ਇੱਕ ਪ੍ਰੋਫੈਸਰ ਕਿਸੇ ਦੇਹਧਾਰੀ ਦੇ ਕੋਲ ਬੈਠਾ ਹੋਵੇ ਲੋਕ ਕਿਉਂ ਨਹੀਂ ਆਉਣਗੇ? ਸਭ ਤੋਂ ਵੱਡੀ ਗੱਲ ਹੀ ਇਹ ਹੋ ਕਿ ਅਸੀਂ ਪੜ੍ਹੇ ਲਿਖੇ ਲੋਕ ਜਿਹੜੇ ਆਪਣੇ ਆਪ ਨੂੰ ਅਖਵਾਉਂਦੇ ਹਾਂ ਨਾ, ਅਸੀਂ ਵੀ ਕਿਤੇ ਨਾ ਕਿਤੇ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੋਏ ਹਾਂ। ਔਰ ਇੰਨੇ ਜ਼ਿਆਦਾ ਫਸੇ ਹੋਏ ਹਾਂ ਸੱਚ ਕਰਕੇ ਗੁਰੂ ਦੀ ਹਜ਼ੂਰੀ 'ਚ ਦੱਸਿਓ, ਜਦੋਂ ਅਖਬਾਰ ਆਉਂਦੀ ਹੈ ਨਾ ਸਭ ਤੋਂ ਪਹਿਲਾਂ ਰਾਸ਼ੀਫਲ ਪੜ੍ਹਦੇ ਅਸੀਂ। ਇਹ ਬਿਲਕੁਲ ਸੱਚ ਹੈ। ਅਖਬਾਰ ਦੀਆਂ ਖਬਰਾਂ ਬਾਅਦ ਦੇ ਵਿੱਚ ਪੜ੍ਹੀਆਂ ਜਾਂਦੀਆਂ ਨੇ, ਪਹਿਲਾਂ ਹੋਰੋਸਕੋਪ ਵਾਲਾ ਪੇਜ ਖੋਲ੍ਹਿਆ ਜਾਂਦਾ ਰਾਸ਼ੀਫਲ। ਅਤੇ ਮੈਂ ਤਾਂ ਹੈਰਾਨ ਰਹਿ ਜਾਂਦਾ ਕਿ ਰਾਸ਼ੀਫਲ ਦੀਆਂ ਦੋ ਵਿਧੀਆਂ ਨੇ, ਜਿਹੜੀ ਹਿੰਦੁਸਤਾਨ ਦੇ ਵਿੱਚ ਚੱਲਦੀ ਹੈ ਉਹ ਨਾਮ ਤੋਂ ਚੱਲਦੀ ਹੈ ਕਿ ਗੱਗੇ ਦੀ ਰਾਸ਼ੀ, ਸੱਸੇ ਦੀ ਰਾਸ਼ੀ, ਕੱਕੇ ਦੀ ਰਾਸ਼ੀ। ਅਤੇ ਜੇ ਤੁਸੀਂ ਇਹਨੂੰ ਮੰਨਦੇ ਹੋ ਤਾਂ ਫਿਰ ਰਾਮ ਅਤੇ ਰਾਵਣ ਦੀ ਰਾਸ਼ੀ ਤੁਲਾ ਸੀ, ਰਾਮ ਅਤੇ ਰਾਵਣ ਦੀ ਰਾਸ਼ੀ ਇੱਕ ਸੀ, ਕ੍ਰਿਸ਼ਨ ਔਰ ਕੰਸ ਦੀ ਰਾਸ਼ੀ ਇੱਕ ਸੀ, ਓਸਾਮਾ ਬਿਨ ਲਦੇਨ ਅਤੇ ਓਬਾਮਾ ਦੀ ਰਾਸ਼ੀ ਇੱਕ ਹੈ। ਅਤੇ ਜੇ ਤੁਸੀਂ ਜਨਮ ਦੇ ਵਕਤ ਤੋਂ ਮੰਨਦੇ ਹੋ ਤਾਂ ਇੱਕ ਸੈਕਿੰਡ ਦੇ ਵਿੱਚ ਤਕਰੀਬਨ 2200 ਦੇ ਕਰੀਬ ਵਿਸ਼ਵ ਦੇ ਵਿੱਚ ਬੱਚਾ ਜਨਮ ਲੈਂਦਾ। ਕਿ ਸਾਰਿਆਂ ਦੀ ਕਿਸਮਤ ਇੱਕੋ ਜਿਹੀ ਹੁੰਦੀ ਹੈ? ਨਹੀਂ ਹੁੰਦੀ। ਪਰ ਸਾਡੀ ਮਾਨਸਿਕਤਾ ਦੇ ਵਿੱਚੋਂ ਇਹ ਵਹਿਮ ਦੂਰ ਹੀ ਨਹੀਂ ਹੋ ਰਹੇ। ਔਰ ਇਹ ਵਹਿਮ ਉਸ ਦਿਨ ਦੂਰ ਹੋਣਗੇ ਜਿੱਦਣ ਤੁਸੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅਪਣਾ ਲਿਆ। ਗੁਰੂ ਨਾਨਕ ਸਾਹਿਬ ਦੀਪਾਲਪੁਰ ਗਏ ਨੇ ਅਤੇ ਦੀਪਾਲਪੁਰ ਇੱਕ ਸੰਨਿਆਸੀ ਦੇ ਨਾਲ ਗੁਰੂ ਸਾਹਿਬ ਦੀ ਚਰਚਾ ਹੋਈ ਹੈ ਅਤੇ ਗੁਰੂ ਨਾਨਕ ਸਾਹਿਬ ਨੇ ਸੰਨਿਆਸੀ ਨੂੰ ਕਿਹਾ ਤੇਰਾ ਮਤ ਕੀ ਹੈ, ਤੇਰੀ ਵਿਚਾਰਧਾਰਾ ਕੀ ਹੈ? ਉਸਨੇ ਕਿਹਾ ਕਿ ਮਨ 'ਤੇ ਕਾਬੂ ਪਾਉਣਾ, ਦੂਸਰੀ ਗੱਲ ਕਿ ਆਪਣੀਆਂ ਵਾਸ਼ਨਾਵਾਂ ਨੂੰ ਕਾਬੂ ਦੇ ਵਿੱਚ ਕਰਨਾ ਅਤੇ ਤਪ ਕਰਨਾ। ਗੁਰੂ ਸਾਹਿਬ ਮੁਸਕਰਾ ਪਏ ਅਤੇ ਉਹ ਗੁਰੂ ਸਾਹਿਬ ਨੂੰ ਕਹਿੰਦਾ ਕਿ ਤੁਸੀਂ ਵੀ ਤਾਂ ਧਰਮ ਦਾ ਪ੍ਰਚਾਰ ਕਰ ਰਹੇ ਹੋ, ਤੁਹਾਡੀ ਵਿਚਾਰਧਾਰਾ ਕੀ ਹੈ? ਅਤੇ ਗੁਰੂ ਸਾਹਿਬ ਨੇ ਦੋ ਸ਼ਬਦਾਂ 'ਚ ਬੜੀ ਪਿਆਰੀ ਗੱਲ ਕਹਿ ਦਿੱਤੀ, ਬਹੁਤ ਪਿਆਰੀ ਗੱਲ। ਗੁਰੂ ਸਾਹਿਬ ਨੇ ਕਿਹਾ ਮੇਰੀ ਵਿਚਾਰਧਾਰਾ ਇਹ ਹੈ ਕਿ ਸਾਰਾ ਸੰਸਾਰ ਮੇਰਾ ਹੈ ਅਤੇ ਮੇਰਾ ਕੁਝ ਵੀ ਨਹੀਂ। ਜਿੱਦਣ ਤੁਸੀਂ ਇਸ ਗੱਲ ਨੂੰ ਅਪਣਾ ਲਿਆ ਨਾ ਕਿ ਮੇਰਾ ਮੁਜਮੇ ਕਿਛ ਨਹੀਂ, ਤੁਹਾਨੂੰ ਕਿਸੇ ਸ਼ਨੀ ਤੋਂ ਡਰਨ ਦੀ ਲੋੜ ਨਹੀਂ, ਕਿਸੇ ਜੰਤਰ ਮੰਤਰ ਤੋਂ ਡਰਨ ਦੀ ਲੋੜ ਨਹੀਂ, ਕਿਸੇ ਕਰਮਕਾਂਡ ਤੋਂ ਡਰਨ ਦੀ ਲੋੜ ਨਹੀਂ, ਕਿਸੇ ਜੋਤਸ਼ੀ ਦੇ ਕੋਲ ਜਾਣ ਦੀ ਲੋੜ ਨਹੀਂ। ਬਸ ਇੱਕ ਗੱਲ 'ਤੇ ਅਮਲ ਕਰਨ ਦੀ ਲੋੜ ਹੈ ਕਿ ਮੇਰਾ ਮੁਜਮੇ, ਮੇਰਾ ਕੁਝ ਵੀ ਨਹੀਂ ਹੈ, ਸਭ ਕੁਝ ਪਰਮਾਤਮਾ ਦਾ। ਅਤੇ ਜੇ ਸਭ ਕੁਝ ਪਰਮਾਤਮਾ ਦਾ ਤਾਂ ਕੌਣ ਸਾਡਾ ਨੁਕਸਾਨ ਕਰ ਸਕਦਾ ਹੈ? ਕੌਣ ਸਾਡੇ ਤੋਂ ਖੋ ਸਕਦਾ ਹੈ ਕੁਝ? ਕੋਈ ਕੁਝ ਵੀ ਨਹੀਂ ਕਰ ਸਕਦਾ। ਇੱਕ ਛੋਟੀ ਜਿਹੀ ਪੰਜਾਬ ਦੀਆਂ ਲੋਕ ਧਾਰਾ ਦੇ ਵਿੱਚ ਗੱਲ ਆਉਂਦੀ ਹੈ ਕਿ ਜੋਤਸ਼ੀ ਦੇ ਕੋਲ ਇੱਕ ਜ਼ਿਮੀਂਦਾਰ ਚਲਾ ਗਿਆ। ਤੁਸੀਂ ਬਿਲਕੁਲ ਠੀਕ ਠਾਕ ਵੀ ਹੋਵੋ ਨਾ, ਕੋਈ ਸਮੱਸਿਆ ਨਾ ਹੋਵੇ, ਕਿਸੇ ਜੋਤਸ਼ੀ ਦੇ ਕੋਲ ਜਾ ਕੇ ਵੇਖੋ, ਕੁਝ ਨਾ ਕੁਝ ਕਹਿ ਹੀ ਦੇਵੇਗਾ, ਕਿਉਂਕਿ ਦੁਕਾਨਦਾਰੀ ਚੱਲਦੀ ਇਸ ਚੀਜ਼ ਦੇ ਉੱਪਰ ਆ। ਜਦੋਂ ਮੈਂ ਪ੍ਰੈਕਟਿਸ ਸ਼ੁਰੂ ਕੀਤੀ ਮੈਡੀਸਨ ਦੀ ਨਾ, ਅਤੇ ਜਦੋਂ ਬੀਬੀਆਂ ਨੇ ਆਉਣਾ ਅਤੇ ਮੈਂ ਬਲੱਡ ਪ੍ਰੈਸ਼ਰ ਵੇਖ ਕੇ ਕਹਿਣਾ, ਮੈਂ ਕਹਿਣਾ ਜੀ ਥੋੜ੍ਹਾ ਜਿਹਾ ਬਲੱਡ ਪ੍ਰੈਸ਼ਰ ਘਟਿਆ ਹੈ, ਤੁਹਾਨੂੰ ਦਵਾਈ ਦੀ ਲੋੜ ਨਹੀਂ, ਬਸ ਤੁਸੀਂ ਆਪਣੀ ਡਾਇਟ ਚੰਗੀ ਲਓ, ਇਹਦੇ ਵਾਸਤੇ ਦਵਾਈ ਨਾ ਲਓ। ਅਤੇ 4 ਕੁ ਦਿਨਾਂ ਬਾਅਦ ਮਰੀਜ਼ਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ, ਇਹਨੂੰ ਤਾਂ ਬਲੱਡ ਪ੍ਰੈਸ਼ਰ ਹੀ ਨਹੀਂ ਵੇਖਣਾ ਆਉਂਦਾ, ਸਾਨੂੰ ਦਵਾਈ ਹੀ ਨਹੀਂ ਦਿੰਦਾ। ਅਤੇ ਬਾਅਦ ਦੇ ਵਿੱਚ ਮੈਨੂੰ ਸਮਝ ਆ ਗਈ, ਬੀਬੀ ਅਜੇ ਕਲੀਨਿਕ ਤੋਂ ਬਾਹਰ ਹੁੰਦੀ ਸੀ, ਪਹਿਲਾਂ ਹੀ ਕਹੀਦਾ ਸੀ ਬੀਬੀ ਤੁਰ ਕੇ ਕਿਸ ਤਰ੍ਹਾਂ ਆਈ ਹੈ, ਤੇਰਾ ਤਾਂ ਹਾਲ ਹੀ ਬੜਾ ਬੁਰਾ ਹੈ। ਫਿਰ ਸਮਝ ਆ ਜਾਂਦੀ ਹੈ, ਇਹੀ ਹਾਲ ਸਾਡੇ ਲੋਕਾਂ ਦਾ ਹੈ। ਤੁਸੀਂ ਕਿਸੇ ਜੋਤਸ਼ੀ ਦੇ ਕੋਲ ਚਲੇ ਜਾਓ, ਹੱਥ ਵਿਖਾਓ, ਕੋਈ ਨਾ ਕੋਈ ਵਹਿਮ ਉਹਨੇ ਪਾ ਹੀ ਦੇਣਾ। ਸੋ ਉਹ ਜ਼ਿਮੀਂਦਾਰ ਕਿਸੇ ਜੋਤਸ਼ੀ ਦੇ ਕੋਲ ਚਲਾ ਗਿਆ, ਹੱਥ ਅੱਗੇ ਕੀਤਾ ਅਤੇ ਜੋਤਸ਼ੀ ਕਹਿੰਦਾ ਤੈਨੂੰ ਤਾਂ ਸ਼ਨੀ ਦੀ ਸਾੜ ਸਤੀ ਹੈ। ਉਹ ਕਹਿੰਦਾ ਫਿਰ ਕੀ ਕਰਾਂ? ਆ ਤੁਸੀਂ ਵੇਖਦੇ ਹੋ ਨਾ ਕਿ ਇੱਕ ਦਿਨ ਦੇ ਵਿੱਚ ਸ਼ਨੀਵਾਰ ਵਾਲੇ ਦਿਨ ਕਿੰਨੀਆਂ ਨਿੰਬੂ ਅਤੇ ਕਿੰਨੀਆਂ ਮਿਰਚਾਂ ਵਿਕ ਜਾਂਦੀਆਂ ਨੇ। ਹੁਣ ਤਾਂ ਮੈਂ ਹੋਰ ਹੈਰਾਨ ਹੋ ਜਾਂਦਾ ਕਿ ਚਲੋ ਹੋ ਸਕਦਾ ਨਿੰਬੂ ਅਤੇ ਮਿਰਚਾਂ ਇਹ ਤਾਂ ਚਲੋ ਖਾਣ ਵਾਲੀਆਂ ਚੀਜ਼ਾਂ ਨੇ, ਇਹ ਤੋਂ ਤਾਂ ਹੋ ਸਕਦਾ ਕਿਤੇ ਸ਼ਨੀ ਦੇਵਤਾ ਪ੍ਰਸੰਨ ਹੋ ਜਾਵਾ ਹੋਏ। ਹੁਣ ਚਾਈਨਾ ਦੀਆਂ ਬਣੀਆਂ ਪਲਾਸਟਿਕ ਦੀਆਂ ਨਿੰਬੂ ਅਤੇ ਮਿਰਚਾਂ ਆ ਗਈਆਂ ਨੇ, ਉਹਦੇ ਨਾਲ ਪਤਾ ਨਹੀਂ ਕਿਹੜਾ ਦੇਵਤਾ ਪ੍ਰਸੰਨ ਹੁੰਦਾ, ਮੈਨੂੰ ਤਾਂ ਸਮਝ ਨਹੀਂ ਆਉਂਦੀ।
ਮੈਂ ਬੜੀਆਂ ਦੁਕਾਨਾਂ ਦੇ ਵਿੱਚ ਵੇਖਿਆ ਪਲਾਸਟਿਕ ਦੀਆਂ ਟੰਗ ਦਿੱਤੀਆਂ ਗਈਆਂ ਨੇ। ਬਈ ਚਾਈਨਾ ਦੀਆਂ ਬਣੀਆਂ ਨਿੰਬੂ ਅਤੇ ਮਿਰਚਾਂ ਤਾਂ ਖੁਸ਼ ਆਪਣਾ ਦੇਵਤਾ ਕਰੀ ਜਾਂਦੇ, ਉਹ ਵੀ ਪਲਾਸਟਿਕ ਦੇ ਨਾਲ, ਰੱਬ ਨਾਲ ਵੀ ਧੋਖਾ ਕਰੀ ਜਾਂਦੇ ਨੇ। ਉਹਨੂੰ ਵੀ ਵਿਖਾ ਰਹੇ ਨੇ ਕਿ ਹਰੀਆਂ ਮਿਰਚਾਂ ਹੀ ਨੇ, ਪੀਲਾ ਨਿੰਬੂ ਹੀ ਆ, ਪਰ ਹੈ ਨਹੀਂ। ਨਾਲੇ ਕਹੀ ਜਾਂਦੇ ਉਹ ਤੋਂ ਡਰ ਆਉਂਦਾ, ਉਹਦੀ ਸਾੜ ਸਤੀ ਹੁੰਦੀ ਹੈ, ਉਹਦੇ ਨਾਲ ਧੋਖਾ ਕਰੀ ਜਾਂਦੇ। ਬੜਾ ਅਜੀਬ ਜਿਹਾ ਧਰਮ ਹੈ, ਮੈਂ ਤਾਂ ਹੈਰਾਨ ਰਹਿ ਜਾਂਦਾ ਵੀ ਕਿਵੇਂ ਦੀਆਂ ਖੇਡਾਂ ਅਸੀਂ ਕਰ ਰਹੇ ਹਾਂ। ਉਹ ਕਹਿੰਦਾ ਕਿ ਸ਼ਨੀ ਦੀ ਸਾੜ ਸਤੀ ਹੈ। ਕਹਿੰਦਾ ਫਿਰ, ਕਹਿੰਦਾ ਮੈਂ ਇਸਦਾ ਉਪਾਅ ਕਰ ਸਕਦਾ, 200 ਰੁਪਇਆ ਲੱਗੇਗਾ। ਕਹਿੰਦਾ ਮੇਰੇ ਕੋਲ 200 ਰੁਪਇਆ ਤਾਂ ਹੈ ਨਹੀਂ। ਕਹਿੰਦਾ ਇੰਜ ਕਰ, 100 ਰੁਪਇਆ ਦੇ ਦੇ, ਮੈਂ ਛੋਟਾ ਉਪਾਅ ਕਰ ਦਿੰਦਾ, ਕੁਝ ਸਮੇਂ ਵਾਸਤੇ ਸਾੜ ਸਤੀ ਟਲ ਜਾਵੇਗੀ। ਕਹਿੰਦਾ ਮੇਰੇ ਕੋਲ 100 ਰੁਪਇਆ ਵੀ ਹੈ ਨਹੀਂ। ਕਹਿੰਦਾ 50 ਹੀ ਦੇ ਦੇ, ਹੁਣ ਇਹ ਤਾਂ ਕੁਦਰਤੀ ਹੈ ਨਾ, ਗਾਹਕ ਆਇਆ ਤਾਂ ਜਾਣ ਕਿਉਂ ਦੇਣਾ, 50 ਹੀ ਦੇ ਦੇ। ਬਾਰਗੇਨਿੰਗ ਜਿਹੜੀ ਹਰ ਵਪਾਰ 'ਚ ਹੁੰਦੀ ਹੈ, ਇਹ ਵੀ ਵਪਾਰ ਹੈ ਇੱਕ ਧਰਮ ਦੇ ਨਾਮ ਦੇ ਉੱਪਰ। ਕਹਿੰਦਾ 50 ਹੀ ਰੁਪਏ ਦੇ ਦੇ, ਮੈਂ ਛੋਟਾ ਜਿਹਾ ਹੋਰ ਛੋਟਾ ਉਪਾਅ ਕਰ ਦੇਵਾਂਗਾ, ਕਮ ਸੇ ਕਮ 2-3 ਮਹੀਨੇ ਤਾਂ ਸਾੜ ਸਤੀ ਦੂਰ ਰਹੇਗੀ। ਕਹਿੰਦਾ ਮੇਰੇ ਕੋਲ 50 ਰੁਪਏ ਵੀ ਹੈ ਨਹੀਂ। ਅਤੇ ਕਹਿੰਦਾ ਤੇਰੇ ਕੋਲ ਹੈ ਕਿੰਨੇ, ਮੈਂ ਉਨਾ ਕੁ ਉਪਾਅ ਕਰਾਂ। ਕਹਿੰਦਾ ਮੇਰੇ ਕੋਲ ਕੁਝ ਵੀ ਨਹੀਂ। ਕਹਿੰਦਾ ਜਾ ਫਿਰ, ਜੇ ਤੇਰੇ ਕੋਲ ਹੈ ਹੀ ਕੁਝ ਨਹੀਂ ਤਾਂ ਤੇਰਾ ਸ਼ਨੀ ਵਿਗਾੜ ਵੀ ਕੀ ਸਕਦਾ। ਅਤੇ ਜੇ ਅਸੀਂ ਵੀ ਇਹ ਸੋਚ ਲਈਏ, ਇਹ ਛੋਟੀ ਜਿਹੀ ਗੱਲ 'ਚੋਂ ਸਮਝਿਓ, ਜੇ ਅਸੀਂ ਵੀ ਆਪਣੇ ਮਨ ਨੂੰ ਇੰਨਾ ਪੱਕਾ ਕਰ ਲਈਏ ਕਿ ਮੇਰਾ ਹੈ ਹੀ ਕੁਝ ਨਹੀਂ, ਜੋ ਕੁਛ ਹੈ ਸੋ, ਸਾਡਾ ਕੌਣ ਕੁਝ ਵਿਗਾੜ ਸਕਦਾ। ਗੱਲ ਤਾਂ ਮਨ ਨੂੰ ਪੱਕਿਆ ਕਰਨ ਦੀ ਲੋੜ ਹੈ ਨਾ, ਕਿ ਮੇਰਾ ਕੁਝ ਵੀ ਨਹੀਂ। ਜੇ ਮੇਰਾ ਕੁਝ ਹੈ ਹੀ ਨਹੀਂ, ਸਭ ਕੁਝ ਉਸ ਗੁਰੂ ਦਾ ਹੈ, ਤਾਂ ਫਿਰ ਗੁਰੂ ਜਾਣੇ ਅਤੇ ਸ਼ਨੀ ਜਾਣੇ, ਸਾਡਾ ਕੌਣ ਵਿਗਾੜ ਸਕਦਾ ਵੀ ਕੋਈ। ਗੱਲ ਤਾਂ ਸਿਰਫ ਆਪਣੇ ਮਨ ਨੂੰ ਇੱਕ ਦੇ ਉੱਪਰ ਟਿਕਾਉਣ ਦੀ ਲੋੜ ਹੈ, ਅਸੀਂ ਉਹ ਨਹੀਂ ਟਿਕਾ ਰਹੇ। ਅਤੇ ਗੁਰੂ ਨਾਨਕ ਸਾਹਿਬ ਨੇ ਟਿਕਾਉਣ ਦਾ ਢੰਗ ਦੱਸਿਆ। ਗੁਰੂ ਨਾਨਕ ਸਾਹਿਬ ਜਿਸ ਵੇਲੇ ਲੇਹ ਲਦਾਖ ਤੋਂ ਹੁੰਦੇ ਹੋਏ ਮੱਟਨ ਆਏ, ਅੱਜ ਉੱਥੇ ਗੁਰਦੁਆਰਾ ਮੱਟਨ ਸਾਹਿਬ ਹੈ, ਜਿਸ ਗੁਰਦੁਆਰੇ ਦਾ ਝਗੜਾ ਵੀ ਚੱਲ ਰਿਹਾ, ਤੁਸੀਂ ਅਕਸਰ ਅਖਬਾਰਾਂ ਦੇ ਵਿੱਚ ਪੜ੍ਹਿਆ ਹੋਵੇਗਾ। ਉੱਥੇ ਠਾਕਰ ਦਾਸ ਦਾ ਬੇਟਾ ਬ੍ਰਹਮਦੱਤ ਹੈ, ਅਤੇ ਬ੍ਰਹਮਦੱਤ ਜਿਹੜਾ ਹੈ ਨਾ, ਉਹ ਆਪਣੇ ਆਪ ਨੂੰ ਬੜਾ ਵਿਦਵਾਨ ਔਰ ਗਿਆਨੀ ਸਮਝਦਾ ਸੀ, ਕਿਉਂਕਿ ਉਸਨੇ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, 52 ਉਪਨਿਸ਼ਦ ਅਤੇ 1 ਗਾਇਤਰੀ ਮੰਤਰ, ਇਹਨਾਂ ਦੀ ਗਿਣਤੀ 108 ਬਣਦੀ ਹੈ, ਇਹ ਸਾਰੇ ਹੀ ਉਸਨੇ ਗ੍ਰੰਥ ਪੜ੍ਹੇ ਹੋਏ ਸੀ। 108 ਗ੍ਰੰਥਾਂ ਦਾ ਅਧਿਐਨ ਕੀਤਾ ਹੋਇਆ ਸੀ। ਜਿਹੜੀ ਗੁਰੂਕੁਲ ਪਰੰਪਰਾ ਹੈ ਨਾ, ਉਹਦੇ ਵਿੱਚ ਇਹ ਜਿਹੜੇ 108 ਗ੍ਰੰਥ ਨੇ, ਜਿਨ੍ਹਾਂ ਦੇ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, 52 ਉਪਨਿਸ਼ਦ ਅਤੇ 1 ਗਾਇਤਰੀ ਮੰਤਰ, ਇਹਨਾਂ ਦੀ ਗਿਣਤੀ 108 ਬਣਦੀ ਹੈ। ਅਤੇ ਜਿਹੜਾ ਬੰਦਾ ਇਹਨਾਂ 108 ਧਰਮ ਗ੍ਰੰਥਾਂ ਦਾ ਅਧਿਐਨ ਕਰ ਲਵੇ ਨਾ, ਜਿਸ ਤਰ੍ਹਾਂ ਅਸੀਂ 5 ਸਾਲ ਦੇ ਵਿੱਚ ਕੋਈ ਡਿਗਰੀ ਕਰਨ ਤੋਂ ਬਾਅਦ, ਬੈਚਲਰ ਕਰਨ ਤੋਂ ਬਾਅਦ ਅਸੀਂ MBBS ਅੱਗੇ ਲਿਖ ਸਕਦੇ ਹਾਂ, ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਕਰਦੇ ਮੈਡੀਸਨ ਦੇ ਵਿੱਚ ਜਾਂ ਸਰਜਰੀ ਦੇ ਵਿੱਚ MD ਜਾਂ MS ਆਪਣੇ ਨਾਮ ਦੇ ਅੱਗੇ ਲਿਖ ਸਕਦੇ ਹਾਂ। ਅਤੇ ਜਿਹੜਾ 108 ਗ੍ਰੰਥਾਂ ਦਾ ਅਧਿਐਨ ਕਰ ਲਵੇ, ਉਹ ਆਪਣੇ ਨਾਮ ਦੇ ਅੱਗੇ 108 ਸ਼ਬਦ ਦੀ ਵਰਤੋਂ ਕਰ ਸਕਦਾ ਸੀ। ਆਹ ਹੁਣ ਤਾਂ ਤੁਸੀਂ ਪੰਜਾਬ 'ਚ ਜਾ ਕੇ ਵੇਖੋ, ਜਿਹਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਉਹਨੇ ਵੀ ਗੱਡੀ ਦੇ ਉੱਪਰ ਲਿਖਿਆ 108 ਬ੍ਰਹਮ ਗਿਆਨੀ ਬਾਬਾ ਫਲਾਣਾ ਸਿੰਘ ਜੀ। ਇੱਕ ਬਾਬਾ ਮੇਰਾ ਵਾਕਫ ਹੈ, ਮੈਂ ਉਹਦੇ ਡੇਰੇ 'ਤੇ ਚਲਾ ਗਿਆ, ਉਹਨੇ ਆਪਣੀ ਗੱਡੀ ਦੇ ਉੱਪਰ ਲਿਖਿਆ 1008। ਮੈਂ ਕਿਹਾ ਬਾਬਾ ਤੇਰਾ ਬੇੜਾ ਤਰਜੇ, 108 ਗ੍ਰੰਥ ਤਾਂ ਹੁੰਦੇ ਨੇ, ਆਹ 1008 ਕਿਸ ਤਰ੍ਹਾਂ ਲਿਖ ਦਿੱਤਾ ਜੀ? ਪੰਜਾਬੀ ਤੈਨੂੰ ਪੜ੍ਹਨੀ ਨਹੀਂ ਆਉਂਦੀ, ਗ੍ਰੰਥ 108 ਹੁੰਦੇ ਨੇ, ਤੂੰ 1008 ਲਿਖ ਦਿੱਤਾ ਜੀ? ਕਹਿੰਦਾ ਮੈਨੂੰ ਨਹੀਂ ਪਤਾ ਕਿੰਨੇ ਗ੍ਰੰਥ ਹੁੰਦੇ ਆ, ਮੈਨੂੰ ਤਾਂ ਇਹ ਪਤਾ ਵੀ ਜਿਹੜਾ ਗੁਆਂਢੀ ਪਿੰਡ 'ਚ ਬਾਬਾ ਉਹਨੇ ਆਪਣੀ ਗੱਡੀ 'ਤੇ 108 ਲਿਖਿਆ, ਅਤੇ ਮੈਂ 1 0 ਵੱਧ ਲਾਉਣੀ ਹੀ ਲਾਉਣੀ ਆ। ਕਹਿੰਦਾ ਜੇ ਉਹਨੇ 1008 ਲਿਖਿਆ ਹੁੰਦਾ ਤਾਂ ਮੈਂ 3 0 ਵੀ ਲਾ ਦੇਣੀਆਂ ਸੀ, ਮੈਂ 1,00,000 ਵੀ ਲਿਖ ਦੇਣਾ ਸੀ, ਮਤਲਬ ਤਾਂ ਕਿਸੇ ਨੂੰ ਪਤਾ ਨਹੀਂ। ਵਹਿਮਾਂ ਭਰਮਾਂ ਦੇ ਵਿੱਚ ਪਏ ਹੋਏ ਹਾਂ ਅਸੀਂ, ਕਿਸੇ ਗੱਲ ਦੇ ਮਤਲਬ ਦਾ ਨਹੀਂ ਪਤਾ। ਤੁਸੀਂ ਵੇਖ ਲਓ, ਹਰ ਗੱਡੀ ਦੇ ਉੱਪਰ ਲਿਖਿਆ ਹੁੰਦਾ, ਜਿਹਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਇਹ ਸਾਰੇ 108 ਗ੍ਰੰਥ ਸੰਸਕ੍ਰਿਤ ਦੇ ਨੇ, ਅਤੇ ਬਾਹਰ ਲਿਖਿਆ ਹੁੰਦਾ 108 ਬ੍ਰਹਮ ਗਿਆਨੀ ਬਾਬਾ ਫਲਾਣਾ ਸਿੰਘ ਜੀ, ਸਾਰੇ ਡਿਗਰੀ ਲਾਈ ਫਿਰਦੇ ਨੇ। ਖੈਰ, ਗੁਰੂ ਸਾਹਿਬ ਉਸ ਦੇ ਕੋਲ ਗਏ, ਅਤੇ ਗੁਰੂ ਸਾਹਿਬ ਨੇ ਉਸ ਦੇ ਨਾਲ ਚਰਚਾ ਕੀਤੀ, ਅਤੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਉਸਨੂੰ ਪੁੱਛਿਆ ਕਿ ਕਿਸ ਸ਼ਸਤਰਾਸ਼ ਦੇ ਵਿੱਚ ਤੇਰਾ ਅਧਿਐਨ ਹੈ। ਉਸਨੇ ਬੜੀਆਂ ਪ੍ਰਾਪਤੀਆਂ ਗਿਣਾ ਦਿੱਤੀਆਂ ਕਿ ਮੈਂ ਵੇਦਾਂਤ ਮਤ ਨੂੰ ਜਾਣਦਾ ਹਾਂ, ਮੈਂ ਸਾਰੇ ਉਪਨਿਸ਼ਦ ਪੜ੍ਹੇ ਹੋਏ ਨੇ, ਮੈਂ ਚਰਚਾ ਦੇ ਵਿੱਚ ਅਜੇ ਤੱਕ ਕਿਸੇ ਨੂੰ ਜਿੱਤਣ ਨਹੀਂ ਦਿੱਤਾ। ਅਤੇ ਗੁਰੂ ਸਾਹਿਬ ਨੇ ਇੱਕ ਬੜੀ ਪਿਆਰੀ ਜਿਹੀ ਗੱਲ ਕਹੀ ਹੈ, ਬੜੀ ਪਿਆਰੀ ਗੱਲ, ਅਤੇ ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਉਸ ਦਾ ਗਿਆਨ ਦਾ ਅਹੰਕਾਰ ਜਿਹੜਾ ਸੀ ਉਹ ਖਤਮ ਹੋ ਗਿਆ। ਗਿਆਨ ਹੋਣਾ ਬੜੀ ਚੰਗੀ ਗੱਲ ਹੈ, ਪਰ ਗਿਆਨ ਦਾ ਅਹੰਕਾਰ ਉਨਾ ਹੀ ਮਾੜਾ ਹੈ ਜਿੰਨਾ ਗਿਆਨ ਹੋਣਾ ਚੰਗਾ ਹੈ। ਗਿਆਨ ਹੋਣਾ ਬਹੁਤ ਚੰਗੀ ਗੱਲ ਹੈ, ਪਰ ਗਿਆਨ ਦਾ ਅਹੰਕਾਰ ਸਭ ਤੋਂ ਬੁਰੀ ਗੱਲ ਹੈ। ਭਾਈ ਸਾਹਿਬ, ਭਾਈ ਗੁਰਦਾਸ ਨੇ ਇਹਦੀ ਇੱਕ ਬੜੀ ਪਿਆਰੀ ਉਦਾਹਰਨ ਦਿੱਤੀ ਹੈ।
ਉਹ ਕਹਿੰਦੇ ਕਿ ਇੱਕ ਰਾਜੇ ਦੇ ਦਰਬਾਰ ਦੇ ਵਿੱਚ ਇੱਕ ਪੁਰੋਹਿਤ ਆ ਗਿਆ। ਉਸ ਨੂੰ ਵੀ ਬੜਾ ਮਾਣ ਸੀ ਕਿ ਮੈਂ ਸਾਰੇ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ ਹੈ। ਅਤੇ ਰਾਜੇ ਨੂੰ ਆ ਕੇ ਪਤਾ ਕੀ ਕਹਿੰਦਾ, ਰਾਜਨ ਕੀ ਤੇਰੇ ਦਰਬਾਰ ਦੇ ਵਿੱਚ ਕੋਈ ਰਾਜਗੁਰੂ, ਕੋਈ ਤੇਰਾ ਧਰਮ ਗੁਰੂ, ਕੋਈ ਪ੍ਰਾਹਤ ਐਸਾ ਹੈ ਜਿਹੜਾ ਮੇਰੇ ਨਾਲ ਧਰਮ ਦੀ ਚਰਚਾ ਕਰ ਸਕੇ? ਰਾਜੇ ਨੇ ਆਪਣਾ ਰਾਜਗੁਰੂ ਧਰਮ ਗੁਰੂ ਸਾਰੇ ਬੁਲਾਏ, ਪੁਜਾਰੀ ਬੁਲਾ ਲਏ, ਅਤੇ ਜਦੋਂ ਉਹਨਾਂ ਨੇ 108 ਗ੍ਰੰਥਾਂ ਦਾ ਢੇਰ ਵੇਖਿਆ ਤਾਂ ਸਾਰਿਆਂ ਨੇ ਹੱਥ ਜੋੜ ਦਿੱਤੇ, ਕਹਿੰਦੇ ਨਹੀਂ ਰਾਜਨ, ਅਸੀਂ ਇਸ ਨਾਲ ਚਰਚਾ ਨਹੀਂ ਕਰ ਸਕਦੇ। ਰਾਜੇ ਨੇ ਸੋਚਿਆ ਕਿ ਇਹਦੇ ਵਿੱਚ ਤਾਂ ਮੇਰੇ ਰਾਜ ਦੀ ਬੇਇੱਜ਼ਤੀ ਹੈ ਕਿ ਮੇਰੇ ਰਾਜ ਦੇ ਵਿੱਚ ਇੱਕ ਵੀ ਕੋਈ ਇੰਨਾ ਸਿਆਣਾ ਹਾਫਿਜ਼, ਵਿਦਵਾਨ, ਸਕਾਲਰ ਨਹੀਂ ਜਿਹੜਾ ਇਹਦੇ ਨਾਲ ਚਰਚਾ ਕਰ ਸਕੇ। ਉਹਨੇ ਓਪਨਲੀ ਡਿਕਲੇਅਰ ਕਰ ਦਿੱਤਾ, ਐਲਾਨ ਕਰ ਦਿੱਤਾ ਕਿ ਮੇਰੇ ਰਾਜ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਉਹ ਇਸ ਪੰਡਿਤ ਦੇ ਨਾਲ ਚਰਚਾ ਕਰੇ ਅਤੇ ਇਸ ਨੂੰ ਚਰਚਾ ਦੇ ਵਿੱਚ ਜੇਕਰ ਹਰਾ ਦੇਵੇ ਮੈਂ ਅੱਧਾ ਰਾਜ ਦੇ ਦੇਵਾਂਗਾ, ਪਰ ਜੇ ਹਾਰ ਗਿਆ ਤਾਂ ਸਿਰ ਕਲਮ ਕਰ ਦੇਵਾਂਗਾ। ਦੂਸਰੇ ਤੀਸਰੇ ਦਿਨ ਰਾਜੇ ਨੂੰ ਲਿਖਤੀ ਤੌਰ ਦੇ ਉੱਪਰ ਇੱਕ ਦਰਖਾਸਤ ਪ੍ਰਾਪਤ ਹੋਈ। ਉਸ ਦਰਖਾਸਤ ਲਿਖਣ ਵਾਲੇ ਨੇ ਲਿਖਿਆ ਸੀ ਕਿ ਰਾਜਾ, ਇਸ ਹੰਕਾਰੀ ਵਿਦਵਾਨ ਦੇ ਨਾਲ ਚਰਚਾ ਕਰਨ ਨੂੰ ਮੈਂ ਤਿਆਰ ਹਾਂ। ਰਾਜੇ ਨੇ ਉਸ ਨੂੰ ਬੁਲਾ ਲਿਆ ਅਤੇ ਜਦੋਂ ਰਾਜੇ ਦੇ ਦਰਬਾਰ ਦੇ ਵਿੱਚ ਆਇਆ ਤਾਂ ਰਾਜਾ ਵੇਖ ਕੇ ਹੱਸ ਪਿਆ। ਹੱਸਿਆ ਕਿਸ ਗੱਲ ਤੋਂ ਕਿ ਜਿਸ ਬੰਦੇ ਨੇ ਚੈਲੰਜ ਸਵੀਕਾਰ ਕੀਤਾ ਸੀ ਨਾ, ਉਹ ਨਾ ਬੋਲ ਸਕਦਾ ਸੀ, ਨਾ ਸੁਣ ਸਕਦਾ ਸੀ ਅਤੇ ਇੱਕ ਅੱਖ ਤੋਂ ਵੀ ਕਾਣਾ ਸੀ। ਰਾਜੇ ਨੇ ਉਸਨੂੰ ਲਿਖ ਕੇ ਕਿਹਾ, ਨਾ ਤੂੰ ਬੋਲ ਸਕਦਾ, ਨਾ ਤੂੰ ਸੁਣ ਸਕਦਾ, ਇੰਨਾ ਵੱਡਾ ਚੈਲੰਜ, ਇੰਨਾ ਵੱਡਾ ਜਿਹੜਾ ਤੂੰ ਚੁਣੌਤੀ ਸੀ ਉਸਨੂੰ ਸਵੀਕਾਰ ਕਰ ਲਿਆ। ਅਤੇ ਉਸਨੇ ਲਿਖ ਕੇ ਕਿਹਾ, ਰਾਜਨ ਮੈਂ ਸੋਚ ਸਮਝ ਕੇ ਚੁਣੌਤੀ ਨੂੰ ਸਵੀਕਾਰ ਕੀਤਾ। ਰਾਜੇ ਨੇ ਉਸਨੂੰ ਕਿਹਾ ਲਿਖ ਕੇ, ਕਹਿੰਦਾ ਫਿਰ ਤੈਨੂੰ ਇਹ ਵੀ ਪਤਾ ਨਾ ਕਿ ਜੇਕਰ ਤੇਰੀ ਹਾਰ ਹੋਈ, ਕਹਿੰਦਾ ਮੈਨੂੰ ਪਤਾ ਸਿਰ ਕਲਮ ਕੀਤਾ ਜਾਵੇਗਾ, ਮੈਂ ਮੌਤ ਲਈ ਵੀ ਤਿਆਰ ਹਾਂ। ਸੋ ਰਾਜੇ ਨੇ ਦਿਨ ਮਿੱਥ ਲਿਆ, ਰਾਜਾ ਵਿਚਕਾਰ ਬੈਠਾ ਹੈ, ਸਾਰੇ ਸ਼ਹਿਰ ਦੇ ਲੋਕ ਚਰਚਾ ਵੇਖਣ ਵਾਸਤੇ ਆ ਗਏ ਕਿ ਬੜੀ ਅਹਿਮ ਚਰਚਾ ਹੋਣ ਵਾਲੀ ਹੈ। ਇੱਕ ਪਾਸੇ ਉਹ ਵਿਦਵਾਨ ਪੰਡਿਤ ਬੈਠ ਗਿਆ, ਇੱਕ ਪਾਸੇ ਇਹ ਗੂੰਗਾ ਬੋਲਾ ਔਰ ਕਾਣਾ ਵਿਅਕਤੀ ਬੈਠ ਗਿਆ। ਭਾਈ ਸਾਹਿਬ ਭਾਈ ਗੁਰਦਾਸ ਨੇ ਇਸ ਦਾ ਜ਼ਿਕਰ ਕੀਤਾ, ਗੋਸ਼ਟ ਗੰਗੇ ਤੇਲੀਏ ਪੰਡਿਤ ਨਾਲ ਹੋਵੇ ਜੱਗ ਵੇਖੇ। ਚਰਚਾ ਸ਼ੁਰੂ ਹੋਣ ਲੱਗੀ ਹੈ ਅਤੇ ਸਾਰਾ ਜੱਗ ਵੇਖਣ ਵਾਸਤੇ ਆ ਗਿਆ। ਉਸ ਪੰਡਿਤ ਨੇ ਲਿਖ ਕੇ ਉਸਨੂੰ ਕਿਹਾ ਕਿ ਨਾ ਤੂੰ ਬੋਲ ਸਕਦਾ, ਨਾ ਤੂੰ ਸੁਣ ਸਕਦਾ, ਚਰਚਾ ਕਿਵੇਂ ਕਰੇਗਾ ਮੇਰੇ ਨਾਲ? ਉਸਨੇ ਲਿਖ ਕੇ ਜਵਾਬ ਦਿੱਤਾ, ਕਹਿੰਦਾ ਚਰਚਾ ਇਸ਼ਾਰਿਆਂ ਦੇ ਨਾਲ ਹੋਵੇਗੀ। ਰਾਜੇ ਨੇ ਨਿਰਧਾਰਿਤ ਕਰ ਦਿੱਤਾ ਕਿ ਦੋ ਸਵਾਲ ਪੁੱਛੇ ਜਾਣਗੇ, ਜਿਹੜਾ ਵੀ ਜਵਾਬ ਦੇ ਦੇਵੇ ਉਹੀ ਜੇਤੂ। ਪੰਡਿਤ ਜੀ ਨੇ ਲਿਖ ਕੇ ਉਸਨੂੰ ਪੁੱਛਿਆ ਕਿ ਸਵਾਲ ਕੌਣ ਕਰੇਗਾ? ਉਸਨੇ ਜਵਾਬ ਦਿੱਤਾ ਕਿ ਸਵਾਲ ਵੀ ਤੁਸੀਂ ਕਰੋ। ਹੁਣ ਪੰਡਿਤ ਜੀ ਨੇ ਪਹਿਲਾ ਸਵਾਲ ਕੀਤਾ, ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਖੜੀ ਕਰੈ ਇੱਕ ਉਂਗਲੀ। ਪੰਡਿਤ ਜੀ ਨੇ ਇੱਕ ਉਂਗਲੀ ਖੜੀ ਕਰ ਦਿੱਤੀ। ਜਿਹੜਾ ਵਿਅਕਤੀ ਸੀ ਉਸਨੇ ਥੋੜ੍ਹਾ ਜਿਹਾ ਗੁੱਸੇ ਨਾਲ ਪੰਡਿਤ ਵੱਲ ਵੇਖਿਆ ਅਤੇ ਫਿਰ ਗੁੰਗਾ ਦੋਏ ਹਿਲਾਏ ਅਰੇਖੇ, ਉਸਨੇ ਦੋ ਉਂਗਲੀਆਂ ਖੜੀਆਂ ਕਰ ਦਿੱਤੀਆਂ। ਪੰਡਿਤ ਜੀ ਸੋਚਾਂ ਦੇ ਵਿੱਚ ਪੈ ਗਏ। ਥੋੜ੍ਹਾ ਚਿਰ ਸੋਚਣ ਤੋਂ ਬਾਅਦ ਪੰਡਿਤ ਜੀ ਨੇ ਖੜੀ ਕਰੇ ਪੰਜ ਉਂਗਲਾਂ, ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਫਿਰ ਹਿਲਾਏ ਪੰਜ ਉਂਗਲਾਂ, ਪੰਜ ਉਂਗਲਾਂ ਖੜੀਆਂ ਕਰ ਦਿੱਤੀਆਂ। ਅਤੇ ਉਹ ਜਿਹੜਾ ਸਾਹਮਣੇ ਵਾਲਾ ਵਿਅਕਤੀ ਸੀ ਹੋਰ ਗੁੱਸੇ ਦੇ ਵਿੱਚ ਆ ਗਿਆ, ਗੂੰਗਾ ਮੁੱਠ ਹਿਲਾਏ ਅਰੇਖੇ, ਉਸਨੇ ਕੋਈ ਮੁੱਠੀ ਬੰਦ ਕਰਕੇ ਪੰਡਿਤ ਨੂੰ ਵਿਖਾਈ ਜਿਵੇਂ ਘਸੁੰਨ ਵਿਖਾਈਦਾ। ਅਤੇ ਪੰਡਿਤ ਜੀ ਨੇ ਹੱਥ ਜੋੜ ਕੇ ਮੱਥਾ ਟੇਕ ਦਿੱਤਾ, ਮੈਂ ਹਾਰ ਸਵੀਕਾਰ ਕਰਦਾ। ਲੋਕ ਬੜੇ ਹੈਰਾਨ ਹੋਏ ਕਿ ਸਵਾਲ ਕੀ ਹੋਏ, ਜਵਾਬ ਕੀ ਹੋਏ, ਕਿਹੜੇ ਸਵਾਲ ਪੁੱਛੇ ਗਏ, ਕਿਹੜੇ ਜਵਾਬ ਦਿੱਤੇ ਗਏ? ਇਸ ਵਿਦਵਾਨ ਪੰਡਿਤ ਨੇ ਇੰਨੀ ਛੇਤੀ ਹਾਰ ਕਿਉਂ ਤਸਲੀਮ ਕਰ ਲਈ, ਹਾਰ ਕਿਉਂ ਮੰਨ ਲਈ? ਸਾਰੇ ਇਕੱਠੇ ਹੋ ਕੇ ਪੰਡਿਤ ਜੀ ਦੇ ਕੋਲ ਗਏ ਕਿ ਪੰਡਿਤ ਜੀ ਦੱਸੋ ਤਾਂ ਸਹੀ, ਸਵਾਲ ਕੀ ਸੀ ਅਤੇ ਜਵਾਬ ਕੀ ਸੀ? ਉਹ ਕਹਿੰਦਾ ਮੈਂ ਪਹਿਲਾ ਸਵਾਲ ਕੀਤਾ ਸੀ ਰੱਬ ਇੱਕ ਹੈ। ਅਤੇ ਕਹਿੰਦਾ ਉਸਨੇ ਜਵਾਬ ਦੇ ਦਿੱਤਾ ਨਹੀਂ ਰੱਬ ਤਾਂ ਇੱਕ ਹੈ ਪਰ ਰੱਬ ਦੇ ਦੋ ਰੂਪ ਨੇ, ਸਰਾਕਾਰ ਔਰ ਨਿਰਾਕਾਰ। ਇੱਕ ਰੂਪ ਹੈ ਸਭੇ ਘੱਟ ਰਾਮ ਬੋਲੇ ਅਤੇ ਦੂਜਾ ਹੈ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਅਕੇਲਾ। ਕਹਿੰਦੇ ਫਿਰ ਦੂਸਰਾ ਸਵਾਲ ਕੀ ਸੀ? ਕਹਿੰਦਾ ਮੈਂ ਦੂਜਾ ਸਵਾਲ ਕੀਤਾ ਕਿ ਸੰਸਾਰ ਪੰਜ ਤੱਤਾਂ ਤੋਂ ਬਣਿਆ। ਅਤੇ ਕਹਿੰਦਾ ਉਸਨੇ ਮੁੱਠੀ ਬੰਦ ਕਰਕੇ ਜਵਾਬ ਦੇ ਦਿੱਤਾ ਕਿ ਜੇਕਰ ਇਹ ਪੰਜ ਤੱਤ ਵੱਖ ਵੱਖ ਹੋਣ ਤਾਂ ਸੰਸਾਰ ਦੀ ਰਚਨਾ ਨਹੀਂ ਹੁੰਦੀ, ਰਚਨਾ ਉਦੋਂ ਹੁੰਦੀ ਜਦੋਂ ਪੰਜ ਤੱਤ ਇਕੱਠੇ ਹੁੰਦੇ ਨੇ ਪੰਚ ਭੂਤ ਸੱਚ ਪੈਰ ਅਤੇ, ਜਦੋਂ ਇਕੱਠੇ ਹੁੰਦੇ ਨੇ ਰਚਨਾ ਉਦੋਂ ਹੁੰਦੀ। ਲੋਕ ਬੜੇ ਹੈਰਾਨ ਕਿ ਇਸ ਅਨਪੜ੍ਹ ਗੂੰਗੇ ਬੋਲੇ ਕਾਣੇ ਵਿਅਕਤੀ ਦੇ ਕੋਲ ਇੰਨਾ ਗਿਆਨ ਕਿੱਥੋਂ ਆ ਗਿਆ? ਹੁਣ ਸਾਰੇ ਇਕੱਠੇ ਹੋ ਕੇ ਉਸ ਕੋਲ ਚਲੇ ਗਏ ਅਤੇ ਲਿਖ ਕੇ ਉਸ ਨੂੰ ਕਹਿੰਦੇ ਨੇ ਕਿ ਤੇਰੇ ਕੋਲ ਇੰਨਾ ਗਿਆਨ ਕਿਵੇਂ ਆਇਆ, ਇੰਨੇ ਗਿਆਨ ਦੇ ਨਾਲ ਤੂੰ ਇੰਨੇ ਔਖੇ ਸਵਾਲਾਂ ਦੇ ਜਵਾਬ ਕਿਵੇਂ ਦੇ ਦਿੱਤੇ?
ਉਹਨਾਂ ਲਿਖ ਕੇ ਸਵਾਲ ਕੀਤੇ ਅਤੇ ਉਹਨੇ ਲਿਖ ਕੇ ਜਵਾਬ ਦਿੱਤੇ ਨੇ, ਉਹ ਕਹਿੰਦਾ ਸਾਡਾ ਤਾਂ ਰਾਜਾ ਹੀ ਕਮਲਾ ਹੈ, ਸਾਡੇ ਤਾਂ ਰਾਜੇ ਨੂੰ ਅਕਲ ਨਹੀਂ। ਜਿਸ ਬੰਦੇ ਨੂੰ ਮੇਰੇ ਸਾਹਮਣੇ ਚਰਚਾ ਵਾਸਤੇ ਬਿਠਾ ਲਿਆ ਉਸ ਨੂੰ ਤਾਂ ਚਰਚਾ ਦੀ ਤਮੀਜ਼ ਹੀ ਨਹੀਂ ਸੀ। ਕਹਿੰਦਾ ਕੀ ਹੋਇਆ ਜੇ ਮੇਰੀ ਇੱਕ ਅੱਖ ਹੈ? ਕਹਿੰਦਾ ਮੈਂ ਉਹਦੇ ਸਾਹਮਣੇ ਬੈਠਾ ਅਤੇ ਬੈਠਦਾ ਹੀ ਮੈਨੂੰ ਕਹਿੰਦਾ ਕਿ ਤੇਰੀ ਇੱਕ ਅੱਖ ਹੈ, ਮੈਂ ਦੂਜੀ ਵੀ ਉਂਗਲ ਮਾਰ ਕੇ ਕੱਢ ਦੇਣੀ ਆ। ਕਹਿੰਦਾ ਮੈਨੂੰ ਉਹਦੀ ਪਹਿਲੀ ਗੱਲ 'ਤੇ ਗੁੱਸਾ ਚੜ੍ਹ ਗਿਆ। ਕਹਿੰਦਾ ਮੈਂ ਕਿਹਾ ਤੂੰ ਮੇਰੀ ਇੱਕ ਅੱਖ ਕੱਢੇਗਾ, ਮੈਂ ਤੇਰੀਆਂ ਦੋਵੇਂ ਕੱਢ ਦੂੰਗਾ। ਕਹਿੰਦਾ ਉਹਨੇ ਗੁੱਸੇ 'ਚ ਆ ਕੇ ਮੈਨੂੰ ਥੱਪੜ ਵਿਖਾਇਆ। ਕਹਿੰਦਾ ਮੈਂ ਵੀ ਫਿਰ ਅੱਗੋਂ ਮੁੱਕੀ ਵਿਖਾਈ। ਭਾਈ ਸਾਹਿਬ ਭਗਤ ਕਹਿੰਦੇ ਜਾੜਾਂ ਦੋਵੇਂ ਭੰਨ ਸਾਂ ਕਿ ਮੈਂ ਵੀ ਫਿਰ ਮੁੱਕੀ ਮਾਰ ਕੇ ਤੇਰੇ ਸਾਰੇ ਦੰਦ ਬਾਹਰ ਕੱਢ ਦੂੰਗਾ। ਅਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਮੂਰਖ ਪੰਡਿਤ ਹੁਕਮ ਵਸੇਖੇ, ਗਿਆਨ ਸੀ ਪਰ ਗਿਆਨ ਦੇ ਅਹੰਕਾਰ ਨੂੰ ਮੂਰਖਤਾ ਦੇ ਵਿੱਚ ਉਸਨੇ ਬਦਲ ਲਿਆ ਅਤੇ ਮੂਰਖਤਾ ਦੇ ਵਿੱਚ ਬਦਲਣ ਕਰਕੇ ਇੱਕ ਆਮ ਵਿਅਕਤੀ ਦੇ ਕੋਲੋਂ ਹਾਰ ਖਾ ਗਿਆ। ਕਿਉਂ? ਗਿਆਨ ਦਾ ਅਹੰਕਾਰ। ਜਦੋਂ ਮਨੁੱਖ ਨੂੰ ਗਿਆਨ ਦਾ ਅਹੰਕਾਰ ਹੋ ਜਾਂਦਾ ਨਾ, ਤਾਂ ਗੁਰੂ ਨਾਨਕ ਸਾਹਿਬ ਨੇ ਇਹੀ ਗੱਲ ਸਾਨੂੰ ਸਮਝਾਈ ਹੈ, ਗਿਆਨ ਬੜੀ ਚੰਗੀ ਗੱਲ ਹੈ ਪਰ ਗਿਆਨ ਦਾ ਅਹੰਕਾਰ ਬਹੁਤ ਬੁਰਾ ਹੈ। ਸੋ ਪੰਡਿਤ ਬ੍ਰਹਮਦੱਤ ਨੂੰ ਬੜਾ ਗਿਆਨ ਦਾ ਅਹੰਕਾਰ ਹੈ ਅਤੇ ਗੁਰੂ ਨਾਨਕ ਸਾਹਿਬ ਨੇ ਸਿਰਫ ਇੱਕੋ ਗੱਲ ਕਹੀ ਹੈ ਉਸਨੂੰ, ਕਿਤੇ ਤੁਹਾਨੂੰ ਪੁਰਾਤਨ ਜਨਮ ਸਾਖੀ ਨੂੰ ਪੜ੍ਹਨ ਦਾ ਮੌਕਾ ਮਿਲੇ। ਗੁਰੂ ਸਾਹਿਬ ਨੇ ਸਿਰਫ ਇੱਕ ਸ਼ਬਦ ਕਿਹਾ, ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚੱਖਣਾ ਚਾਕ। ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਓ ਪੰਡਿਤ ਜੀ, ਜੇਕਰ ਤੁਹਾਨੂੰ ਇੱਕ ਦੇ ਨਾਲ ਜੁੜਨ ਦਾ ਗਿਆਨ ਪ੍ਰਾਪਤ ਨਹੀਂ ਹੋਇਆ ਤਾਂ ਤੁਹਾਡਾ ਸਾਰਾ ਇਹ ਕੀਤਾ ਕਿਰਾਇਆ ਵਿਅਰਥ ਹੈ। ਅਤੇ ਉਸ ਬ੍ਰਹਮਦੱਤ ਨੇ ਇਤਿਹਾਸ ਨੂੰ ਪੜ੍ਹ ਕੇ ਵੇਖੋ, ਆਪਣਾ ਜਨੇਊ ਲਾ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਰੱਖ ਦਿੱਤਾ ਔਰ ਇਸ ਤਰ੍ਹਾਂ ਜੁੜ ਗਿਆ ਸ਼ਬਦ ਦੇ ਨਾਲ ਕਿ ਉਹਦੀਆਂ ਪੀੜ੍ਹੀਆਂ ਹੀ ਜੁੜ ਗਈਆਂ। ਬ੍ਰਹਮਦੱਤ ਦਾ ਬੇਟਾ ਨਰਾਇਣ ਦੱਤ ਗੁਰੂ ਘਰ ਦੇ ਨਾਲ ਜੁੜਿਆ ਰਿਹਾ, ਨਰਾਇਣ ਦੱਤ ਦਾ ਬੇਟਾ ਅੜੂ ਰਾਮ ਗੁਰੂ ਘਰ ਦੇ ਨਾਲ ਜੁੜਿਆ ਰਿਹਾ। ਤੁਹਾਡੇ ਇੱਥੇ ਸਥਾਨ ਹੈ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਦਾ, ਅਤੇ ਅੱਠਵੇਂ ਪਾਤਸ਼ਾਹ ਨੂੰ ਸੰਸਕ੍ਰਿਤ ਦੀ ਵਿੱਦਿਆ ਵੀ ਅੜੂ ਰਾਮ ਨੇ ਦਿੱਤੀ ਹੈ, ਅਤੇ ਅੜੂ ਰਾਮ ਦਾ ਪੁੱਤਰ ਸੀ ਕਿਰਪਾ ਰਾਮ ਦੱਤ, ਜਿਹੜਾ ਨੌਵੇਂ ਪਾਤਸ਼ਾਹ ਦੇ ਕੋਲ ਕਸ਼ਮੀਰੀ ਬ੍ਰਾਹਮਣਾਂ ਨੂੰ ਲੈ ਕੇ ਆਇਆ ਅਤੇ ਕਿਰਪਾ ਰਾਮ ਦੱਤ ਤੋਂ ਕਿਰਪਾ ਸਿੰਘ ਬਣ ਕੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਇਆ। ਹੁਣ ਇਹ ਜਿਹੜੀ ਇਬਾਦਤ ਤੋਂ ਗੱਲ ਛੁੜੀ ਸੀ ਇੱਕ ਨਾਲ ਜੁੜਨ ਦੀ, ਉਹ ਸ਼ਹਾਦਤ 'ਤੇ ਆ ਕੇ ਖਤਮ ਹੋਈ। ਕਿਉਂ? ਕਿਉਂਕਿ ਉਸ ਪਰਿਵਾਰ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅਪਣਾਇਆ, ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਆਪਣੇ ਪੱਲੇ ਬੰਨ ਲਿਆ ਕਿ ਇੱਕ ਦੇ ਨਾਲ ਜੁੜਨਾ ਹੈ। ਇਸੇ ਕਰਕੇ ਜੇ ਲੋੜ ਪਈ ਤਾਂ ਇੱਕ ਦੀ ਸ਼ਰਨ ਦੇ ਵਿੱਚ ਆਏ ਅਤੇ ਉਸ ਇੱਕ ਦੇ ਉਪਾਸ਼ਕ ਨੇ ਉਹਨਾਂ ਦੀ ਸ਼ਰਨ ਆਇਆਂ ਦੀ ਲਾਜ ਰੱਖਣ ਦੇ ਵਾਸਤੇ ਆਪਣੀ ਸ਼ਹਾਦਤ ਦੇ ਦਿੱਤੀ। ਗੱਲ ਕੀ ਸੀ? ਇੱਕ ਦੇ ਨਾਲ ਜੁੜਨ ਦੀ। ਇਸੇ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਡੇ 'ਤੇ ਜਿਹੜੀ ਬਖਸ਼ਿਸ਼ ਕੀਤੀ ਹੈ, ਜਿਹੜੀ ਸਾਡੇ 'ਤੇ ਕਿਰਪਾ ਕੀਤੀ ਹੈ, ਉਹ ਕਿਰਪਾ ਇੰਨੀ ਅਹਿਮ ਹੈ ਕਿ ਦੁਨੀਆਂ ਦੇ ਧਰਮ ਗ੍ਰੰਥਾਂ ਦੇ ਵਿੱਚ ਜਿਸ ਗੁਰੂ ਦੀ ਗੋਦ 'ਚ ਬੈਠੇ ਹੋ, ਇਹ ਐਸਾ ਧਰਮ ਗੁਰੂ ਹੈ ਜਿਹੜਾ ਇੱਕ ਤੋਂ ਸ਼ੁਰੂ ਹੁੰਦਾ ਹੈ ਔਰ ਇੱਕ ਵੀ ਅੰਕ ਗਣਿਤ ਦਾ, ਈੜੀ ਸਿਹਾਰੀ ਇੱਕ ਨਹੀਂ ਲਿਖਿਆ ਗਿਆ, ਅੰਕ ਗਣਿਤ ਦੇ ਏਕੇ ਤੋਂ ਸ਼ੁਰੂ ਹੁੰਦਾ ਹੈ ਕਿ ਇੱਕ ਤੋਂ ਬਿਨਾਂ ਕੁਝ ਵੀ ਨਹੀਂ। ਜਿੰਨਾ ਵੀ ਪਸਾਰਾ ਹੈ ਉਹ ਓਂਕਾਰ ਹੈ, ਉਹ ਉਸਦਾ ਸਾਕਾਰ ਰੂਪ ਹੈ, ਪਰ ਨਿਰਾਕਾਰ ਰੂਪ ਦੇ ਵਿੱਚ ਪਰਮਾਤਮਾ ਇੱਕ ਹੈ, ਵਾਹਿਦ ਇੱਕ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸੇ ਗ੍ਰੰਥ ਨੇ ਜਿਹੜੇ ਅੰਕ ਗਣਿਤ ਤੋਂ ਸ਼ੁਰੂ ਹੁੰਦੇ ਨੇ, ਉਹ ਵੀ ਏਕੇ ਤੋਂ। ਅਤੇ ਸਾਨੂੰ ਵੀ ਤਾਂ ਗੁਰਦੇਵ ਪਾਤਸ਼ਾਹ ਨੇ ਇਹੀ ਉਪਦੇਸ਼ ਦਿੱਤਾ ਹੈ ਨਾ ਕਿ ਅਸੀਂ ਇੱਕ ਦੇ ਨਾਲ ਜੁੜਨਾ ਹੈ, ਇੱਕ ਦੀ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ 'ਚ ਪ੍ਰਣਾਉਣਾ ਹੈ, ਅਪਣਾਉਣਾ ਹੈ। ਅਤੇ ਗੁਰੂ ਸਾਹਿਬ ਦਾ ਤਾਂ ਸੰਦੇਸ਼ ਦੇਣ ਦਾ ਢੰਗ ਹੀ ਇੰਨਾ ਨਿਰਾਲਾ ਸੀ, ਗੁਰੂ ਸਾਹਿਬ ਨੇ ਕਿਤੇ ਵੀ ਸੱਜਣ ਠੱਗ ਨੂੰ ਵੀ ਸੱਜਣ ਠੱਗ ਨਹੀਂ ਕਿਹਾ। ਸੱਜਣ ਦਾ ਸੰਬੰਧ ਸੱਯਦ ਪਰਿਵਾਰ ਦੇ ਨਾਲ ਸੀ, ਸ਼ੀਆ ਮੁਸਲਮਾਨ ਸੀ, ਨਾਮ ਸ਼ੇਖ ਸੱਜਣ ਸੀ। ਇਸ ਨੇ ਤਲੰਬੇ ਦੇ ਵਿੱਚ ਇੱਕ ਸਰਾਂ ਬਣਾਈ ਸੀ, ਆਏ ਗਏ ਅਭਿਆਗਤ ਨੂੰ ਆਪਣੇ ਘਰ ਦੇ ਵਿੱਚ ਜਗ੍ਹਾ ਦਿੰਦਾ ਹੈ ਅਤੇ ਮਾਲ ਅਸਬਾਬ ਲੁੱਟ ਕੇ ਕਤਲ ਕਰ ਦਿੰਦਾ ਹੈ। ਅਤੇ ਗੁਰੂ ਨਾਨਕ ਸਾਹਿਬ ਜਦੋਂ ਗਏ ਨੇ ਅਤੇ ਗੁਰੂ ਨਾਨਕ ਸਾਹਿਬ ਨੂੰ ਰੋਕਿਆ ਗਿਆ ਕਿ ਤੁਸੀਂ ਉਸ ਜਗ੍ਹਾ 'ਤੇ ਨਾ ਜਾਓ, ਕਿਉਂਕਿ ਉਸ ਸਰਾਂ ਦਾ ਮਾਲਕ ਆਏ ਗਏ ਅਭਿਆਗਤ ਨੂੰ ਕਤਲ ਕਰ ਦਿੰਦਾ ਹੈ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਾਣਾ ਹੀ ਉੱਥੇ ਹੈ, ਚੰਗੇ ਕੋਲ ਤਾਂ ਹਰ ਕੋਈ ਜਾਂਦਾ, ਇਹ ਤਾਂ ਮੇਰੇ ਗੁਰੂ ਦੀ ਵਿਚਾਰਧਾਰਾ ਹੈ ਕਿ ਦੁਰਮਤ ਦੇਖ ਦਿਆਲ ਹੋਏ, ਮਾੜੇ ਦੇ ਕੋਲ ਜਾ ਕੇ ਉਸ ਨੂੰ ਚੰਗਾ ਬਣਾ ਦੇਣਾ। ਪਰ ਸਮੱਸਿਆ ਇਹ ਹੈ ਕਿ ਅਸੀਂ ਅਜੇ ਵੀ ਸੱਜਣ ਠੱਗ ਹਾਂ ਅਤੇ ਜਿਹੜਾ ਗੁਰੂ ਨਾਨਕ ਸਾਹਿਬ ਦੀ ਇੱਕ ਤੁੱਕ ਨੂੰ ਸੁਣ ਕੇ ਠੱਗ ਤੋਂ ਭਾਈ ਬਣ ਗਿਆ, ਅਸੀਂ ਕਹਿੰਦੇ ਸੱਜਣ ਠੱਗ, ਅਤੇ ਗੁਰੂ ਨਾਨਕ ਸਾਹਿਬ ਨੇ ਤਾਂ ਕਿਤੇ ਸੱਜਣ ਠੱਗ ਕਿਹਾ ਹੀ ਨਹੀਂ। ਗੁਰੂ ਸਾਹਿਬ ਨੇ ਤਾਂ ਸੱਜਣ ਨੂੰ ਸਿਰਫ ਇੱਕ ਗੱਲ ਕਹੀ ਹੈ, ਸੱਜਣਾ ਮੈਂ ਤੈਨੂੰ ਸੱਜਣ ਸ਼ਬਦ ਦੀ ਪਰਿਭਾਸ਼ਾ ਦੱਸਣੀ ਚਾਹੁੰਦਾ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ
ਤਿੱਥੇ ਖੜੇ ਦਿਸਣ। ਉਹ ਸੱਜਣਾ, ਸੱਜਣ ਤਾਂ ਉਹ ਹੁੰਦੇ ਨੇ ਜਿਹੜੇ ਸੱਜਣਤਾਈ ਦੇ ਵਿੱਚ ਸਾਥ ਹੀ ਨਹੀਂ ਛੱਡਦੇ। ਤੂੰ ਕਿਵੇਂ ਦਾ ਸੱਜਣ ਹੈ ਕਿ ਨਾਮ ਤੇਰਾ ਸੱਜਣ ਹੈ ਅਤੇ ਸੱਜਣਤਾਈ ਦੇ ਵਿੱਚ ਆਪਣੇ ਆਏ ਗਏ ਘਰ ਦੇ ਵਿੱਚ ਅਭਿਆਗਤ ਨੂੰ ਜਗ੍ਹਾ ਦਿੰਦਾ ਅਤੇ ਸੱਜਣਤਾਈ ਦੇ ਵਿੱਚ ਹੀ ਲੁੱਟ ਲੈਂਦਾ, ਸੱਜਣਤਾਈ ਦੇ ਪਰਦੇ 'ਚ ਹੀ ਕਤਲ ਕਰ ਦਿੰਦਾ, ਤੂੰ ਕਿਵੇਂ ਦਾ ਸੱਜਣ ਹੈ। ਗੁਰੂ ਸਾਹਿਬ ਦੀ ਇੰਨੀ ਗੱਲ ਨੂੰ ਸੁਣ ਕੇ ਉਹ ਜਿਹੜਾ ਠੱਗ ਸੀ ਉਹ ਤਾਂ ਭਾਈ ਸੱਜਣ ਬਣ ਗਿਆ ਅਤੇ ਜਿਹੜੀ ਸਰਾਂ ਸੀ ਉਹ ਧਰਮਸ਼ਾਲ ਬਣ ਗਈ। ਹੁਣ ਗੁਰੂ ਸਾਹਿਬ ਨੇ ਉਸਨੂੰ ਨਹੀਂ ਕਿਹਾ ਸੱਜਣ ਠੱਗ ਗਿਆ, ਗੁਰੂ ਸਾਹਿਬ ਨੇ ਤਾਂ ਸੱਜਣ ਸ਼ਬਦ ਦੀ ਪਰਿਭਾਸ਼ਾ ਦੱਸੀ ਹੈ। ਕਿਤੇ ਤੁਹਾਨੂੰ ਇੱਕ ਉਰਦੂ ਦੀ ਕਿਤਾਬ ਹੈ, ਉਸਨੂੰ ਪੜ੍ਹਨ ਦਾ ਮੌਕਾ ਮਿਲੇ, ਉਹਦੇ 'ਚ ਇੱਕ ਬੜੀ ਪਿਆਰੀ ਘਟਨਾ ਹੈ ਅਤੇ ਮੈਨੂੰ ਉਹ ਘਟਨਾ ਬੜੀ ਸੱਜਣ ਠੱਗ ਦੇ ਜੀਵਨ ਦੇ ਨਾਲ ਰਲਦੀ ਮਿਲਦੀ ਲੱਗਦੀ ਹੈ। ਇੱਕ ਦਰਵੇਸ਼ ਹੋਏ ਨੇ ਬੜੇ ਮਸ਼ਹੂਰ, ਫਜ਼ੀਲ ਬਿਨ ਅਯਾਜ਼, ਪਹਿਲਾਂ ਡਾਕੂ ਸੀ, ਬੜਾ ਮਸ਼ਹੂਰ ਡਾਕੂ ਸੀ ਅਰਬ ਦਾ, ਫਜ਼ੀਲ ਬਿਨ ਅਯਾਜ਼। ਜਦੋਂ ਕਾਫਲੇ ਲੰਘਦੇ ਸੀ, ਵਪਾਰੀ ਲੰਘਦੇ ਸੀ ਊਠਾਂ ਦੇ ਉੱਪਰ ਆਪਣਾ ਮਾਲ ਲੈ ਕੇ, ਅਤੇ ਉਹ ਰਸਤੇ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਲੁੱਟ ਲਿਆ ਕਰਦਾ ਸੀ। ਜਿੰਨੇ ਵੀ ਵਪਾਰੀ ਹੁੰਦੇ ਸੀ ਉਹਨਾਂ ਨੂੰ ਕਤਲ ਕਰ ਦੇਣਾ ਅਤੇ ਉਹਨਾਂ ਦਾ ਮਾਲ ਅਸਬਾਬ ਵਪਾਰੀਆਂ ਦਾ ਲੁੱਟ ਲੈਣਾ। ਇੱਕ ਦਿਨ ਇੱਕ ਕਾਫਲਾ ਲੰਘ ਰਿਹਾ ਅਤੇ ਫਜ਼ੀਲ ਬਿਨ ਅਯਾਜ਼ ਨੇ ਆਪਣੇ ਸਾਥੀਆਂ ਦੇ ਨਾਲ ਕਾਫਲੇ ਨੂੰ ਘੇਰਿਆ ਅਤੇ ਵਪਾਰੀਆਂ ਨੂੰ ਮਾਰਨਾ ਸ਼ੁਰੂ ਕੀਤਾ, ਸਾਰਿਆਂ ਨੂੰ ਮਾਰ ਦਿੱਤਾ। ਇੱਕ ਬਜ਼ੁਰਗ ਵਪਾਰੀ ਬੈਠਾ, ਜਦੋਂ ਉਸਦੇ ਉੱਪਰ ਤਲਵਾਰ ਦਾ ਵਾਰ ਕਰਨ ਲੱਗਾ ਨਾ, ਉਸਨੇ ਕਿਹਾ, ਫਜ਼ੀਲ ਤੂੰ ਮੈਨੂੰ ਮਾਰ ਤਾਂ ਦੇਣਾ ਹੈ ਪਰ ਮੇਰੀ ਇੱਕ ਅੰਤਮ ਇੱਛਾ ਹੈ। ਉਸਨੇ ਕਿਹਾ, ਕੀ ਹੈ ਅੰਤਮ ਇੱਛਾ? ਕਹਿੰਦੇ ਕਿ ਮੇਰੇ ਝੋਲੇ ਦੇ ਵਿੱਚ ਮੁਕੱਦਸ ਕੁਰਾਨ ਸ਼ਰੀਫ ਹੈ, ਮੈਂ ਮਰਨ ਤੋਂ ਪਹਿਲਾਂ ਇੱਕ ਵਾਰੀ ਮੁਕੱਦਸ ਕੁਰਾਨ ਸ਼ਰੀਫ ਨੂੰ ਪੜ੍ਹਨਾ ਚਾਹੁੰਦਾ, ਉਹਦੇ ਦਰਸ਼ਨ ਕਰਨਾ ਚਾਹੁੰਦਾ। ਉਸਨੇ ਕਿਹਾ, ਮਾਰ ਤਾਂ ਦੇਣਾ ਹੀ ਹੈ, ਠੀਕ ਹੈ ਪੜ੍ਹ ਲਓ। ਉਹਨਾਂ ਨੇ ਆਪਣੀ ਮੁਕੱਦਸ ਕੁਰਾਨ ਸ਼ਰੀਫ ਨੂੰ ਕੱਢਿਆ, ਉਹਨੂੰ ਖੋਲ੍ਹਿਆ ਅਤੇ ਸੂਰਾ ਅਸਰਾਹ ਦੇ ਵਿੱਚੋਂ ਇੱਕ ਆਇਤ ਪੜ੍ਹੀ। ਉਸ ਆਇਤ ਦੇ ਅਰਥ ਸੀ, ਐ ਮਨੁੱਖ, ਜ਼ਿੰਦਗੀ ਦੇ ਵਿੱਚ ਜਿੰਨੇ ਵੀ ਗੁਨਾਹ ਕੀਤੇ ਨੇ ਮਰਨ ਤੋਂ ਪਹਿਲਾਂ ਹੀ ਤਾਂ ਤੌਬਾ ਕਰ ਲਾ, ਖੁਦਾ ਫਿਰ ਵੀ ਬਖਸ਼ ਲਵੇਗਾ। ਜਦੋਂ ਇਹ ਆਇਤ ਦੇ ਅਰਥ ਉਸਨੇ ਸੁਣੇ ਨਾ, ਤਾਂ ਫਜ਼ੀਲ ਬਿਨ ਅਯਾਜ਼ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਇਸ ਵਿਅਕਤੀ ਨੇ ਤਾਂ ਹੋ ਸਕਦਾ ਕੋਈ ਗੁਨਾਹ ਕੀਤਾ ਹੀ ਨਾ ਹੋਵੇ, ਅਤੇ ਇਹ ਬੇਗੁਨਾਹ ਵਿਅਕਤੀ ਖੁਦਾ ਨੂੰ ਕਹਿ ਰਿਹਾ ਹੈ ਕਿ ਮੈਂ ਮਰਨ ਤੋਂ ਪਹਿਲਾਂ ਤੌਬਾ ਕਰਨਾ ਚਾਹੁੰਦਾ, ਅਤੇ ਮੈਂ ਤਾਂ ਪਤਾ ਨਹੀਂ ਕਿੰਨੇ ਕੁ ਗੁਨਾਹ ਕੀਤੇ ਨੇ, ਮੈਨੂੰ ਖੁਦਾ ਕਿਵੇਂ ਮਾਫ਼ ਕਰੇਗਾ। ਉਸਨੇ ਆਪਣੀ ਸ਼ਮਸ਼ੀਰ ਨੂੰ ਮਿਆਨ ਦੇ ਵਿੱਚ ਪਾ ਲਿਆ, ਹੁਣ ਕਤਲ ਨਹੀਂ ਕਰਨਾ। ਹੁਣ ਉਹੀ ਫਜ਼ੀਲ ਬਿਨ ਅਯਾਜ਼ ਜਿਹੜਾ ਸੀ ਦਰਵੇਸ਼ ਬਣ ਗਿਆ, ਲੋਕਾਂ ਨੂੰ ਠੱਗਣਾ ਮਾਰਨਾ ਛੱਡ ਦਿੱਤਾ। ਇੱਕ ਦਿਨ ਕਾਫਲਾ ਲੰਘ ਰਿਹਾ ਅਤੇ ਲੰਘ ਰਹੇ ਕਾਫਲੇ ਦੇ ਸਰਦਾਰ ਨੇ ਜਦੋਂ ਵੇਖਿਆ ਕਿ ਫਜ਼ੀਲ ਬਿਨ ਅਯਾਜ਼ ਦਾ ਇਲਾਕਾ ਆ ਗਿਆ, ਉਹਨੂੰ ਨਹੀਂ ਸੀ ਪਤਾ ਕਿ ਉਹ ਹੁਣ ਮਾਰਨਾ ਲੁੱਟਣਾ ਛੱਡ ਚੁੱਕਾ, ਉਹ ਉੱਚੀ ਆਵਾਜ਼ ਦੇ ਵਿੱਚ ਕਾਫਲੇ ਦੇ ਲੋਕਾਂ ਨੂੰ ਪਤਾ ਕੀ ਕਹਿੰਦਾ, ਕਹਿੰਦਾ ਮੇਰੇ ਕਾਫਲੇ ਦੇ ਲੋਕੋ ਰਸਤਾ ਬਦਲ ਲਓ ਕਿਉਂਕਿ ਫਜ਼ੀਲ ਬਿਨ ਅਯਾਜ਼ ਦਾ ਇਲਾਕਾ ਆ ਗਿਆ। ਅਤੇ ਫਜ਼ੀਲ ਬਿਨ ਅਯਾਜ਼ ਝੁੱਕੀ ਦੇ ਵਿੱਚੋਂ ਬਾਹਰ ਨਿਕਲਿਆ ਅਤੇ ਉੱਚੀ ਆਵਾਜ਼ ਦੇ ਵਿੱਚ ਕਹਿੰਦਾ, ਕਹਿੰਦਾ ਤੁਹਾਨੂੰ ਆਪਣਾ ਰਸਤਾ ਬਦਲਣ ਦੀ ਲੋੜ ਨਹੀਂ, ਹੁਣ ਫਜ਼ੀਲ ਬਿਨ ਅਯਾਜ਼ ਨੇ ਆਪਣਾ ਰਸਤਾ ਬਦਲ ਲਿਆ, ਹੁਣ ਤੁਹਾਨੂੰ ਰਸਤਾ ਬਦਲਣ ਦੀ ਲੋੜ ਨਹੀਂ, ਫਜ਼ੀਲ ਬਿਨ ਅਯਾਜ਼ ਨੇ ਆਪਣਾ ਰਸਤਾ ਬਦਲ ਲਿਆ। ਇਸੇ ਹੀ ਤਰ੍ਹਾਂ ਦਾ ਇੱਕ ਵਰਤਾਰਾ ਵਾਪਰਿਆ ਕਿ ਸੱਜਣ ਜਿਹੜਾ ਉਹ ਠੱਗ ਤੋਂ ਦਰਵੇਸ਼ ਬਣ ਗਿਆ, ਪਹਿਰਾਵਾ ਬਦਲ ਗਿਆ। ਦੋ ਜਗਿਆਸੂ ਆ ਰਹੇ ਨੇ ਅਤੇ ਉਹਨਾਂ ਨੂੰ ਪਤਾ ਨਹੀਂ ਕਿ ਹੁਣ ਇਹ ਉਹ ਸੱਜਣ ਨਹੀਂ ਰਿਹਾ। ਇੱਕ ਜਗਿਆਸੂ ਦੂਜੇ ਜਗਿਆਸੂ ਨੂੰ ਕਹਿੰਦਾ, ਕਹਿੰਦਾ ਅਗਲੇ ਪਿੰਡ ਜਾ ਕੇ ਵਿਸ਼ਰਾਮ ਕਰਾਂਗੇ। ਸੱਜਣ ਦੀ ਸਰਾਂ ਦੇ ਵਿੱਚ ਵਿਸ਼ਰਾਮ ਨਹੀਂ ਕਰਨਾ, ਉਹ ਲੋਕਾਂ ਨੂੰ ਕਤਲ ਕਰ ਦਿੰਦਾ ਹੈ। ਅਤੇ ਜਦੋਂ ਸੱਜਣ ਨੇ ਇਹ ਗੱਲ ਸੁਣੀ ਨਾ, ਤਾਂ ਉਸਨੇ ਕਿਹਾ, ਨਹੀਂ ਤੁਸੀਂ ਇਸੇ ਹੀ ਸਰਾਂ ਦੇ ਵਿੱਚ ਵਿਸ਼ਰਾਮ ਕਰੋ ਜਿਹੜਾ ਸੱਜਣ ਲੋਕਾਂ ਨੂੰ ਕਤਲ ਕਰਦਾ ਸੀ ਨਾ, ਉਸ ਸੱਜਣ ਨੂੰ ਗੁਰੂ ਨਾਨਕ ਦੇ ਸ਼ਬਦ ਨੇ ਕਤਲ ਕਰ ਦਿੱਤਾ। ਜਿਹੜਾ ਸੱਜਣ ਲੋਕਾਂ ਨੂੰ ਕਤਲ ਕਰਦਾ ਸੀ, ਉਸ ਸੱਜਣ ਨੂੰ ਗੁਰੂ ਨਾਨਕ ਦੇ ਸ਼ਬਦ ਨੇ ਕਤਲ ਕਰ ਦਿੱਤਾ ਹੈ। ਜ਼ਿੰਦਗੀ 'ਚ ਤਬਦੀਲੀ ਇੱਕ ਸ਼ਬਦ ਤੋਂ ਆਈ। ਸੋ ਗੁਰਦੇਵ ਪਾਤਸ਼ਾਹ ਨੇ ਸਾਡੀ ਵੀ ਜ਼ਿੰਦਗੀ ਦੇ ਵਿੱਚ ਤਬਦੀਲੀ ਲਿਆਉਣ ਦੀ ਗੱਲ ਕੀਤੀ ਹੈ ਕਿ ਕਿਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਤਬਦੀਲੀ ਆ ਸਕੇ। ਪਰ ਅਸੀਂ ਬਾਹਰੋਂ ਵਿਖਾਵਾ ਤਬਦੀਲੀ ਦਾ ਕਰਦੇ ਹਾਂ, ਅੰਦਰੋਂ ਅਜੇ ਮਨ ਕਰਕੇ ਤਬਦੀਲ ਹੋਣ ਦੇ ਬਾਰੇ ਨਹੀਂ ਸੋਚ ਰਹੇ। ਮਨ ਕਰਕੇ ਅਸੀਂ ਅਜੇ ਆਪਣੇ ਮਨ ਦੇ ਵਿੱਚ ਕੋਈ ਵਿਲੱਖਣਤਾ ਨਹੀਂ ਲਿਆ ਰਹੇ ਜਿਹੜੀ ਸਾਨੂੰ ਸ਼ਬਦ ਦੇ ਵਿੱਚੋਂ ਮਿਲਣੀ ਸੀ। ਗੁਰੂ ਨਾਨਕ ਸਾਹਿਬ ਜਿਸ ਵੇਲੇ ਦੀਪਾਲਪੁਰ ਗਏ ਨੇ, ਨਗਰ ਦੇ ਵਿੱਚ ਪਹੁੰਚੇ ਅਤੇ ਜਾ ਕੇ ਪੁੱਛਦੇ ਨੇ ਕਿ ਰਾਤ ਵਿਸ਼ਰਾਮ ਕਰਨਾ ਹੈ, ਮਰਦਾਨਾ ਨਾਲ ਹੈ, ਕਹਿੰਦੇ ਰਾਤ ਵਿਸ਼ਰਾਮ ਕਰਨਾ ਹੈ, ਕੋਈ ਜਗ੍ਹਾ ਮਿਲ ਜਾਵੇ ਪਿੰਡ ਦੇ ਵਿੱਚ। ਇੱਕ ਮੰਚਲੇ ਨੇ, ਸ਼ਰਾਰਤੀ ਜਿਹੇ ਨੌਜਵਾਨ ਨੇ, ਜਾਣ ਬੁੱਝ ਕੇ ਗੁਰੂ ਨਾਨਕ ਸਾਹਿਬ ਦਾ ਮਜ਼ਾਕ ਉਡਾਉਣ ਦੇ ਵਾਸਤੇ, ਪਤਾ ਕੀ ਕਹਿੰਦਾ, ਕਹਿੰਦਾ ਪਿੰਡ ਤੋਂ ਬਾਰ ਬਾਰ ਇੱਕ ਬੜਾ ਮਸ਼ਹੂਰ ਦਰਵੇਸ਼ ਹੈ ਨੂਰ ਸ਼ਾਹ ਨੂਰੀ, ਤੁਸੀਂ ਉਹਦੀ ਝੌਂਪੜੀ 'ਚ ਜਾ ਕੇ ਵਿਸ਼ਰਾਮ ਕਰ ਸਕਦੇ ਹੋ। ਗੁਰਦੇਵ ਪਾਤਸ਼ਾਹ ਚਲੇ ਗਏ, ਜਦੋਂ ਗਏ ਜਾ ਕੇ ਝੌਂਪੜੀ ਦਾ ਦਰਵਾਜ਼ਾ ਖੜਕਾਇਆ
ਅਤੇ ਅੰਦਰੋਂ ਉਸਨੇ ਆਵਾਜ਼ ਦਿੱਤੀ, ਕੌਣ ਹੈ? ਗੁਰਦੇਵ ਪਾਤਸ਼ਾਹ ਨੇ ਜਦ ਦੱਸਿਆ ਕਿ ਨਾਨਕ ਹਾਂ, ਉਸਨੇ ਕਿਹਾ ਤੁਸੀਂ ਅੰਦਰ ਕਿਵੇਂ ਆ ਸਕਦੇ ਹੋ? ਨਾ ਤਾਂ ਕੋਈ ਮੈਨੂੰ ਵੇਖਦਾ ਹੈ ਅਤੇ ਨਾ ਮੈਂ ਕਿਸੇ ਨੂੰ ਵੇਖਦਾ, ਕਿਉਂਕਿ ਮੇਰਾ ਸਾਰਾ ਸਰੀਰ ਕੋੜ ਦੇ ਨਾਲ ਭਰਿਆ ਹੋਇਆ, ਮੈਂ ਤਾਂ ਕੋੜੀ ਹਾਂ, ਮੇਰੇ ਕੋਲ ਤਾਂ ਆਉਂਦਾ ਹੀ ਕੋਈ ਨਹੀਂ, ਅਤੇ ਮੇਰੀ ਝੌਂਪੜੀ ਦੇ ਬਾਹਰ ਇੱਕ ਕਾਸਾ ਪਿਆ, ਇੱਕ ਬਰਤਨ ਪਿਆ ਹੈ, ਜੇ ਕਿਸੇ ਨੂੰ ਮੇਰੇ 'ਤੇ ਤਰਸ ਆ ਜਾਵੇ ਤਾਂ ਉਹਦੇ ਵਿੱਚ ਕੁਛ ਅੰਨ ਰੱਖ ਜਾਂਦਾ ਅਤੇ ਰਾਤ ਨੂੰ ਉੱਠ ਕੇ ਮੈਂ ਖਾ ਲੈਂਦਾ, ਨਾ ਮੈਨੂੰ ਕੋਈ ਆਪਣਾ ਚਿਹਰਾ ਵਿਖਾਉਣਾ ਚਾਹੁੰਦਾ ਅਤੇ ਨਾ ਕੋਈ ਮੇਰਾ ਚਿਹਰਾ ਵੇਖਣਾ ਚਾਹੁੰਦਾ, ਕਿਉਂਕਿ ਮੈਂ ਕੋੜੀ ਹਾਂ। ਗੁਰੂ ਪਾਤਸ਼ਾਹ ਨੇ ਕਿਹਾ ਦਰਵਾਜ਼ਾ ਤਾਂ ਖੋਲ੍ਹ। ਉਸਨੇ ਕਿਹਾ ਨਹੀਂ, ਮੇਰੇ 'ਤੇ ਕੋਈ ਮੱਥੇ ਨਹੀਂ ਲੱਗਦਾ। ਪਾਤਸ਼ਾਹ ਨੇ ਕਿਹਾ ਮੈਂ ਕਹਿ ਰਿਹਾ ਨਾ, ਤੂੰ ਦਰਵਾਜ਼ਾ ਖੋਲ੍ਹ। ਉਸ ਕੋੜੀ ਨੇ ਦਰਵਾਜ਼ਾ ਖੋਲ੍ਹਿਆ, ਪਾਤਸ਼ਾਹ ਨੇ ਵੇਖਿਆ ਸਾਰਾ ਸਰੀਰ ਗਲਿਆ ਹੋਇਆ ਸੀ, ਅਤੇ ਪਾਤਸ਼ਾਹ ਉਸਨੂੰ ਕਹਿੰਦੇ ਕਿ ਤੇਰੇ ਆਹਾਰ ਦਾ, ਰੋਟੀ ਪਾਣੀ ਦਾ, ਅੰਨ ਦਾ ਸਾਧਨ, ਕਹਿੰਦਾ ਮੈਂ ਬੜਾ ਪ੍ਰਸੰਨ ਹਾਂ। ਸਰੀਰ ਗਲਿਆ ਹੋਇਆ, ਕਹਿੰਦਾ ਮੈਂ ਬੜਾ ਪ੍ਰਸੰਨ ਹਾਂ ਕਿ ਮੇਰਾ ਜਿਹੜਾ ਬਾਹਰ ਕਾਸਾ ਪਿਆ ਹੈ ਨਾ, ਕੁਝ ਭਲੇ ਲੋਕ ਉਹਦੇ 'ਚ ਰੋਟੀ ਪਾ ਦਿੰਦੇ ਨੇ ਅਤੇ ਮੈਂ ਖਾ ਕੇ ਉਹਨਾਂ ਨੂੰ ਅਸੀਸਾਂ ਦਿੰਦਾ, ਮੈਂ ਸ਼ੁਕਰ ਕਰਦਾ। ਅਤੇ ਗੁਰੂ ਨਾਨਕ ਸਾਹਿਬ ਨੇ ਉੱਥੇ ਇੱਕ ਬੜੀ ਪਿਆਰੀ ਗੱਲ ਉਚਾਰੀ ਹੈ। ਗੁਰੂ ਸਾਹਿਬ ਕਹਿੰਦੇ ਤੇਰਾ ਤਨ ਗਲਿਆ ਹੋਇਆ ਪਰ ਫਿਰ ਵੀ ਤੂੰ ਮਨ ਕਰਕੇ ਪ੍ਰਸੰਨ ਹੈ। ਕਹਿੰਦੇ ਮੈਂ ਤਾਂ ਸੰਸਾਰ ਦੇ ਵਿੱਚ ਉਹ ਲੋਕ ਵੇਖੇ ਨੇ ਜਿਹੜੇ ਤਨ ਕਰਕੇ ਠੀਕ ਨੇ ਪਰ ਮਨ ਕਰਕੇ ਗਲੇ ਹੋਏ ਨੇ। ਜਿਉਂ ਤਪਤ ਹੈ ਬਾਰੰਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਜਿਉਂ ਪੱਕਾ। ਇਹ ਸ਼ਬਦ ਗੁਰੂ ਨਾਨਕ ਸਾਹਿਬ ਨੇ ਦੀਪਾਲਪੁਰ ਉਸ ਕੋੜੀ ਦੀ ਚੌਪੜੀ ਦੇ ਸਾਹਮਣੇ ਉਚਾਰਿਆ ਕਿ ਤੂੰ ਮਨ ਕਰਕੇ ਤੰਦਰੁਸਤ ਹੈ, ਬੇਸ਼ੱਕ ਤੇਰਾ ਤਨ ਜਿਹੜਾ ਉਹ ਗਲਿਆ ਹੋਇਆ, ਪਰ ਸਮਾਜ ਦੇ ਵਿੱਚ ਤਾਂ ਬਹੁਤ ਲੋਕ ਐਸੇ ਨੇ ਜਿਹੜੇ ਤਨ ਕਰਕੇ ਤੰਦਰੁਸਤ ਹੋਣ ਦਾ ਵਿਖਾਵਾ ਕਰਦੇ ਨੇ, ਮਨ ਕਰਕੇ ਕੋੜੀ ਹੋਏ ਪਏ ਨੇ। ਅੱਜ ਸਾਡੇ ਹਾਲਾਤ ਕੁਛ ਇਸ ਤਰ੍ਹਾਂ ਦੇ ਹੋਏ ਨੇ ਕਿ ਸਾਡਾ ਬਾਹਰੋਂ ਵਿਖਾਵਾ ਹੋਰ ਹੈ ਅਤੇ ਅੰਦਰੋਂ ਸਾਡੀ ਜਿਹੜੀ ਹੈ ਆਤਮਿਕ ਤੌਰ 'ਤੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਧਾਰਨੀ ਅਸੀਂ ਨਹੀਂ ਬਣ ਸਕੇ। ਉਹਦੇ ਕੁਛ ਕਾਰਨ ਨੇ। ਉਹ ਕਾਰਨ ਇਹ ਨੇ ਕਿ ਜਿਹੜਾ ਸੰਦੇਸ਼ ਸਾਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤਾ, ਅਸੀਂ ਉਸ ਸੰਦੇਸ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਨਹੀਂ ਰਹੇ, ਅਸੀਂ ਉਸ ਸੰਦੇਸ਼ ਨੂੰ ਪਰਨਾ ਨਹੀਂ ਰਹੇ ਕਿ ਜਿਹੜੀ ਵਿਚਾਰਧਾਰਾ ਸਾਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਸੀ, ਹਰ ਜਗ੍ਹਾ 'ਤੇ ਜਾ ਕੇ ਬਖਸ਼ਿਸ਼ ਕੀਤੀ। ਔਰ ਟ੍ਰੈਜਡੀ ਦੀ, ਤ੍ਰਾਸਦੀ ਦੀ ਗੱਲ ਇਹ ਹੈ ਕਿ ਜਿਹੜੀ ਵਿਚਾਰਧਾਰਾ ਗੁਰੂ ਸਾਹਿਬ ਨੇ ਜਿੱਥੇ ਜਿੱਥੇ ਜਾ ਕੇ ਬਖਸ਼ਿਸ਼ ਕੀਤੀ, ਅੱਜ ਉਹਨਾਂ ਹੀ ਪਖੰਡਾਂ ਦੇ ਵਿੱਚ ਸਿੱਖ ਫਸਿਆ ਪਿਆ, ਅਸੀਂ ਉਹਨਾਂ ਪਖੰਡਾਂ 'ਚ ਫਸੇ ਪਏ ਹਾਂ। ਗੁਰੂ ਸਾਹਿਬ ਨੇ ਆਪਣੀ ਪਾਵਨ ਬਾਣੀ ਦੇ 'ਚ ਇੱਕ ਸ਼ਬਦ ਜਗਨਨਾਥਪੁਰੀ ਉਚਾਰਿਆ। ਉਹ ਸ਼ਬਦ ਹੈ, ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ, ਆਂਠ ਸੇਤੀ ਨਾਕ ਪਕੜੇ ਸੂਝਤੇ ਤਿੰਨ ਲੋ, ਮਗਰ ਪੁੱਛੇ ਦੇਖੇ ਨਾਹੀ ਇਹ ਪਦਮ ਅਲੋ। ਉੱਥੇ ਇੱਕ ਪੁਜ਼ਾਰੀ ਬੈਠਾ, ਅੱਖਾਂ ਬੰਦ ਕਰਕੇ ਬੈਠਾ ਹੈ ਅਤੇ ਆਪਣੇ ਸਾਹਮਣੇ ਇੱਕ ਲੋਟਾ ਰੱਖਿਆ ਹੋਇਆ ਅਤੇ ਲੋਕਾਂ ਨੂੰ ਕੀ ਕਹਿ ਰਿਹਾ ਕਿ ਤੁਸੀਂ ਇਸ ਲੋਟੇ ਦੇ ਵਿੱਚ ਮਾਇਆ ਪਾਓ ਅਤੇ ਮੈਂ ਜਦੋਂ ਨੇਤਰ ਬੰਦ ਕਰਦਾ ਮੈਨੂੰ ਤਿੰਨਾਂ ਲੋਕਾਂ ਦੇ ਦੀਦਾਰ ਹੁੰਦੇ ਨੇ ਅਤੇ ਮੈਂ ਤੁਹਾਨੂੰ ਸਵਰਗ ਦੇ ਵਿੱਚ ਭੇਜਣ ਦਾ ਰਸਤਾ ਦੱਸ ਸਕਦਾ ਕਿਉਂਕਿ ਮੈਂ ਤ੍ਰਿਲੋਕੀ ਨੂੰ ਵੇਖ ਰਿਹਾ ਅੱਖਾਂ ਬੰਦ ਕਰਕੇ। ਅਤੇ ਗੁਰਦੇਵ ਪਾਤਸ਼ਾਹ ਨੇ ਬੜਾ ਪਿਆਰਾ ਕੌਤਕ ਕੀਤਾ, ਉਸਦਾ ਜਿਹੜਾ ਮਾਇਆ ਵਾਲਾ ਲੋਟਾ ਸੀ ਨਾ, ਜਦੋਂ ਉਸਨੇ ਅੱਖਾਂ ਬੰਦ ਕੀਤੀਆਂ ਅਤੇ ਮਰਦਾਨੇ ਨੂੰ ਕਿਹਾ ਕਿ ਇਹਦਾ ਲੋਟਾ ਜਿਹੜਾ ਉਹ ਛੁਪਾ ਦੇ, ਉਹ ਜਿਹੜਾ ਲੋਟਾ ਸੀ ਗੁਰੂ ਸਾਹਿਬ ਨੇ ਉਹਦੇ ਪਿੱਛੇ ਰੱਖ ਦਿੱਤਾ। ਅਤੇ ਜਦੋਂ ਉਸਨੇ ਵਿਖਾਵਾ ਕਰ ਰਿਹਾ ਸੀ ਪਖੰਡ ਦਾ, ਜਦੋਂ ਅੱਖਾਂ ਖੋਲ੍ਹੀਆਂ ਅਤੇ ਸਾਹਮਣੇ ਲੋਟਾ ਨਹੀਂ ਸੀ, ਅਤੇ ਹੁਣ ਤੌਰ ਭੌਰੀ ਪਾਉਂਗੇ ਕਿ ਪੈਸੇ ਇਕੱਠੇ ਕਰਨ ਵਾਸਤੇ ਅਤੇ ਇਹ ਪਖੰਡ ਕਰ ਰਿਹਾ ਸੀ ਅਤੇ ਪੈਸਿਆਂ ਦਾ ਭਰਿਆ ਲੋਟਾ ਹੀ ਗਵਾਚ ਗਿਆ, ਹੁਣ ਤਾਂ ਖੇਡ ਹੀ ਵੱਖਰੀ ਹੋ ਗਈ ਹੈ। ਆਸੇ ਪਾਸੇ ਵੇਖਣਾ ਸ਼ੁਰੂ ਕੀਤਾ ਅਤੇ ਮੇਰੇ ਗੁਰਦੇਵ ਪਾਤਸ਼ਾਹ ਨੇ ਬੜੀ ਪਿਆਰੀ ਗੱਲ ਕਹੀ ਹੈ, ਕਹਿੰਦੇ ਤੂੰ ਆਪਣਾ ਨੱਕ ਫੜ ਰਿਹਾ ਸੀ, ਅੱਖਾਂ ਬੰਦ ਕਰ ਰਿਹਾ ਸੀ, ਕੰਨਾਂ 'ਤੇ ਉਂਗਲਾਂ ਰੱਖ ਰਿਹਾ ਸੀ, ਪਦਮ ਆਸਣ ਦੇ ਵਿੱਚ ਬੈਠਾ ਸੀ ਅਤੇ ਤੂੰ ਲੋਕਾਂ ਨੂੰ ਕਹਿ ਰਿਹਾ ਸੀ ਕਿ ਮੈਨੂੰ ਤਿੰਨਾਂ ਲੋਕਾਂ ਦੇ ਦਰਸ਼ਨ ਹੋ ਰਹੇ ਨੇ, ਅਤੇ ਹੁਣ ਤੈਨੂੰ ਆਪਣਾ ਲੋਟਾ ਕਿਉਂ ਨਹੀਂ ਨਜ਼ਰ ਆ ਰਿਹਾ ਜਿਹੜਾ ਤੇਰੇ ਪਿੱਛੇ ਪਿਆ? ਲੋਕਾਂ ਦੇ ਸਾਹਮਣੇ ਤਾਂ ਤੂੰ ਇਹ ਪਖੰਡ ਕਰ ਰਿਹਾ ਸੀ ਕਿ ਤ੍ਰਿਲੋਕੀ ਦੇ ਦਰਸ਼ਨ ਹੋ ਰਹੇ ਨੇ, ਲੋਕਾਂ ਨੂੰ ਤੂੰ ਸਵਰਗ 'ਚ ਭੇਜ ਰਿਹਾ ਸੀ, ਆਪਣਾ ਲੋਟਾ ਨਹੀਂ ਲੱਭ ਸਕਿਆ। ਅਤੇ ਅੱਜ ਵੀ ਇਹ ਕੁਛ ਹੋ ਰਿਹਾ ਬਹੁਤ ਡੇਰਿਆਂ ਦੇ ਵਿੱਚ। ਜੀ ਅਸੀਂ ਮੰਤਰ ਦਿੰਦੇ ਹਾਂ ਕੰਨ ਦੇ ਵਿੱਚ ਗੁਰਮੰਤਰ, ਕਿਸੇ ਨੂੰ ਦੱਸਣਾ ਨਹੀਂ, ਅਤੇ ਮੈਂ ਵੇਖਿਆ ਲੋਕ ਸਵੇਰੇ ਸਵੇਰੇ ਅੱਖਾਂ 'ਤੇ ਹੱਥ ਰੱਖ ਕੇ ਕੰਨ ਬੰਦ ਕਰਕੇ ਉਹ ਪੰਜਾਂ ਮੰਤਰਾਂ ਦਾ ਜਾਪ ਕਰ ਰਹੇ ਹੁੰਦੇ ਨੇ, ਜੋਤ ਨਿਰੰਜਨ ਓਅੰਕਾਰ ਰਾਰੰਕਾਰ ਸੋਹਣ ਸਤਨਾਮ ਜਿਹੜਾ ਰਾਧਾ ਸਵਾਮੀਆਂ ਵੱਲੋਂ ਦਿੱਤਾ ਜਾਂਦਾ। ਅਤੇ ਮੈਂ ਕਹਿੰਦਾ ਹੁੰਦਾ ਵੀ ਪਤਾ ਨਹੀਂ ਤੁਹਾਡੇ ਦਸਵਾਂ ਦੁਆਰ 'ਤੇ ਖੁੱਲ੍ਹਣਾ ਜਾਂ ਨਹੀਂ ਖੁੱਲ੍ਹਣਾ, ਪਰ ਜਿੰਨੇ ਪਖੰਡ ਕਰ ਰਹੇ ਹੋ ਜਿਹੜੇ ਨੌ ਖੁੱਲ੍ਹੇ ਲੱਗਦਾ ਇਹ ਵੀ ਬੰਦ ਹੋ ਜਾਣੇ। ਇਹ ਹਾਲਾਤ ਸਾਡੇ ਹੋਏ ਪਏ ਨੇ, ਬੜੀ ਅਜੀਬ ਗੱਲ ਹੈ।
ਕਿ ਜਿਹੜੀ ਗੁਰਦੇਵ ਪਾਤਸ਼ਾਹ ਨੇ ਸਾਨੂੰ ਇੱਕ ਓਂਕਾਰ ਦੀ ਵਿਚਾਰਧਾਰਾ ਬਖਸ਼ਿਸ਼ ਕੀਤੀ, ਜਿਸ ਸੋਚ ਦੇ ਨਾਲ ਸਾਨੂੰ ਜੋੜਿਆ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਸ ਸੋਚ ਨੂੰ ਅਪਣਾਉਣਾ ਹੀ ਨਹੀਂ ਚਾਹੁੰਦੇ। ਔਰ ਗੁਰਦੇਵ ਪਾਤਸ਼ਾਹ ਨੇ ਤਾਂ ਜਿੰਨੀਆਂ ਵੀ ਅੱਜ ਸਮਾਜ ਦੀਆਂ, ਜਿਸ ਤਰ੍ਹਾਂ ਦੀਆਂ ਵੀ ਅੱਜ ਸਮਾਜ ਦੀਆਂ ਬੁਰਾਈਆਂ ਨੇ, ਉਹਨਾਂ ਸਮਿਆਂ ਦੇ ਵਿੱਚ ਦੂਰ ਕੀਤੀਆਂ, ਉਹਨਾਂ ਸਮਿਆਂ ਦੇ ਵਿੱਚ ਸਾਡੇ ਵਿੱਚੋਂ ਉਹਨਾਂ ਬੁਰਾਈਆਂ ਨੂੰ ਦੂਰ ਕੀਤਾ, ਅਤੇ ਅਸੀਂ ਅੱਜ ਵੀ ਉਹਨਾਂ ਬੁਰਾਈਆਂ ਦੇ ਧਾਰਨੀ ਹੋਏ ਬੈਠੇ ਹਾਂ। ਕਿਉਂ? ਕਿਉਂਕਿ ਅਸੀਂ ਸ਼ਬਦ ਦੇ ਨਾਲ ਨਹੀਂ ਜੁੜਨਾ ਚਾਹੁੰਦੇ। ਜਿਸ ਦਿਨ ਸਾਨੂੰ ਸ਼ਬਦ ਦੇ ਨਾਲ ਜੁੜਨ ਦੀ ਸੋਝੀ ਆ ਗਈ ਨਾ, ਉਸ ਦਿਨ ਜਿਹੜੀ ਗੱਲ ਫਿਰ ਨੰਦ ਲਾਲ ਜੀ ਨੇ ਕਹੀ ਹੈ ਨਾ, ਕਹਿੰਦੇ ਫਿਰ ਗੁਰੂ ਨਾਨਕ ਦੇ ਨਾਮ ਦੇ ਵਿੱਚੋਂ ਤੁਹਾਨੂੰ ਬਹੁਤ ਕੁਝ ਨਜ਼ਰ ਆਵੇਗਾ। ਫਾਰਸੀ ਦੇ ਵਿੱਚ ਨਾਨਕ ਸ਼ਬਦ ਲਿਖਣਾ ਹੋਵੇ ਨਾ, ਤਾਂ ਲਿਖਿਆ ਜਾਂਦਾ ਨੂਨ ਅਲਫ ਨੂਨ ਔਰ ਕਾਫ, ਅਤੇ ਨੰਦ ਲਾਲ ਕਹਿੰਦੇ ਨੇ ਦੋਏ ਨੂਨ ਪਾਕਿਸ਼ ਨਈ ਵਾ ਨਸੀਰ, ਅਲਫ ਮਾਨੇ ਆਹਦ ਕਾਫ ਆਖਰਿਨ ਕਬੀਰ। ਐ ਨਾਨਕ, ਤੇਰੇ ਨਾਮ ਦੇ ਵਿੱਚ ਹੀ ਸੰਸਾਰ ਦੀ ਇੰਨੀ ਵੱਡੀ ਵਿਚਾਰਧਾਰਾ ਪਈ ਹੈ ਨਾ, ਕਿ ਤੇਰੇ ਨਾਮ ਦੇ ਜਿਹੜੇ ਦੋ ਨੰਨੇ ਨੇ ਨਾ, ਉਹ ਨਈ ਵਾ ਨਸੀਰ ਨੇ, ਉਹ ਵਿਲੱਖਣ ਨੇ ਅਤੇ ਸਾਥ ਦੇਣ ਵਾਲੇ ਨੇ, ਅਤੇ ਤੇਰਾ ਜਿਹੜਾ ਅਲਫ ਹੈ ਨਾ, ਉਸ ਦਾ ਮਤਲਬ ਹੈ ਕਿ ਤੂੰ ਅਹਿਦ ਕਰਦਾ ਹੈ ਕਿ ਜਿਹਦੇ ਜਿਹੜਾ ਤੇਰੇ ਲੜਨ ਲੱਗ ਜਾਵੇ ਤੂੰ ਉਹਦਾ ਹੱਥ ਨਹੀਂ ਛੱਡਦਾ, ਪਰ ਹੱਥ ਤੂੰ ਉਹਦਾ ਨਹੀਂ ਛੱਡਦਾ ਜਿਹੜੇ ਤੈਨੂੰ ਕਬੀਰ ਉੱਚਾ ਤਸਲੀਮ ਕਰਦੇ ਨੇ। ਦੋਏ ਨੂਨ ਪਾਕਿਸ਼ ਨਈ ਵਾ ਨਸੀਰ, ਅਲਫ ਮਾਨੇ ਆਹਦ ਕਾਫ ਆਖਰੀਨ ਕਬੀਰ, ਕਿ ਗੁਰੂ ਨਾਨਕ ਤੋਂ ਉੱਚਾ ਕੋਈ ਨਹੀਂ। ਇਸੇ ਕਰਕੇ ਭਾਈ ਨੰਦ ਲਾਲ ਜੀ ਨੇ ਕਿਹਾ, ਕਹਿੰਦੇ ਦਿਗਰ ਦਰਵੇਸ਼, ਦੁਨੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਵਰਗਾ ਕੋਈ ਦੂਸਰਾ ਨਜ਼ਰ ਹੀ ਨਹੀਂ ਆਉਂਦਾ, ਅਤੇ ਉਹਨਾਂ ਨੇ ਤਾਂ ਜੋਤ ਔਰ ਜੁਗਤ ਦੀ ਵਿਚਾਰਧਾਰਾ ਨੂੰ ਇੱਥੋਂ ਤੱਕ ਕਹਿ ਦਿੱਤਾ ਹੈ। ਕਹਿੰਦੇ ਹਮੂੰ ਰਤਨ ਜੌਹਰ ਮਾਣਕ ਅਸਤ, ਹਮੂੰ ਗੁਰੂ ਗੋਬਿੰਦ ਨਾਨਕ ਅਸਤ। ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਨੂੰ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ, ਅਤੇ ਜਿਹੜਾ ਇਹ ਕਹਿੰਦਾ ਨਾ ਕਿ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਵੱਖ ਨੇ, ਉਹ ਸਿੱਖ ਨਹੀਂ ਹੋ ਸਕਦਾ। ਭਾਈ ਨੰਦ ਲਾਲ ਕਹਿੰਦੇ ਨੇ ਹਮੂੰ ਰਤਨ ਜੌਹਰ ਮਾਣਕ ਅਸਤ, ਹਮੂੰ ਗੁਰੂ ਗੋਬਿੰਦ ਨਾਨਕ ਅਸਤ, ਕਿ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਦੇ ਵਿੱਚ ਕਿਤੇ ਅੰਤਰ ਨਹੀਂ ਹੈ, ਕਿਤੇ ਕੋਈ ਫਰਕ ਨਹੀਂ ਹੈ। ਜਿਸ ਗੱਲ ਦੀ, ਅੰਮ੍ਰਿਤ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ, ਭਾਂਡਾ ਭਾਓ ਅੰਮ੍ਰਿਤ ਤਿਤ ਟਾਲ, ਗੁਰੂ ਦੇਵ ਪਾਤਸ਼ਾਹ ਦੀ ਝੋਲੀ 'ਚ ਪਾ ਦਿੱਤਾ। ਜਿਸ ਪ੍ਰੀਖਿਆ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ, ਜੋ ਤੋਂ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲੀ, ਗੁਰੂ ਸਾਹਿਬ ਨੇ ਪੰਜ ਪਿਆਰਿਆਂ ਦੇ ਰੂਪ 'ਚ ਪ੍ਰਗਟ ਕਰ ਦਿੱਤਾ। ਉਹਨਾਂ ਨੂੰ ਜਿਹੜੀ ਪ੍ਰਵਾਨਗੀ ਦੇ ਹੱਕ ਦੇਣੇ ਸੀ, ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਕਹੀ, ਪੰਚ ਪ੍ਰਵਾਨ ਪੰਚ ਪ੍ਰਧਾਨ, ਉਹ ਹੱਕ ਜਿਹੜੇ ਸੀ ਗੁਰੂ ਸਾਹਿਬ ਨੇ ਪੰਚ ਪ੍ਰਧਾਨੀ ਸਿਸਟਮ ਦੇ ਵਿੱਚ ਸਾਨੂੰ ਦੇ ਦਿੱਤੇ। ਗੁਰੂ ਨਾਨਕ ਸਾਹਿਬ ਨੇ ਜਿਸ ਵਿਚਾਰਧਾਰਾ ਦਾ ਤਸੱਵਰ ਕੀਤਾ ਸੀ, ਗੁਰੂ ਸਾਹਿਬ ਨੇ ਮੁਸੱਵਰ ਬਣ ਕੇ ਉਸ ਵਿਚਾਰਧਾਰਾ ਦਾ ਚਿੱਤਰਨ ਕਰਕੇ ਸਾਡੇ ਸਾਹਮਣੇ ਰੱਖ ਦਿੱਤਾ। ਇਹ ਗੁਰੂ ਨਾਨਕ ਸਾਹਿਬ ਦੇ ਦਰ ਦੀ ਵਡਿਆਈ ਸੀ ਕਿ ਗੁਰੂ ਸਾਹਿਬ ਨੇ ਉਸ ਵਿਚਾਰਧਾਰਾ ਨੂੰ ਸਾਡੇ ਸਾਹਮਣੇ ਰੱਖ ਦਿੱਤਾ ਅਤੇ ਸਿੱਖ ਨੂੰ ਬਣਾ ਦਿੱਤਾ ਇੱਕ ਕਾਮਲ ਅਖਲਾਕ ਦਾ ਮੁਜੱਸਮਾ, ਜਿਸ ਵਰਗਾ ਹੋਰ ਕੋਈ ਵੀ ਨਹੀਂ ਸੀ। ਜਿਸ ਗੱਲ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ 'ਚ ਕਿਹਾ, ਸੱਚੋ ਉਰੇ ਸਭ ਕੋ ਉਪਰ ਸੱਚ ਆਚਾਰ। ਔਰ ਇਹ ਗੱਲ ਕੇਵਲ ਅਤੇ ਕੇਵਲ ਗੁਰੂ ਨਾਨਕ ਸਾਹਿਬ ਤੱਕ ਸੀਮਿਤ ਨਹੀਂ ਰਹੀ। ਗੁਰੂ ਨਾਨਕ ਸਾਹਿਬ ਜਿਸ ਵੇਲੇ ਸੁਲਤਾਨਪੁਰ ਲੋਧੀ ਨੇ, ਅਤੇ ਉਸ ਵੇਲੇ ਮਲਸੀਆਂ ਪਿੰਡ ਦਾ ਚੌਧਰੀ ਭਗੀਰਥ ਗੁਰੂ ਨਾਨਕ ਸਾਹਿਬ ਦਾ ਸਿੱਖ ਬਣਿਆ, ਪਹਿਲਾਂ ਦੇਵੀ ਦਾ ਉਪਾਸ਼ਕ ਸੀ, ਗੁਰੂ ਨਾਨਕ ਸਾਹਿਬ ਦੇ ਦੀਦਾਰ ਕੀਤੇ ਅਤੇ ਗੁਰੂ ਸਾਹਿਬ ਦਾ ਸਿੱਖ ਬਣ ਗਿਆ। ਵਪਾਰ ਕਰਦਾ ਸੀ, ਵਪਾਰ ਕਰਨ ਦੇ ਵਾਸਤੇ ਲਾਹੌਰ ਜਾਂਦਾ ਸੀ। ਜਦੋਂ ਲਾਹੌਰ ਗਿਆ ਅਤੇ ਉੱਥੋਂ ਦੇ ਜਿਹੜੇ ਵਪਾਰੀ ਮਨਸੁੱਖ ਨੇ, ਜਦੋਂ ਉਹਨਾਂ ਦੇ ਕੋਲ ਵਪਾਰ ਦੇ ਵਾਸਤੇ ਰਸਤ ਲੈਣ ਗਿਆ ਅਤੇ ਮਨਸੁੱਖ ਕਹਿੰਦਾ, ਭਗੀਰਥ ਤੂੰ ਪਹਿਲਾਂ ਵੀ ਆਉਂਦਾ ਸੀ ਪਰ ਹੁਣ ਤੇਰੀ ਜ਼ਿੰਦਗੀ ਦੇ ਵਿੱਚ ਕੁਛ ਬਦਲਾਅ ਨਜ਼ਰ ਆ ਰਿਹਾ, ਹੁਣ ਤੇਰੇ ਤੌਰ ਤਰੀਕੇ, ਤੇਰਾ ਰਹਿਣ ਸਹਿਣ ਦਾ, ਤੇਰਾ ਗੱਲ ਕਰਨ ਦਾ ਢੰਗ ਬਿਲਕੁਲ ਬਦਲ ਚੁੱਕਾ ਹੈ। ਕਹਿੰਦਾ, ਹਾਂ ਹੁਣ ਮੈਨੂੰ ਪੂਰਨ ਮੁਰਸ਼ਿਦ ਗੁਰੂ ਨਾਨਕ ਮਿਲ ਚੁੱਕਾ ਹੈ। ਅਤੇ ਮਨਸੁੱਖ ਨੇ ਅਜੇ ਗੁਰੂ ਨਾਨਕ ਸਾਹਿਬ ਨੂੰ ਵੇਖਿਆ ਹੀ ਨਹੀਂ, ਗੁਰੂ ਨਾਨਕ ਸਾਹਿਬ ਦੇ ਸਿੱਖ ਨੂੰ ਵੇਖ ਕੇ ਮਨਸੁੱਖ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਗਿਆ। ਇਸ ਦਾ ਮਤਲਬ ਕਿ ਇੱਕ ਜਗਦਾ ਹੋਇਆ ਦੀਵਾ ਹੀ ਦੂਜੇ ਨੂੰ ਜਗਾ ਸਕਦਾ ਹੈ। ਅੱਜ ਅਸੀਂ ਬੜੇ ਕੀਰਤਨ ਦਰਬਾਰ, ਸੈਮੀਨਾਰ, ਨਗਰ ਕੀਰਤਨ ਕਿੰਨਾ ਕੁਝ ਕਰ ਰਹੇ ਹਾਂ, ਅਸਰ ਨਹੀਂ ਹੋ ਰਿਹਾ, ਬੁਝੇ ਹੋਏ ਦੀਵੇ ਅਸੀਂ। ਪਰ ਗੁਰੂ ਸਾਹਿਬ ਦੀ ਜਦੋਂ ਸਿੱਖੀ ਦਾ ਫੈਲਾਅ ਹੁੰਦਾ ਹੈ ਤਾਂ ਸਿੱਖੀ ਜਗੇ ਹੋਏ ਦੀਵੇ 'ਚੋਂ ਦੀਵੇ ਨੂੰ ਜਗਾਉਂਦੀ ਹੈ। ਭਗੀਰਥ ਤੋਂ ਮਨਸੁੱਖ ਸਿੱਖ ਬਣਿਆ ਅਤੇ ਮਨਸੁੱਖ ਵਪਾਰ ਕਰਨ ਦੇ ਵਾਸਤੇ ਗਿਆ ਸੰਗਲਾ ਦੀਪ, ਸ਼੍ਰੀਲੰਕਾ। ਇਤਿਹਾਸ ਦੇ ਵਿੱਚ 8 ਨਾਂ ਆਉਂਦੇ ਨੇ ਸ਼੍ਰੀਲੰਕਾ ਦੇ, ਸਿਲੋਨ ਵੀ ਉਸਨੂੰ ਕਿਹਾ ਜਾਂਦਾ, ਸਿੰਗਲਾ ਦੀਪ ਵੀ ਉਸਨੂੰ ਕਿਹਾ ਜਾਂਦਾ, ਸੰਗਲਾ ਦੀਪ ਵੀ ਕਿਹਾ ਜਾਂਦਾ, ਸਿੰਗਲਾ ਦੀਪ ਵੀ ਕਿਹਾ ਜਾਂਦਾ, ਸ਼੍ਰੀਲੰਕਾ ਵੀ ਕਿਹਾ ਜਾਂਦਾ। ਇਹ ਸਾਰੇ ਉਸ ਸਥਾਨ ਦੇ ਨਾਮ ਨੇ। ਉੱਥੋਂ ਦਾ ਰਾਜਾ ਹੈ ਸ਼ਿਵਨਾਭ ਅਤੇ ਉਸਦਾ ਮੰਤਰੀ ਹੈ ਪਰਸਰਾਮ।
ਜਿਸ ਵੇਲੇ ਭਾਈ ਮਨਸੁਖ ਉੱਥੇ ਗਿਆ ਅਤੇ ਜਿਹੜਾ ਰਾਜਾ ਸ਼ਿਵਨਾਭ ਸੀ ਉਸ ਨੇ ਐਲਾਨ ਕੀਤਾ ਸੀ ਕਿ ਇਕਾਦਸ਼ੀ ਦੇ ਵਰਤ ਵਾਲੇ ਦਿਨ ਕੋਈ ਵੀ ਆਪਣੇ ਘਰ ਦੇ ਵਿੱਚ ਅੱਗ ਨਹੀਂ ਬਾਲ ਸਕਦਾ, ਕਿਸੇ ਦੇ ਘਰ ਦੇ ਵਿੱਚ ਅੰਨ ਨਹੀਂ ਪੱਕੇਗਾ। ਇਹ ਰਾਜੇ ਦਾ ਹੁਕਮ ਹੈ ਅਤੇ ਰਾਜੇ ਦੇ ਹੁਕਮ ਦੀ ਹੁਕਮ ਅਦੂਲੀ ਕੋਈ ਕਰ ਨਹੀਂ ਸਕਦਾ। ਅਤੇ ਉੱਥੇ ਹੁਣ ਗਿਆ ਮਨਸੁਖ, ਉਹੀ ਮਨਸੁਖ ਜਿਹੜਾ ਪਹਿਲਾਂ ਵੀ ਸ਼੍ਰੀਲੰਕਾ ਜਾਂਦਾ ਸੀ ਅਤੇ ਰਾਜੇ ਦੇ ਹੁਕਮ ਨੂੰ ਮੰਨਦਾ ਸੀ, ਉਹ ਵੀ ਰੋਟੀ ਨਹੀਂ ਸੀ ਖਾਂਦਾ, ਵਰਤ ਰੱਖਦਾ ਸੀ, ਪਰ ਹੁਣ ਉਹ ਗੁਰੂ ਨਾਨਕ ਦਾ ਸਿੱਖ ਬਣ ਕੇ ਗਿਆ। ਸਾਰੇ ਸ਼ਹਿਰ ਦੇ ਵਿੱਚ ਰਾਜੇ ਦਾ ਹੁਕਮ ਹੈ ਕਿ ਕਿਸੇ ਨੇ ਘਰ ਦੇ ਵਿੱਚ ਅੱਗ ਨਹੀਂ ਬਾਲਣੀ, ਰੋਟੀ ਨਹੀਂ ਪਕਾਉਣੀ, ਅਤੇ ਗੁਰੂ ਨਾਨਕ ਦਾ ਸਿੱਖ ਲੰਗਰ ਲਗਾ ਕੇ ਬੈਠ ਗਿਆ, ਉਹ ਭੁੱਖਿਆਂ ਨੂੰ ਲੰਗਰ ਛਕਾ ਰਿਹਾ। ਇਹ ਗੱਲ ਰਾਜੇ ਤੱਕ ਪਹੁੰਚੀ ਅਤੇ ਰਾਜੇ ਨੇ ਆਪਣੇ ਵਜ਼ੀਰ ਨੂੰ ਕਿਹਾ ਕਿ ਇਸ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਜਾਵੇ। ਉਸ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਅਤੇ ਰਾਜਾ ਬੜਾ ਹੈਰਾਨ ਜਦੋਂ ਵੇਖਣ ਵਾਸਤੇ ਆਇਆ ਨਾ, ਅਤੇ ਜਿਸ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੈ ਅਤੇ ਜਿਸ ਨੂੰ ਰਾਜੇ ਦੇ ਕਾਨੂੰਨ ਦੇ ਮੁਤਾਬਕ ਰਾਜੇ ਦੇ ਹੁਕਮ ਦੀ ਉਲੰਘਣਾ ਕਰਨ ਕਰਕੇ ਮੌਤ ਦੀ ਸਜ਼ਾ ਵੀ ਮਿਲ ਸਕਦੀ, ਉਹ ਪ੍ਰਸੰਨ ਬੜਾ, ਖੁਸ਼ ਬੜਾ। ਰਾਜਾ ਵੇਖ ਕੇ ਹੈਰਾਨ ਹੋ ਗਿਆ। ਰਾਜਾ ਕਹਿੰਦਾ ਕਿ ਤੈਨੂੰ ਪਤਾ ਹੈ ਕਿ ਤੂੰ ਇਸ ਹਕੂਮਤ ਦੇ ਹੁਕਮ ਦੀ ਉਲੰਘਣਾ ਕੀਤੀ ਹੈ? ਕਹਿੰਦਾ ਹਾਂ। ਕਹਿੰਦਾ ਤੈਨੂੰ ਪਤਾ ਹੈ ਕਿ ਇਸ ਦੀ ਸਜ਼ਾ ਮੌਤ ਵੀ ਹੋ ਸਕਦੀ ਹੈ? ਕਹਿੰਦਾ ਇਹਦੇ ਤੋਂ ਵੱਡੀ ਖੁਸ਼ੀ ਮੇਰੇ ਲਈ ਕੀ ਹੋ ਸਕਦੀ ਹੈ ਕਿ ਗੁਰੂ ਨਾਨਕ ਦੇ ਹੁਕਮ ਨੂੰ ਮੰਨਦਿਆਂ ਮੈਨੂੰ ਮੌਤ ਮਿਲ ਜਾਵੇ? ਇਹਦੇ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ? ਜਦੋਂ ਸ਼ਿਵਨਾਭ ਨੇ ਇਹ ਗੱਲ ਸੁਣੀ ਨਾ ਕਿ ਕੋਈ ਐਸਾ ਰਹਿਬਰ ਵੀ ਹੋ ਸਕਦਾ ਹੈ ਜਿਹਦੇ ਸਿੱਖ ਇਸ ਅਵਸਥਾ 'ਚ ਹੋ ਸਕਦੇ ਨੇ ਕਿ ਉਸ ਰਹਿਬਰ ਦੇ ਹੁਕਮ ਨੂੰ ਮੰਨਣ ਦੇ ਵਾਸਤੇ ਜੇਕਰ ਆਪਣੀ ਜਾਨ ਵੀ ਦੇਣੀ ਪੈਂਦੀ ਹੈ ਤਾਂ ਵੀ ਪ੍ਰਸੰਨਤਾ ਹੈ। ਸ਼ਿਵਨਾਭ ਵੀ ਗੁਰੂ ਨਾਨਕ ਦਾ ਸਿੱਖ ਬਣ ਗਿਆ, ਗੁਰੂ ਨਾਨਕ ਸਾਹਿਬ ਨੂੰ ਵੇਖਿਆ ਹੀ ਨਹੀਂ ਅਜੇ, ਉਹ ਵੀ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਗਿਆ। ਉਡੀਕਦਾ ਹੈ ਕਦੋਂ ਗੁਰੂ ਨਾਨਕ ਸਾਹਿਬ ਆਉਣ ਅਤੇ ਕਦੋਂ ਮੈਂ ਦੀਦਾਰ ਕਰਾਂ। ਅਤੇ ਜਦੋਂ ਆਲੇ ਦੁਆਲੇ ਦੇ ਪਖੰਡੀ ਲੋਕਾਂ ਨੂੰ ਪਤਾ ਲੱਗਾ ਨਾ ਕਿ ਸ਼ਿਵਨਾਭ ਕਿਸੇ ਗੁਰੂ ਨਾਨਕ ਨਾਮ ਦੇ ਗੁਰੂ ਦਾ ਸਿੱਖ ਬਣ ਚੁੱਕਾ ਹੈ, ਅਤੇ ਕਈ ਉਹਦੇ ਦਰਬਾਰ ਦੇ ਵਿੱਚ ਆਏ, ਆ ਕੇ ਕਹਿੰਦੇ ਸੀ ਮੈਂ ਨਾਨਕ ਹਾਂ, ਉਸ ਨੂੰ ਠੱਗ ਕੇ ਲੈ ਜਾਂਦੇ ਰਹੇ। ਉਹਦੇ ਮਨ 'ਚ ਸ਼ਰਧਾ ਸੀ, ਪਿਆਰ ਸੀ, ਪ੍ਰੇਮ ਦੀ ਭਾਵਨਾ ਸੀ, ਉਹਨੂੰ ਠੱਗ ਕੇ ਲੈ ਜਾਂਦੇ ਰਹੇ, ਪਰ ਗੁਰੂ ਨਾਨਕ ਸਾਹਿਬ ਤਾਂ ਅਜੇ ਆਏ ਹੀ ਨਹੀਂ। ਉਸਨੇ ਆਪਣੇ ਵਜ਼ੀਰ ਨੂੰ ਕਿਹਾ ਕੀ ਕੀਤਾ ਜਾਵੇ, ਕਿੰਨੇ ਠੱਗ ਆਏ ਅਤੇ ਮੇਰੇ ਰਹਿਬਰ ਦੇ ਨਾਮ ਦੇ ਉੱਪਰ ਮੈਨੂੰ ਠੱਗ ਕੇ ਚਲੇ ਗਏ। ਅਤੇ ਉਸਨੇ ਕਿਹਾ ਕਿ ਜਿਹੜਾ ਵੀ ਆਵੇ ਉਸਦੀ ਪ੍ਰੀਖਿਆ ਲਈ ਜਾਵੇ। ਪ੍ਰੀਖਿਆ ਮਨੁੱਖ ਮਾਇਆ ਦੇ ਦੋ ਰੂਪਾਂ ਤੋਂ ਪ੍ਰਭਾਵਿਤ ਹੁੰਦਾ, ਇੱਕ ਮਾਇਆ ਦਾ ਜੜ ਰੂਪ ਹੈ, ਇੱਕ ਚੇਤਨ ਰੂਪ ਹੈ। ਇੱਕ ਸੁੰਦਰਤਾ ਹੈ, ਇੱਕ ਕੀਮਤੀ ਔਸਾਫ ਨੇ, ਗਹਿਣੇ ਨੇ, ਜੁਐਲਰੀ ਹੈ, ਹੀਰੇ ਮੋਤੀ ਜੋ ਵੀ ਜਵਾਹਰ ਨੇ, ਬੰਦੇ ਨੂੰ ਸੁਰਤ ਨੂੰ ਇਹ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ। ਹੁਣ ਜਦੋਂ ਵੀ ਰਾਜੇ ਦੇ ਦਰਬਾਰ ਦੇ ਵਿੱਚ ਕੋਈ ਮਹਾਤਮਾ ਆਉਂਦਾ ਹੈ ਅਤੇ ਆ ਕੇ ਕਹਿੰਦਾ ਹੈ ਕਿ ਮੈਂ ਗੁਰੂ ਨਾਨਕ ਹਾਂ, ਅਤੇ ਰਾਜਾ ਆਪਣੇ ਹਰਮ ਦੇ ਵਿੱਚੋਂ ਬੜੀਆਂ ਸੁੰਦਰ ਔਰਤਾਂ ਨੂੰ ਕੁਝ ਥਾਲੀਆਂ ਦੇ ਵਿੱਚ, ਤਸ਼ਤਰੀਆਂ ਦੇ ਵਿੱਚ ਹੀਰੇ ਜਵਾਹਰਾਤ ਦੇ ਕੇ ਭੇਜਦਾ ਹੈ। ਕੁਝ ਤਾਂ ਔਰਤਾਂ ਦੀ ਸੁੰਦਰਤਾ ਦੇ ਉੱਪਰ ਮੋਹਿਤ ਹੋ ਜਾਂਦੇ ਨੇ ਅਤੇ ਕੁਝ ਹੀਰੇ ਲੈ ਕੇ ਚਲੇ ਜਾਂਦੇ ਨੇ। ਹੁਣ ਪਤਾ ਲੱਗ ਰਿਹਾ ਕਿ ਸੱਚਮੁੱਚ ਜਿਹੜੇ ਆ ਰਹੇ ਨੇ ਉਹ ਲਾਲਚ ਕਰਕੇ ਆ ਰਹੇ ਨੇ, ਅਜੇ ਤੱਕ ਗੁਰੂ ਨਾਨਕ ਸਾਹਿਬ ਨਹੀਂ ਆਏ। ਅਤੇ ਜਿਸ ਦਿਨ ਸੱਚਮੁੱਚ ਗੁਰੂ ਨਾਨਕ ਸਾਹਿਬ ਉਸ ਬਾਗ ਦੇ ਵਿੱਚ ਆ ਕੇ ਬੈਠੇ ਅਤੇ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ, ਮਰਦਾਨਿਆਂ ਰਬਾਬ ਨੂੰ ਛੇੜ, ਜਰਾ ਖੁਦਾ ਦੀ ਸਿਫਤ ਦੇ ਦੀਦਾਰ ਕਰੀਏ। ਮਰਦਾਨੇ ਨੇ ਰਬਾਬ ਛੇੜੀ, ਗੁਰੂ ਨਾਨਕ ਸਾਹਿਬ ਨੇ ਉਸ ਧੁਰਕੀ ਬਾਣੀ ਨੂੰ ਗਾਉਣਾ ਸ਼ੁਰੂ ਕੀਤਾ ਅਤੇ ਸਾਰੀ ਕਾਇਨਾਤ ਦੇ ਵਿੱਚ ਵੱਖਰਾ ਆਨੰਦ ਹੈ। ਰਾਜੇ ਦਾ ਵਜ਼ੀਰ ਰਾਜੇ ਦੇ ਦਰਬਾਰ ਦੇ ਵਿੱਚ ਗਿਆ, ਕਹਿੰਦਾ ਰਾਜਨ ਅੱਜ ਬਾਗ ਦੇ ਵਿੱਚ ਇੱਕ ਮਹਾਤਮਾ ਆ ਕੇ ਬੈਠਾ ਹੈ, ਐਸੀ ਵਿਸਮਾਦੀ ਬਾਣੀ ਪੜ੍ਹੀ ਜਾ ਰਹੀ ਹੈ ਕਿ ਕਾਇਨਾਤ ਦੇ ਵਿੱਚ ਐਸਾ ਆਨੰਦ ਹੈ ਕਿ ਇੰਝ ਲੱਗਦਾ ਕਿ ਪਸ਼ੂ ਪੰਛੀ ਵੀ ਅਹਿੱਲ ਹੋ ਗਏ ਨੇ। ਪਸ਼ੂ ਪੰਛੀ ਜਿਹੜੇ ਨੇ ਨਾ ਉਹ ਵੀ ਇੰਝ ਲੱਗਦਾ ਕਿ ਉਸ ਸ਼ਬਦ ਨੂੰ ਸੁਣ ਰਹੇ ਨੇ। ਰਾਜਾ ਕਹਿੰਦਾ ਮੈਂ ਨਹੀਂ ਮੰਨਦਾ, ਕਈ ਆਏ ਅਤੇ ਕਈ ਠੱਗ ਕੇ ਚਲੇ ਗਏ, ਮੈਂ ਇਸ ਦੀ ਪ੍ਰੀਖਿਆ ਵੀ ਲੈਣੀ ਹੈ, ਮੈਂ ਨਹੀਂ ਮੰਨਦਾ। ਰਾਜੇ ਨੇ ਫਿਰ ਆਪਣੇ ਹਰਮ ਦੇ ਵਿੱਚੋਂ ਕੁਛ ਔਰਤਾਂ ਨੂੰ ਤਿਆਰ ਕੀਤਾ, ਬੜੇ ਕੀਮਤੀ ਗਹਿਣੇ ਦੇ ਕੇ ਉਸ ਬਾਗ ਦੇ ਵਿੱਚ ਭੇਜਿਆ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਨੇ। ਅਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਰਾਜੇ ਦੇ ਦਰਬਾਰ ਦੇ ਵਿੱਚੋਂ ਆਈਆਂ ਉਹਨਾਂ ਸੁੰਦਰਤੀਆਂ ਔਰ ਕੀਮਤੀ ਉਹਨਾਂ ਬਸਤਰਾਂ ਨੂੰ ਤੱਕਿਆ ਅਤੇ ਗੁਰੂ ਪਾਤਸ਼ਾਹ ਨੇ ਆਪਣੇ ਮੁਖਾਰਬਿੰਦ ਦੇ ਵਿੱਚੋਂ ਇੱਕ ਸ਼ਬਦ ਕਿਹਾ ਜਿਹੜਾ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਵਿੱਚ ਦਰਜ ਹੈ, ਗਾਸ਼ੋ ਪੁੱਤਰੀ ਰਾਜਕੁਮਾਰ ਨਾਮ ਭਣੋ ਸੱਚ ਦੋਤ ਸਵਾਰ। ਆਓ ਰਾਜਕੁਮਾਰ ਪੁੱਤਰੀਓ, ਜਿੰਨੀ ਕੀਮਤੀ ਗਹਿਣਿਆਂ ਦਾ ਸ਼ਿੰਗਾਰ ਆਪਣੇ ਮਨ 'ਤੇ ਕਰਕੇ ਆਈਆਂ ਹੋ, ਜੇਕਰ ਖੁਦਾ ਦੇ ਨਾਮ ਦਾ ਸ਼ਿੰਗਾਰ ਆਪਣੇ ਮਨ 'ਤੇ ਕੀਤਾ ਹੁੰਦਾ ਸੱਚਮੁੱਚ ਖੁਦਾ ਨੂੰ ਪਾ ਲੈਣਾ ਸੀ। ਜਿੰਨੇ ਕੀਮਤੀ ਗਹਿਣਿਆਂ ਦਾ ਸ਼ਿੰਗਾਰ ਤਨ 'ਤੇ ਕੀਤਾ ਹੈ ਨਾ, ਜੇਕਰ ਨਾਮ ਦਾ ਸ਼ਿੰਗਾਰ ਮਨ 'ਤੇ ਕੀਤਾ ਹੁੰਦਾ ਖੁਦਾ ਨੂੰ ਪਾ ਲੈਣਾ ਸੀ। ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਸਿਰ ਝੁਕਾ ਦਿੱਤਾ।
ਰੋਣਾ ਸ਼ੁਰੂ ਕਰ ਦਿੱਤਾ, ਹੰਝੂਆਂ ਦੇ ਨਾਲ ਗੁਰੂ ਸਾਹਿਬ ਦੇ ਚਰਨ ਧੋ ਦਿੱਤੇ। ਅਤੇ ਜਦੋਂ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਨਾ ਕਿ ਸੱਚਮੁੱਚ ਜਿਹੜਾ ਅੱਜ ਬਾਗ ਦੇ ਵਿੱਚ ਵਾ ਕੇ ਬੈਠਾ ਹੈ ਉਹ ਮੇਰਾ ਰਹਿਬਰ ਗੁਰੂ ਨਾਨਕ ਹੈ, ਅਤੇ ਰਾਜਾ ਨੰਗੇ ਪੈਰੀਂ ਆਪਣੀ ਰਾਣੀ ਨੂੰ ਨਾਲ ਲੈ ਕੇ ਆਇਆ, ਗੁਰੂ ਸਾਹਿਬ ਦੇ ਚਰਨਾਂ ਦੇ ਉੱਪਰ ਸਿਰ ਝੁਕਾ ਦਿੱਤਾ, ਅਤੇ ਪਤਾ ਕੀ ਕਹਿੰਦਾ? ਕਹਿੰਦਾ, ਪਾਤਸ਼ਾਹ ਮੈਂ ਧੰਨ ਹੋ ਗਿਆ, ਮੈਂ ਅਜੇ ਤੱਕ ਤੁਹਾਡੇ ਦੀਦਾਰ ਨਹੀਂ ਸੀ ਕੀਤੇ, ਪਰ ਅੱਜ ਪਤਾ ਲੱਗਾ ਕਿ ਇਹ ਮਨੁੱਖਤਾ ਦਾ ਰਹਿਬਰ ਗੁਰੂ ਨਾਨਕ ਹੈ। ਪਾਤਸ਼ਾਹ ਜਿਸ ਬਾਗ ਦੇ ਵਿੱਚ ਬੈਠੇ ਹੋਏ ਬਾਗ ਵੀ ਮੇਰਾ ਹੈ, ਮੈਂ ਇਹ ਤੁਹਾਡੇ ਨਾਮ ਲਵਾ ਦੇਵਾਂ, ਇਹ ਤਬੇਲਾ ਵੀ ਮੇਰਾ, ਇਹ ਹਵੇਲੀ ਵੀ ਮੇਰੀ, ਇਹ ਅਸਤਬਲ ਵੀ ਮੇਰਾ, ਇਹ ਮਹਿਲ ਵੀ ਮੇਰਾ, ਇਹ ਮਾੜੀਆਂ ਵੀ ਮੇਰੇ, ਗੁਰੂ ਨਾਨਕ ਸਾਹਿਬ ਦੱਸੋ ਮੈਂ ਤੁਹਾਨੂੰ ਕੀ ਭੇਟਾ ਕਰਾਂ? ਅਤੇ ਮੁਸਕਰਾ ਕੇ ਗੁਰੂ ਪਾਤਸ਼ਾਹ ਪਤਾ ਕੀ ਕਹਿੰਦੇ ਨੇ? ਕਹਿੰਦੇ, ਕੁਛ ਭੇਟਾ ਨਾ ਕਰ, ਆਹ ਜਿਹੜੀ ਮੈਂ ਮੇਰੀ ਲਾਈ ਹੈ ਨਾ, ਆਹ ਵੀ ਮੇਰਾ, ਆਹ ਵੀ ਮੇਰਾ, ਆਹ ਵੀ ਮੇਰਾ, ਇਹ ਮੈਂ ਭੇਟਾ ਕਰ ਦੇ, ਮੈਨੂੰ ਆਪਣੇ ਮਨ ਦੇ ਵਿੱਚੋਂ ਇਹ ਮੈਂ ਛੱਡ ਦੇ, ਹੋਰ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਪਰ ਸਾਡੀ ਮਾਨਸਿਕਤਾ ਦੇ ਵਿੱਚੋਂ ਇਹ ਮੈਂ ਕਦੀ ਜਾਂਦੀ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਦੇ 10ਵੇਂ ਜਾਮੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਲਖਨੌਰ ਬੈਠੇ ਨੇ, ਇੱਕ ਪਾਲਕੀ ਆ ਕੇ ਰੁਕੀ, ਉਸ ਪਾਲਕੀ ਦੇ ਵਿੱਚੋਂ ਇੱਕ ਫਕੀਰ ਉੱਤਰੇ ਨੇ ਅਤੇ ਉਹਨਾਂ ਨੇ ਆਪਣਾ ਜੋੜਾ ਉਤਾਰਿਆ। ਜੋੜਾ ਉਤਾਰ ਕੇ ਜਦੋਂ ਤੁਰ ਪਏ ਨੇ, ਮਰੀਦ ਬੜੇ ਹੈਰਾਨ ਨੇ ਜਿਨ੍ਹਾਂ ਨੇ ਪਾਲਕੀ ਚੁੱਕੀ ਹੋਈ ਸੀ, ਕਿ ਇਸ ਫਕੀਰ ਸਾਹਿਬ ਦਾ ਤਾਂ ਇੰਨਾ ਉੱਚਾ ਮਰਾਤਬਾ ਹੈ, ਇਹ ਤਾਂ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਾਣ ਅਤੇ ਔਰੰਗਜ਼ੇਬ ਆਪਣੇ ਤਖ਼ਤ ਤੋਂ ਉੱਠ ਕੇ ਇਸਤਕਬਾਲ ਕਰਨ ਵਾਸਤੇ ਆਉਂਦਾ, ਅਤੇ 17 ਸਾਲ ਦੀ ਉਮਰ ਦੇ ਵਿੱਚ ਇੱਕ ਤਖ਼ਤ ਦੇ ਉੱਪਰ ਨੌਜਵਾਨ ਬੈਠਾ ਅਤੇ ਪੀਰ ਜੀ ਜੋੜਾ ਉਤਾਰ ਕੇ ਜਾ ਰਹੇ ਨੇ। ਸੱਚਮੁੱਚ ਇਹ ਗੱਲ ਬਿਲਕੁਲ ਠੀਕ ਹੈ ਕਿ ਇਹ ਪੀਰ ਜੀ ਜੇਕਰ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਾਂਦੇ ਹੋਣਗੇ ਤਾਂ ਔਰੰਗਜ਼ੇਬ ਤਖ਼ਤ ਤੋਂ ਉੱਠ ਕੇ ਇਸਤਕਬਾਲ ਕਰਨ ਜ਼ਰੂਰ ਆਉਂਦਾ ਹੋਵੇਗਾ, ਕਿਉਂਕਿ ਪੀਰ ਜੀ ਦਾ ਸੰਬੰਧ ਹੀ ਇੰਨੇ ਉੱਚੇ ਖਾਨਦਾਨ ਦੇ ਨਾਲ ਹੈ। ਮੈਂ ਤੁਹਾਨੂੰ ਥੋੜ੍ਹਾ 7ਵੀਂ ਸਦੀ 'ਚ ਲੈ ਕੇ ਜਾਣਾ ਚਾਹੁੰਦਾ। ਇਸਲਾਮ ਧਰਮ ਦੇ ਬਾਨੀ ਸੱਲੱਲਾਹੁ ਅਲੈਹਿ ਵਸੱਲਮ ਹਜ਼ਰਤ ਮੁਹੰਮਦ ਸਾਹਿਬ, ਉਹਨਾਂ ਦੀ ਬੇਟੀ ਸੀ ਹਜ਼ਰਤ ਫਾਤਿਮਾ, ਔਰ ਹਜ਼ਰਤ ਫਾਤਿਮਾ ਦੇ ਪਤੀ ਹਜ਼ਰਤ ਅਲੀ ਨੂੰ ਮਸਜਿਦ ਦੇ ਵਿੱਚ ਨਮਾਜ਼ ਪੜ੍ਹਦਿਆਂ ਸ਼ਹੀਦ ਕਰ ਦਿੱਤਾ ਗਿਆ। ਉਸ ਦੇ ਇੱਕ ਬੇਟੇ ਹਸਨ ਨੂੰ ਜ਼ਹਿਰ ਦੇ ਕੇ ਕਤਲ ਕਰਵਾ ਦਿੱਤਾ ਗਿਆ, ਅਤੇ ਦੂਸਰੇ ਬੇਟੇ ਹੁਸੈਨ ਨੂੰ ਉਸ ਦੇ ਬੇਟੇ ਅਲੀ ਅਲ ਅਸਗਰ ਅਤੇ ਅਲੀ ਅਲ ਅਕਬਰ ਦੇ ਨਾਲ ਕਰਬਲਾ ਦੇ ਮੈਦਾਨ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। ਇਸਲਾਮ 2 ਹਿੱਸਿਆਂ ਦੇ ਵੰਡਿਆ ਗਿਆ 83 ਹਿਜ਼ਰੀ ਦੇ ਵਿੱਚ, ਸ਼ੀਆ ਔਰ ਸੁੰਨੀ। ਜਿਹੜੇ ਸ਼ੀਆ ਲੋਕ ਸੀ ਉਹਨਾਂ ਦੇ ਕੋਲ ਖਿਲਾਫਤ ਨਾ ਆਈ ਅਤੇ ਉਹ ਡੈਸਪੀਰੇਟ ਹੋਏ ਅਤੇ ਉਹ ਘੁੰਮਦੇ ਘੁੰਮੇ ਵੱਖ ਵੱਖ ਥਾਵਾਂ ਤੋਂ ਹਿੰਦੁਸਤਾਨ ਦੇ ਵਿੱਚ ਆਏ। 1240 ਦੇ ਵਿੱਚ ਸੈਯਦ ਮਯੂਦੀਨ ਆਏ, ਉਸ ਤੋਂ ਬਾਅਦ ਸੈਯਦ ਬਦੀਉਦੀਨ ਹੋਏ, ਉਸ ਤੋਂ ਬਾਅਦ ਸੈਯਦ ਜਲਾਲੂਦੀਨ ਬੁਖਾਰੀ ਹੋਏ, ਉਸ ਤੋਂ ਬਾਅਦ ਸੈਯਦ ਅਹਿਮਦ ਬੁਖਾਰੀ ਹੋਏ। ਇਹ ਚੱਲਦਾ ਚੱਲਦਾ ਸਿਲਸਿਲਾ ਉੱਥੋਂ ਤੱਕ ਆ ਗਿਆ ਤੁਹਾਡੇ ਦਿੱਲੀ ਵਾਲੇ ਨਿਜ਼ਾਮੂਦੀਨ ਔਲੀਆ, ਖਵਾਜ਼ਾ ਬਖਤਿਆਰ ਕਾਕੀ, ਖਵਾਜ਼ਾ ਬਖਤਿਆਰ ਕਾਕੀ ਦੇ ਅੱਗੋਂ ਬੇਟੇ ਅਬਦੁਲ ਵਹਾਬ ਅਤੇ ਅਬਦੁਲ ਵਹੀਬ। ਇਸ ਤੋਂ ਆ ਕੇ ਇਸਲਾਮ ਦੇ 2 ਧਰੇ ਹੋ ਗਏ, ਇੱਕ ਸਾਬਰੀ ਔਰ ਇੱਕ ਨਿਜ਼ਾਮੀ। ਨਿਜ਼ਾਮੀਆਂ ਦੇ ਵਿੱਚ ਹੋਏ ਨੇ ਮੌਲਵੀ ਮੁਹੰਮਦ ਯੂਸਫ ਰਜ਼ਾ, ਅਤੇ ਮੌਲਵੀ ਮੁਹੰਮਦ ਯੂਸਫ ਰਜ਼ਾ ਦੀ ਪਤਨੀ ਦਾ ਨਾਮ ਸੀ ਬੀਬੀ ਮਲਕਾ, ਅਤੇ ਮਲਕਾ ਦੇ ਭਰਾ ਦਾ ਨਾਮ ਸੀ ਗੁਲਾਮੂਦੀਨ, ਅਤੇ ਗੁਲਾਮੂਦੀਨ ਦਾ ਪੁੱਤਰ ਸੀ ਸੈਯਦ ਬਦਰੂਦੀਨ, ਜਿਹੜਾ ਪਾਲਕੀ ਦੇ ਵਿੱਚੋਂ ਉਤਰਿਆ ਅਤੇ ਪਿਆਰ ਦੇ ਨਾਲ ਅਸੀਂ ਕਹਿੰਦੇ ਪੀਰ ਬੁੱਧੂ ਸ਼ਾਹ। ਹੁਣ ਖਿਆਲ ਕਰਿਓ ਇਸਲਾਮ ਦੇ ਕਿਸ ਪਰਿਵਾਰ ਦੇ ਵਿੱਚੋਂ ਨੇ ਪੀਰ ਜੀ, ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਦੇ ਖਾਨਦਾਨ ਦੇ ਵਿੱਚੋਂ, ਅਤੇ ਕਿਉਂ ਨਹੀਂ ਔਰੰਗਜ਼ੇਬ ਉੱਠ ਕੇ ਆਉਂਦਾ ਹੋਵੇਗਾ? ਜਦੋਂ ਪੀਰ ਬੁੱਧੂ ਸ਼ਾਹ ਗੁਰੂ ਸਾਹਿਬ ਦੇ ਕੋਲ ਗਏ ਅਤੇ ਬੜੀ ਰਮਜ਼ ਦੇ ਵਿੱਚ ਇੱਕ ਸਵਾਲ ਕੀਤਾ, ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਕਹੀ ਸੀ ਨਾ ਕਿ ਸ਼ਿਵਨਾਭ ਆ ਮੈਂ ਜਿਹੜੀ ਹੈ ਨਾ ਇਹ ਭੇਟ ਕਰਦੇ, ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਨਾ ਪਰਮਾਤਮਾ ਦੀ ਇਬਾਦਤ ਦੇ ਵਿੱਚ ਉਹ ਮੈਂ ਹੀ ਹੈ ਕਿ ਆਹ ਸਭ ਕੁਝ ਮੇਰਾ ਹੈ ਜਦੋਂ ਕਿ ਕੁਛ ਵੀ ਮੇਰਾ ਨਹੀਂ। ਉਸ ਵੇਲੇ ਪੀਰ ਜੀ ਨੇ ਇੱਕ ਸਵਾਲ ਕੀਤਾ, ਕਹਿੰਦੇ ਖੁਦਾ ਕਿਵੇਂ ਮਿਲੇ ਗੁਰੂ ਸਾਹਿਬ ਨੂੰ? ਕਿੰਨਾ ਛੋਟਾ ਸਵਾਲ ਹੈ, ਪਰ ਇਸ ਸਵਾਲ ਦੇ ਵਿੱਚ ਸਵਾਲ ਕਿੰਨਾ ਵੱਡਾ ਹੈ, ਖੁਦਾ ਕਿਵੇਂ ਮਿਲੇ? ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਜੇ ਉਦੋਂ ਗੋਬਿੰਦ ਰਾਏ ਨੇ 17 ਸਾਲ ਦੀ ਆਜੂ, ਅਜੇ ਅੰਮ੍ਰਿਤ ਸੰਸਕਾਰ ਨਹੀਂ ਹੋਇਆ, ਅਤੇ ਗੁਰੂ ਪਾਤਸ਼ਾਹ ਨੇ ਜਵਾਬ ਪਤਾ ਕੀ ਦਿੱਤਾ? ਕਹਿੰਦੇ ਜਿਵੇਂ ਦਿਨ ਔਰ ਰਾਤ। ਪੀਰ ਜੀ ਮੁਸਕਰਾ ਪਏ, ਪਾਤਸ਼ਾਹ ਦਿਨ ਅਤੇ ਰਾਤ ਦਾ ਕਦੀ ਮਿਲਾਪ ਨਹੀਂ ਹੁੰਦਾ, ਜੇ ਦਿਨ ਹੈ ਜਿੰਨਾ ਮਰਜ਼ੀ ਬੱਦਲ ਹੋਵੇ, ਜਿੰਨਾ ਮਰਜ਼ੀ ਹਨੇਰਾ ਹੋ ਜਾਵੇ ਉਹ ਰਾਤ ਨਹੀਂ ਕਹੀ ਜਾਂਦੀ, ਅਤੇ ਰਾਤ ਜਿੰਨੀ ਮਰਜ਼ੀ ਚਾਨਣੀ ਹੋਵੇ ਉਸਨੂੰ ਦਿਨ ਨਹੀਂ ਕਿਹਾ ਜਾ ਸਕਦਾ, ਦਿਨ ਅਤੇ ਰਾਤ ਦਾ ਤਾਂ ਮਿਲਾਪ ਹੀ ਕੋਈ ਨਹੀਂ। ਅਤੇ ਪਾਤਸ਼ਾਹ ਕਹਿੰਦੇ ਇਹੀ ਤਾਂ ਫਿਰ ਰਮਜ਼ ਹੈ ਕਿ ਮੈਂ ਅਤੇ ਤੂੰ ਦਾ ਕੋਈ ਮਿਲਾਪ ਨਹੀਂ। ਜਿੱਥੇ ਅਗਿਆਨ ਦੇ ਹਨੇਰੇ ਦੀ ਰਾਤ ਹੈ ਉੱਥੇ ਅਗਿਆਨ ਦਾ ਚਾਨਣ ਨਹੀਂ, ਅਤੇ ਜਿੱਥੇ ਗਿਆਨ ਦਾ ਚਾਨਣ ਚੜ੍ਹ ਜਾਂਦਾ ਹੈ ਉੱਥੇ ਅਗਿਆਨ ਦਾ ਹਨੇਰਾ ਨਹੀਂ ਰਹਿ ਜਾਂਦਾ। ਪੀਰ ਜੀ ਨੇ ਅਗਲਾ ਸਵਾਲ ਕੀਤਾ, ਪਾਤਸ਼ਾਹ ਫਿਰ ਕਿਹੜੀ ਐਸੀ ਚੀਜ਼ ਹੈ ਜਿਹੜੀ ਇਸ ਦੇ ਵਿੱਚ ਰੁਕਾਵਟ ਬਣ ਜਾਂਦੀ ਹੈ ਕਿ ਮਨੁੱਖ ਤੂੰ ਤੂੰ ਕਰਦਾ ਉਸ ਦੇ ਵਿੱਚ ਅਭੇਦ ਨਹੀਂ ਹੋ ਸਕਦਾ, ਮੈਂ ਕਿਉਂ ਨਹੀਂ ਜਾਂਦੀ, ਉਹ ਕਿਹੜੀ ਚੀਜ਼ ਹੈ?
ਅਤੇ ਗੁਰੂ ਸਾਹਿਬ ਨੇ ਜਿਹੜਾ ਜਵਾਬ ਦਿੱਤਾ ਫਾਰਸੀ ਦੇ ਵਿੱਚ ਦਿੱਤਾ ਪੀਰ ਬੁੱਧੂ ਸ਼ਾਹ ਜੀ ਨੂੰ, ਇੱਕ ਸ਼ੇਰ ਦੇ ਵਿੱਚ ਸੱਤ ਸ਼ਬਦ ਗੁਰਦੇਵ ਪਾਤਸ਼ਾਹ ਨੇ ਫਾਰਸੀ ਦੇ ਵਰਤੇ ਨੇ। ਖੁਦ ਹੀ ਕਿਹਾ ਜਾਂਦਾ ਹਉਮੈ ਨੂੰ, ਖੁਦ ਕਿਹਾ ਜਾਂਦਾ ਆਪਣੇ ਆਪ ਨੂੰ, ਖੁਦਾ ਕਿਹਾ ਜਾਂਦਾ ਪਰਮਾਤਮਾ ਨੂੰ, ਖਾਦਮ ਕਿਹਾ ਜਾਂਦਾ ਨੌਕਰ ਨੂੰ, ਮਖਦੂਮ ਕਿਹਾ ਜਾਂਦਾ ਮਾਲਕ ਨੂੰ, ਖਿਦਮਤ ਕਿਹਾ ਜਾਂਦਾ ਸੇਵਾ ਨੂੰ, ਅਤੇ ਮਰਹੂਮ ਕਿਹਾ ਜਾਂਦਾ ਮੌਤ ਨੂੰ। ਪਾਤਸ਼ਾਹ ਕਹਿੰਦੇ ਨੇ ਪੀਰ ਜੀ ਖਿਦਮਤ ਕਰਦਮ ਊ ਖੁਦਾਰਾ ਖਾਦਮੋ ਮਖਦੂਮ ਸ਼ੁੱਧ। ਪੀਰ ਜੀ ਉਸ ਖੁਦਾ ਦੀ ਖਿਦਮਤ ਕਰਦਿਆਂ ਆਪਣੀ ਖੁਦੀ ਨੂੰ ਖਤਮ ਕਰ ਦਿਓ ਅਤੇ ਪਰਮਾਤਮਾ ਤੁਹਾਨੂੰ ਖਾਦਮ ਤੋਂ ਮਖਦੂਮ ਨੌਕਰ ਤੋਂ ਮਾਲਕ ਬਣਾ ਦੇਵੇਗਾ। ਪਰ ਇੱਕ ਗੱਲ ਦਾ ਖਿਆਲ ਰੱਖਿਓ ਅਗਲੀ ਲਾਈਨ 'ਚ ਕਿ ਖਿਦਮਤ ਕਰਦਮ ਊ ਖੁਦੀਰਾ, ਜੇ ਖਿਦਮਤ ਕਰਦਿਆਂ ਖੁਦੀ ਆ ਗਈ ਨਾ ਕਿ ਇਸ ਪੱਖੇ 'ਤੇ ਤਾਂ ਮੇਰੇ ਬਾਪੂ ਦਾ ਨਾਂ ਹੋਣਾ ਚਾਹੀਦਾ, ਇਸ ਚੀਜ਼ 'ਤੇ ਤਾਂ ਸਾਡੇ ਪਰਿਵਾਰ ਦਾ ਨਾਂ ਹੋਣਾ ਚਾਹੀਦਾ, ਜੇ ਕਿਤੇ ਖਿਦਮਤ ਕਰਦਿਆਂ ਖੁਦੀ ਆ ਗਈ ਨਾ ਫਿਰ ਮਖਦੂਮ ਮਰਹੂਮ ਸ਼ੁੱਧ, ਫਿਰ ਤੁਹਾਡੀ ਆਤਮਕ ਮੌਤ ਹੈ, ਮਤ ਸਮਝੋ ਤੁਸੀਂ ਗੁਰੂ ਨੂੰ ਕੁਛ ਦੇ ਸਕਦੇ ਹੋ, ਕਿਉਂਕਿ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ। ਸਿੱਖ ਗੁਰੂ ਨੂੰ ਕੁਛ ਨਹੀਂ ਦੇ ਸਕਦਾ, ਇੱਥੇ ਤਾਂ ਮੰਗਣ ਆਉਣਾ ਹੁੰਦਾ। ਇੱਥੇ ਇੱਕ ਹੀ ਚੀਜ਼ ਦਿੱਤੀ ਜਾ ਸਕਦੀ ਹੈ ਜਿਸ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ। ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਕਨੌਜ ਦੇ ਮਕਬਰੇ ਦਾ ਮਜ਼ਾਵਰ ਮਦਾਰ ਸ਼ਾਹ ਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦਰਬਾਰ ਦੇ ਵਿੱਚ ਬੈਠੇ ਨੇ ਅਤੇ ਸਿੱਖ ਆ ਕੇ ਕਾਰ ਭੇਟਾ ਅਰਪਿਤ ਕਰ ਰਹੇ ਨੇ ਗੁਰੂ ਦੇ ਚਰਨਾਂ ਦੇ ਵਿੱਚ, ਅਤੇ ਮਦਾਰ ਸ਼ਾਹ ਨੇ ਵੇਖਿਆ ਕਿ ਸਾਰੇ ਸਿੱਖ ਕੁਝ ਨਾ ਕੁਝ ਗੁਰੂ ਦੇ ਚਰਨਾਂ ਵਿੱਚ ਆ ਕੇ ਭੇਟ ਕਰ ਰਹੇ ਨੇ, ਮੈਂ ਭੇਟ ਕੀ ਕਰਾਂ, ਮੇਰੇ ਕੋਲ ਤਾਂ ਕੁਝ ਵੀ ਨਹੀਂ। ਪੂਰਨ ਦਰਵੇਸ਼ ਸੀ, ਅਤੇ ਦਰਵੇਸ਼ ਜਿਹੜਾ ਇਸਲਾਮ ਦੇ ਵਿੱਚ ਉਸਨੂੰ ਜ਼ਕਾਤ ਵੀ ਮਾਫ਼ ਹੁੰਦੀ ਹੈ, ਉਸਦੇ ਚੋਲੇ ਨੂੰ ਜੇਬ ਨਹੀਂ ਹੁੰਦੀ, ਉਹ ਸੱਚਮੁੱਚ ਹੀ ਮਾਇਆ ਤੋਂ ਨਿਰਲੇਪ ਹੁੰਦਾ। ਸਾਡੀ ਪੰਜਾਬੀ ਦੀ ਵਿਚਾਰਧਾਰਾ 'ਚ ਲੋਕਧਾਰਾ 'ਚ ਗੱਲ ਆਉਂਦੀ ਹੈ, ਪੱਲੇ ਬੰਨ ਨਾ ਤੁਰਦੇ ਪੰਛੀ ਅਤੇ ਦਰਵੇਸ਼, ਜਿੰਨਾ ਤਕਵਾ ਰੱਬ ਦਾ ਤਿੰਨਾ ਰਿਜ਼ਕ ਹਮੇਸ਼। ਅੱਜ ਵਾਂਗੂ ਨਹੀਂ, ਅੱਜ ਦੇ ਬਾਬੇ ਕਹਿੰਦੇ ਨੇ ਮਾਇਆ ਨਾਗ ਨਹੀਂ ਹੈ, ਇਸ ਨੂੰ ਛੱਡ ਦਿਓ, ਪਰ ਬਾਬੇ ਦੇ ਅੱਗੇ ਰੱਖ ਦਿਓ, ਫਿਰ ਮਾਇਆ ਡੰਗ ਨਹੀਂ ਮਾਰਦੀ, ਤੁਹਾਨੂੰ ਡੰਗ ਮਾਰਦੀ ਹੈ, ਤੁਹਾਡੇ ਵਾਸਤੇ ਨਾਗ ਨਹੀਂ ਹੈ, ਸਾਡੀਆਂ ਜੇਬਾਂ ਵਾਸਤੇ ਨਾਗ ਨਹੀਂ ਹੈ। ਪਰ ਜਿਹੜੇ ਪੂਰਨ ਦਰਵੇਸ਼ ਹੁੰਦੇ ਨੇ ਉਹ ਸੱਚਮੁੱਚ ਮਾਇਆ ਤੋਂ ਨਿਰਲੇਪ ਹੁੰਦੇ ਨੇ। ਹੁਣ ਉਹਦੇ ਮਨ ਦੇ ਵਿੱਚ ਹੈ ਕਿ ਮੈਂ ਗੁਰੂ ਸਾਹਿਬ ਨੂੰ ਕੀ ਭੇਟ ਕਰਾਂ, ਮੈਂ ਗੁਰੂ ਸਾਹਿਬ ਦੇ ਅੱਗੇ ਕੀ ਅਰਪਿਤ ਕਰਾਂ, ਮੇਰੇ ਕੋਲ ਤਾਂ ਕੁਝ ਵੀ ਨਹੀਂ। ਬਾਹਰ ਗਿਆ ਬਾਗ ਦੇ ਵਿੱਚ, ਇੱਕ ਫੁੱਲ ਤੋੜਿਆ ਪਸੰਦ ਨਾ ਆਇਆ, ਦੂਸਰਾ ਫੁੱਲ ਤੋੜਿਆ, ਤੀਸਰਾ ਫੁੱਲ ਤੋੜਿਆ, ਚੌਥਾ ਫੁੱਲ ਤੋੜਿਆ, ਅਖੀਰ ਇੱਕ ਗੁਲਾਬ ਦਾ ਫੁੱਲ ਪਸੰਦ ਆਇਆ ਅਤੇ ਆ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਉੱਪਰ ਰੱਖ ਦਿੱਤਾ। ਅਤੇ ਜਦੋਂ ਚਰਨਾਂ ਦੇ ਉੱਪਰ ਫੁੱਲ ਰੱਖਿਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੋਢੇ ਤੋਂ ਫੜ ਲਿਆ ਅਤੇ ਸ਼ਬਦ ਪਤਾ ਕੀ ਕਹੇ ਨੇ, ਪੀਰ ਜੀ ਫੁੱਲ ਕਿਉਂ ਤੋੜਿਆ ਮੇਰੀ ਰੂਹ ਨੂੰ ਦੁੱਖ ਲੱਗਾ। ਇਸ ਗੱਲ ਨੂੰ ਆਨੰਦ ਲਾਲ ਪਤਾ ਕੀ ਕਹਿੰਦੇ ਨੇ, ਕਹਿੰਦੇ ਕਦਰ ਕੁਦਰਤ ਪੇਸ਼ ਗੁਰੂ ਗੋਬਿੰਦ ਸਿੰਘ ਇਨ ਕਿਆਦ ਆਦੇਸ਼ ਗੁਰੂ ਗੋਬਿੰਦ ਸਿੰਘ। ਬੇਸ਼ੱਕ ਸਾਰੀ ਕੁਦਰਤ ਗੁਰੂ ਗੋਬਿੰਦ ਸਿੰਘ ਦੇ ਹੁਕਮ ਦੇ ਵਿੱਚ ਹੈ, ਪਰ ਗੁਰੂ ਗੋਬਿੰਦ ਸਿੰਘ ਕੁਦਰਤ ਨੂੰ ਬਹੁਤ ਪਿਆਰ ਕਰਦੇ ਨੇ। ਹੁਣ ਜਿਹੜਾ ਵੇਖੋ ਗੁਰੂ ਸਾਹਿਬ ਦਾ ਇਹ ਰੂਪ, ਫੁੱਲ ਟੁੱਟਿਆ ਹੈ ਅਤੇ ਕਹਿ ਰਹੇ ਕਿਉਂ ਤੋੜਿਆ ਹੈ, ਅਤੇ ਜੇ ਚਾਰ ਪੁੱਤਰ ਇਸ ਕੁਦਰਤ ਦੀ ਕਾਇਨਾਤ ਦੀ ਬਚਾਉਣ ਦੇ ਵਾਸਤੇ ਕੌਮ ਦੀ ਝੋਲੀ 'ਚ ਪਾਉਣੇ ਚਾਹੁੰਦੇ ਨੇ, ਅਤੇ ਕਹਿੰਦੇ ਚੀਹਾਂ ਛੁੱਧ ਕੇ ਕੀ ਹੋ ਗਿਆ, ਫੁੱਲ ਟੁੱਟਿਆ ਅਤੇ ਕਿਉਂ ਟੁੱਟਿਆ, ਚਾਰ ਪੁੱਤਰ ਸ਼ਹੀਦ ਹੋਏ ਨੇ ਅਤੇ ਜ਼ਫਰਨਾਮੇ 'ਚ ਕਹਿੰਦੇ ਨੇ ਚੀਹਾਂ ਛੁੱਧ ਕੇ ਬੱਚਗਾਂ ਕੁਸ਼ਤਾਂ ਚਾਰ ਕੇ ਬਾਕੀ ਬਿਮਾਰ ਦਸਤੇ ਪੇਚੀ ਦਾ ਮਾਰ, ਕੀ ਹੋਇਆ ਜੇ ਮੇਰੇ ਚਾਰ ਪੁੱਤ ਸ਼ਹੀਦ ਹੋ ਗਏ। ਅਤੇ ਗੁਰੂ ਸਾਹਿਬ ਮੋਢੇ ਤੋਂ ਫੜ ਕੇ ਕਹਿੰਦੇ ਨੇ ਪੀਰ ਜੀ ਫੁੱਲ ਕਿਉਂ ਤੋੜਿਆ ਹੈ ਮੇਰੀ ਰੂਹ ਨੂੰ ਦੁੱਖ ਲੱਗਾ। ਅਤੇ ਪੀਰ ਨੇ ਜਵਾਬ ਪਤਾ ਕੀ ਕਿਹਾ, ਦਸਤੇ ਖਾਲੀ ਰੁਸਵਾ ਅਸਤ। ਰੁਸਵਾ ਕਹਿੰਦੇ ਨੇ ਫਾਰਸੀ ਨੂੰ ਸ਼ਰਮਿੰਦਗੀ ਦੇ ਵਿੱਚ, ਪਾਤਸ਼ਾਹ ਜੇ ਮੈਂ ਖਾਲੀ ਹੱਥ ਆਉਂਦਾ ਨਾ ਤਾਂ ਮੈਨੂੰ ਸ਼ਰਮਿੰਦਗੀ ਮਹਿਸੂਸ ਹੋਣੀ ਸੀ। ਅਤੇ ਪਾਤਸ਼ਾਹ ਨੇ ਪੀਰ ਮਦਾਰ ਸ਼ਾਹ ਨੂੰ ਗੱਲ ਦੇ ਨਾਲ ਲਾਇਆ ਅਤੇ ਪਤਾ ਸ਼ਬਦ ਕਿਹੜੇ ਕਹੇ ਨੇ, ਕਹਿੰਦੇ ਪੀਰ ਜੀ ਨਹਿ ਦਸਤੇ ਖਾਲੀ ਰੁਸਵਾ ਅਸਤ, ਦਿਲੇ ਖਾਲੀ ਰੁਸਵਾ ਅਸਤ। ਇਸ ਦਰਬਾਰ ਦੇ ਵਿੱਚ ਖਾਲੀ ਹੱਥ ਆ ਜਾਇਓ, ਕੋਈ ਸ਼ਰਮਿੰਦਗੀ ਨਹੀਂ, ਪਰ ਦਿਲ ਪਿਆਰ ਤੋਂ ਖਾਲੀ ਨਾ ਲੈ ਕੇ ਆਇਓ, ਕਿਉਂਕਿ ਇਸ ਦਰ ਦੀ ਖੇਡ ਹੈ ਸਾਚ ਕਹੂੰ ਸੁਣ ਲਿਹੋ ਸਭੈ ਜਿਨ ਤਿੰਨ ਹੀ ਪ੍ਰਭ ਪਾਇਓ। ਦਿਲ ਪਿਆਰ ਤੋਂ ਖਾਲੀ ਨਾ ਲੈ ਕੇ ਆਇਓ। ਸੋ ਵਕਤ ਮੈਂ ਤੁਹਾਡਾ ਬਹੁਤ ਜ਼ਿਆਦਾ ਲੈ ਗਿਆ, ਖਿਮਾ ਦਾ ਜਾਚਕ ਹੈ, ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।